सतलोक ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास। हां जी, ज्ञान अंजन गुर दिया अज्ञान अंधेर विनाश। हां जी, अंजन हुंदा सुरमा ਦਾ ਅੱਖ ਚ, ਠੀਕ ਹੈ ਜੀ। ਗਿਆਨ ਅੰਜਨ ਗੁਰਦੀਆ, ਗੁਰਨਾ ਗਿਆਨ ਅੰਜਨ ਦੇਤਾ, ਗੋਰਾ ਗੁਰੂ ਨਹੀਂ ਲਫ਼ਜ਼ ਵਰਤਿਆ, ਗੁਰਦੀਆ ਲਿਖਿਆ ਹੋਇਆ। ਹਾਂਜੀ, ਹਾਂ, ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਗੁਰੂ ਲਫ਼ਜ਼ ਕਿੱਥੇ ਵਰਤੋਂਦਾ, ਗੁਰ ਕਿੱਥੇ ਵਰਤੋਂਦਾ। ਠੀਕ ਹੈ ਜੀ। ਆਦਮ ਵਾਸਤੇ ਗੋਰਾ ਔਰ ਸਤਿਗੁਰ ਤੇ ਜ਼ਿਆਦਾ ਕੋਈ ਆਉਂਦਾ ਹੀ ਨਹੀਂ ਹੈ, ਗੁਰਬਾਣੀ ਚ ਕਿੱਥੇ ਵੀ ਨਹੀਂ ਹੁੰਦਾ। ਹਾਂਜੀ, ਸ਼ਾਸਤਰਾਂ ਚ ਆਉਂਦਾ ਆਦਮੀ ਵਾਸਤੇ, ਜਿੱਦੋ ਮੱਤ ਚ ਆਉਂਦਾ, ਸਿੱਖ ਮੱਤ ਨਹੀਂ ਆਉਂਦਾ ਕਿਤੇ ਵੀ। ਠੀਕ ਹੈ। ਗਿਆਨ ਅੰਚਨ ਗੁਰਦੀਆ ਅਗਿਆਨ ਕਾਹਦੇ ਵਾਸਤੇ ਦਿੱਤਾ ਗਿਆ? ਅਗਿਆਨਤਾ ਦਾ ਹਨੇਰਾ ਕੱਟਣ ਵਾਸਤੇ, ਅਗਿਆਨ ਅੰਧੇਰ ਵਿਨਾਸ਼, ਤਾਂ ਕਿ ਅਗਿਆਨਤਾ ਦਾ ਹਨੇਰਾ ਕੱਟਿਆ ਜਾ ਸਕੇ, ਖਤਮ ਹੋ ਜਾਵੇ। ਹਰ ਕਿਰਪਾ ਤੇ ਸੰਤ ਭੇਟਿਆ, ਹਰ ਦੀ ਕਿਰਪਾ ਹੋਈ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਦ ਸੰਤ ਭੇਟਿਆ ਨਾ, ਸਿੱਖਾਂ ਨੇ ਆਪਣਾ ਮੋੜ ਮਿਲ ਗਿਆ, ਫਿਰ ਪ੍ਰਗਾਸ ਹੋਇਆ। ਪ੍ਰਗਾਸ ਹੁੰਦਾ ਇੱਕ ਹੋ ਕੇ, ਅਗਿਆਨ ਅੰਧੇਰ ਵਿਨਾਸ਼ ਪਹਿਲੀ ਸਟੇਜ ਹੈ, ਮਨ ਪ੍ਰਗਾਸ ਦੂਜੀ ਸਟੇਜ ਹੈ। ਠੀਕ ਹੈ। ਅਗਿਆਨਤਾ ਦਾ ਹਨੇਰੇ ਨਾਲ ਮਾਇਆ ਛੱਡੀ ਹੈ, ਵਿਖ ਛੱਡੀ ਹੈ, ਵਿਖਾਤਾ ਦੀ ਉਹ ਤਿਆਗਤੀ, ਮੂਲ ਨਾਲ ਜੁੜਿਆ ਤੇ ਪ੍ਰਗਾਸ ਹੋ ਗਿਆ। ਮਾਇਆ ਛੱਡ ਕੇ ਜਦ ਮੂਲ ਨਾਲ ਜੁੜ ਗਿਆ, ਆਪਣੇ ਨਾਲ ਇੱਕ ਹੋ ਗਿਆ, ਇਹ ਪ੍ਰਗਾਸ ਹੋ ਗਿਆ। ਤਾਕਤ ਵੱਧ ਗਈ ਨਾ, ਫਿਰ ਅੱਧੇ ਤੋਂ ਸਾਬਤ ਹੋ ਗਿਆ। ਠੀਕ ਹੈ ਜੀ। ਜਿਹੜਾ ਹੁਣ ਸੰਤ ਅੱਖਰ ਵਰਤਿਆ, ਇਹ ਉੱਪਰ ਜਿਵੇਂ ਗੁਰ ਵਰਤਿਆ, ਇਸੇ ਉਸੇ ਸੈਂਸ ਚ ਹੀ ਹੈ ਵੀ, ਕਿਉਂਕਿ ਗਿਆਨ ਅੰਜਨ ਗੁਰਦੀ ਆ, ਫਿਰ ਉਸਨੂੰ ਭੇਟਿਆ। ਗਿਆਨ ਤਾਂ ਬਾਹਰੋਂ ਵੀ ਮਿਲ ਸਕਦਾ ਆਪਾਂ ਨੂੰ, ਜਿਹੜਾ ਪੰਜਵੇਂ ਪਾਤਸ਼ਾਹ ਨੂੰ ਗਿਆਨ ਮਿਲਿਆ ਉਹ ਗੁਰ ਬਾਹਰ ਹੈ। ਅੱਛਾ ਜੀ, ਚੌਥੇ ਪਾਤਸ਼ਾਹ ਗਿਆਨ ਬਾਹਰ ਮਿਲ ਸਕਦਾ, ਗਿਆਨ ਅੰਦਰੋਂ ਵੀ ਮਿਲ ਸਕਦਾ। ਠੀਕ ਹੈ ਜੀ। ਜਿਹੜਾ ਸੰਤ ਭੇਟਿਆ, ਆਪਣਾ ਆਪਣਾ ਮੂਲ ਭੇਟਿਆ। ਠੀਕ। ਅਸ਼ਟਪਦੀ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸੰਤ ਸੰਗੀ, ਸੰਗੀ ਜਾਂ ਸੰਤ ਦੀ, ਹਾਂ, ਜਾਂ ਸੰਤ ਦਾ ਸੰਗੀ ਹੋ ਗਿਆ ਨਾ। ਹਾਂਜੀ, ਸੰਤ ਦੇ ਨਾਲ ਇੱਕ ਮੈਂ ਹੋ ਗਿਆ, ਜੁੜ ਗਿਆ। ਅੰਤਰ ਹੀ ਪ੍ਰਭ ਡੀਠਾ, ਅੰਤਰ ਹੀ ਪ੍ਰਭ ਦੇਖ ਲਿਆ। ਸੰਤੀ ਦਾ ਪ੍ਰਭ ਸੀ। ਠੀਕ ਹੈ ਜੀ। ਉਹ ਤਾਂ ਉੱਪਰਲੀ ਗੱਲ ਵੀ ਦੇਖ ਲਈ, ਅੰਦਰ ਹੀ ਪ੍ਰਭ ਪ੍ਰਭ ਦੀ ਸੀ, ਇੱਕ ਸੀ, ਇੱਕ ਦਾ ਵੀ ਦਰਸ਼ਨ ਹੋ ਗਿਆ, ਆਪੇ ਇੱਕ ਸੀ। ਠੀਕ ਹੈ। ਪ੍ਰਭ ਕੀ ਹੁੰਦਾ? ਆਪ ਤੋਂ ਉੱਪਰਲੀ ਅਵਸਥਾ ਨੂੰ ਪ੍ਰਭ ਕਹਿੰਦੇ। ਆਪਣੀ ਜੋ ਅਵਸਥਾ ਹੈ ਉਹ ਤੋਂ ਉੱਪਰਲੀ ਅਵਸਥਾ ਪ੍ਰਭ ਹੈ। ਅੱਛਾ ਜੀ। ਚੱਲ, ਬੌਸ ਕਹਿੰਦੇ ਨੇ। ਹਾਂਜੀ, ਬੌਸ ਬੌਸ ਨਹੀਂ ਕਹਿੰਦੇ ਅਗਲੇ ਸੀ। ਹਾਂਜੀ ਹਾਂਜੀ, ਬਸ ਪ੍ਰਭ ਹੈ ਬਸ। ਠੀਕ ਹੈ। ਠਾਕੁਰ ਕਹਿ ਲੋ, ਹਾਂ ਠਾਕੁਰ ਕਹਿ ਲੋ, ਆਪ ਤੋਂ ਉੱਚੀ ਅਵਸਥਾ, ਆਪ ਤੋਂ ਉੱਚਾ ਅਫਸਰ, ਉਹ ਤੋਂ ਉੱਚਾ ਕੋਈ ਹੋਰ ਹੋਵੇ ਨਾ ਹੋਵੇ ਆਪਾਂ ਨੂੰ ਲਾਉਣਾ ਨੀ, ਆਪਾਂ ਤੋਂ ਉੱਚਾ। ਠੀਕ ਹੈ। ਹਾਂਜੀ, ਨਾਮ ਪ੍ਰਭੂ ਕਾ ਲਾਗਾ ਮੀਠਾ। ਨਾਮ ਪ੍ਰਭੂ ਕਾ ਲਾਗਾ ਮੀਠਾ, ਨਾਮ ਹੈ ਨਾ ਪ੍ਰਭੂ ਕਾ, ਹੁਕਮ। ਅਸਲ ਚ ਪ੍ਰਭ ਜਿਹੜਾ ਹੈਗਾ ਪ੍ਰਭੂ ਦੇ ਵਿੱਚ ਹੈ, ਬਹੁਵਚਨ ਤੋਂ ਨਾਮ ਪੈਦਾ ਹੋਇਆ ਜਿਹੜਾ ਪ੍ਰਭੂ ਕਾ ਨਾਮ ਹੈ। ਸੱਚਖੰਡ ਦੇ ਵਿੱਚ ਭਗਤ ਇੱਕ ਨਹੀਂ ਹੈ। ਅੱਛਾ ਜੀ, ਬਹੁਵਚਨ ਉੱਥੇ ਅਨੇਕ ਹੈ, ਫਿਰ ਏਕ ਹੈ, ਹੁੰਦੇ ਹੋਏ ਵੀ ਇੱਕ ਹੈ ਉਹਨਾਂ ਦੀ ਮਤ।
ਅਨੇਕ ਹੁੰਦੇ ਹੋਏ ਵੀ ਹੁਕਮ ਇੱਕ ਹੈ। ਇਸ ਕਰਕੇ ਪ੍ਰਭੂ ਉਹਦੇ ਵਾਸਤੇ ਵਰਤਿਆ ਨਾ, ਪ੍ਰਭੂ ਦਾ ਲਾਗਾ ਵੀ ਪ੍ਰਭ 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 ਇਕੱਠੇ ਹੋ ਕੇ ਪ੍ਰਭੂ ਬਣ ਜਾਂਦਾ। ਜਿਵੇਂ ਇੱਕ ਬਿਰਖਾ ਪੇੜ ਹੁੰਦਾ, ਚਲ ਬਹੁਤੇ ਪੇੜ ਹੋ ਜਾਂਦੇ ਬਾਗ ਹੋ ਜਾਂਦਾ। ਠੀਕ ਹੈ, ਬਾਗ ਬਹੁਤੇ ਪੇੜਾਂ ਨੂੰ ਹਾਲਾਂਕਿ ਇੱਕ ਵਚਨ ਹੈ ਬਾਗ। ਹਾਂਜੀ ਹਾਂ, ਵਚਨ ਹੈ ਬਾਗ ਵੀ। ਹਾਂਜੀ, ਪਰ ਪੇੜ ਤਾਂ ਬਹੁਤ ਨਾਲ ਤੇ। ਹਾਂਜੀ, ਸਮੂਹ ਦਾ ਨਾਂ ਹੋ ਗਿਆ ਨਾ, ਜਿਵੇਂ ਫੌਜ ਇੱਕ ਵਚਨ। ਹਾਂਜੀ, ਇਵੇਂ ਹੀ ਪ੍ਰਭੂ ਇੱਕ ਵਚਨ ਹੈ ਪਰ ਬਹੁ ਵਚਨ ਦੇ ਵਿੱਚ ਹੈ। ਪ੍ਰਾਪਤ ਹੈ ਸਿਪਾਹੀ। ਠੀਕ ਹੈ, ਉਹ ਹੈ ਸਮੂਹ ਫੌਜ। ਅਸੋ ਫੌਜ ਹੈ, ਬਹੁ ਵਚਨ ਨੂੰ ਵੀ ਇੱਕ ਵਚਨ ਆਪਾਂ ਕਹਿ ਸਕਦੇ ਹਾਂ। ਮੈਂ ਨਾਮ ਹੈ ਉਹ ਆਪਣੇ ਫੌਜ ਹੈ, ਇੱਜੜ ਹੈ, ਚੋਂ ਲੈਨੇ ਆਪਾਂ ਇਕੱਠਵਾਚਕ ਨਾਮ। ਇਕੱਠਵਾਚਕ ਨਾਮ, ਹਾਂ ਠੀਕ ਹੈ। ਜਿਵੇਂ ਢੇਰ 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 ਹੈ ਕੋਈ, ਢੇਰ ਦੇ ਬਹੁਤ ਸਾਰੇ ਅਨਾਜ ਹੈ, ਬਹੁਤ ਸਾਰੇ ਦਾਣੇ ਨੇ। ਢੇਰ ਇੱਕ ਵਚਨ, ਇੱਕ ਢੇਰ, ਦੋ ਢੇਰ। ਠੀਕ ਹੈ, ਇਸ ਤਰੀਕੇ ਨਾਲ ਪ੍ਰਭੂ ਦਾ ਜਿਹੜਾ ਨਾਮ ਸਿੱਖਣ ਤੇ ਆਉਂਦਾ ਉਹ ਇੱਕ ਵਚਨ ਨਹੀਂ ਹੈ, ਵਚਨ ਨਾਮ ਤਾਂ ਇੱਕ ਵਚਨ ਹੈ। ਹਾਂਜੀ ਕਰੋ, ਠੀਕ ਹੈ ਜੀ। ਪਰ ਇੱਕ ਵਿਅਕਤੀ ਨਾਮ ਨਹੀਂ ਹੈ, ਉਹ ਪ੍ਰਭੂ ਦਾ ਨਾਮ ਹੈ। ਠੀਕ ਹੈ, ਠੀਕ ਹੈ ਜੀ। ਹਾਂ, ਸਗਲ ਸਮਗਰੀ ਇੱਕ ਘਟ ਮਾਹੇ, ਅਨੇਕ ਰੰਗ ਨਾਨਾ ਦ੍ਰਿਸ਼ਟਾ। ਸਗਲ ਸਮਗਰੀ ਇੱਕ ਘਟ ਮਾਹੇ, ਦੇਖੋ ਜਿੰਨੀ ਵੀ ਆ ਸਮਗਰੀ ਹੈ, ਹਾਂਜੀ, ਜਿੰਨੀ ਵੀ ਮਾਇਆ ਹੈ, ਜਦ ਇੱਕ ਹੋ ਜਾਂਦਾ ਇਹਦੇ ਅੰਦਰ ਹੀ ਹੁੰਦੀ ਹੈ ਸਭ। ਇੱਕ ਘਟ ਮਾਹੇ, ਇਹਦਾ ਆਪਣਾ ਪੇਟ ਹੈ ਐਡਾ, ਜੈਸੇ ਧਾਰ ਉੱਪਰ ਆਕਾਸ਼ ਕਰਤਾ ਤੇਰੇ ਸਭ ਕੁਛ ਹੈ। ਉਹ ਘਰ ਜਿਹੜਾ ਹੈਗਾ ਜਾਂ ਧਾਰ ਉੱਪਰ ਬੋਲੇ ਦੇ ਟੂ ਦੇ ਵਿੱਚ ਹੀ ਹੈ, ਮਾਇਆ ਔਰ ਸਮਝ। ਠੀਕ ਹੈ, ਇਹਦੇ ਸਮਝ ਮਾਇਆ ਹੈ, ਏਰੀਆ ਬਹੁਤਾ ਵੱਡਾ ਨਹੀਂ, ਇਹ ਛੋਟਾ ਏਰੀਆ ਹੈ। ਵੱਡਾ ਕੀ ਹੈ? ਵੱਡਾ ਸੁਖ ਸਾਗਰ ਹੈ। ਠੀਕ ਹੈ, ਸੁਖ ਸਾਗਰ ਕੀ ਹੈ? ਸੁਖ ਸਾਗਰ ਹੈ ਚਿੱਤ। ਸੁਖ ਸਾਗਰ ਕੀ ਹੈ? ਸੁਖ ਸਾਗਰ ਹੈ ਮਨ। ਮਨ ਛੋਟਾ ਉਹ ਵੱਡਾ ਹੈ, ਵਿਸ਼ੇਸ਼ ਹੈ। ਉਹਦੇ ਵਿੱਚੋਂ ਹੀ ਸਮਾਉਂਦਾ, ਵਿੱਚੋਂ ਹੀ ਪੈਦਾ ਹੁੰਦਾ। ਜਿਵੇਂ ਮਨ ਵਿੱਚੋਂ ਹੀ ਪੈਦਾ ਹੁੰਦਾ, ਵਿੱਚੇ ਹੀ ਸਮਾ ਜਾਂਦਾ, ਐਵੇਂ ਆ ਦੁੱਖ ਸਾਗਰ ਵਿੱਚੋਂ ਹੀ ਸੁਖ ਸਾਗਰ ਤੇ ਪੈਦਾ ਹੁੰਦਾ, ਉਹਦੇ ਵਿੱਚ ਹੀ ਸਮਾ ਜਾਂਦਾ। ਮਾਇਆ ਜਿਹੜੀ ਹੈ, ਜਿੰਨਾ ਕੁ ਦੁੱਖ ਸਾਗਰ ਹੈ, ਸੁਖ ਸਾਗਰ ਹੁੰਦਾ, ਕਿਹਦੇ ਖਾਤਰ ਪੈਦਾ ਹੁੰਦਾ? ਦੁੱਖ ਸਾਗਰ ਵਾਸਤੇ ਪੈਦਾ ਹੁੰਦਾ, ਮਨ ਵਾਸਤੇ ਪੈਦਾ ਹੋਇਆ ਸੰਸਾਰ। ਉਹ ਦੂਆ ਤਾਂ ਇਹਦੇ ਬਾਹਰ ਰਹਿੰਦਾ, ਦੁੱਖ ਸਾਗਰ ਨਹੀਂ ਇਹਦੇ ਵਿੱਚ ਆਉਂਦਾ, ਉਹ ਲਿਪਤ ਰਹਿੰਦਾ ਇੱਥੇ। ਉਹ ਸੁਖ ਸਾਗਰ ਦਾ ਵਾਸੀ ਹੋ ਰਹਿੰਦਾ। ਮਨ ਇਹ ਦੁੱਖ ਸਾਗਰ ਹੈ, ਆਪਣੇ ਆਪ ਚ ਦੁੱਖਾਂ ਦੀ ਪਾਂਡਾ ਮਨ। ਜੇ ਦੁੱਖਾਂ ਦੀ ਪਾਂਡਾ ਤਾਂ ਹੀ ਸੁਖ ਟੋਲਦਾ। ਠੀਕ ਹੈ ਜੀ, ਦੁੱਖਾਂ ਦੇ ਟੋਲਦਾ, ਸੁੱਖ ਕਿਉਂ ਟੋਲਦਾ? ਉਹ ਦੁੱਖਾਂ ਦੀ ਪੰਡ ਲਈ ਫਿਰਦਾ, ਇੱਕ ਇੱਕ ਕਰਕੇ ਉਹ ਕਹਿੰਦਾ ਵੀ ਦੁੱਖ ਨੇ ਜਿਹੜੇ ਛੱਡੀ ਜਾਵਾਂ, ਸੁੱਖ ਲਈ ਜਾਵਾਂ। ਪਰ ਕਾਮਯਾਬੀ ਕਾਮਯਾਬੀ ਆ ਕਾਮਯਾਬੀ ਦੁੱਖਾਂ ਦੀ ਪੰਡ ਦੀ ਜਗ੍ਹਾ ਛੱਡ ਕੇ ਸੁੱਖਾਂ ਦੀ ਪੰਡ ਸੁੱਖ ਸਾਗਰ ਚ ਭੇਜਤਾ ਉਹਨੂੰ। ਠੀਕ ਹੈ, ਸਾਰੇ ਔਗਣ ਛਡਾਤੇ, ਔਗਣ ਛੱਡਦਾ ਨੀ, ਔਗਣ ਦੁੱਖ। ਠੀਕ ਹੈ, ਇਹ ਨੀ ਇਹਨੂੰ ਪਤਾ ਵੀ ਔਗਣ ਦੁੱਖ ਨੇ। ਇਹ ਸਾਡੇ ਬਿਨਾਂ ਸਰਦਾ, ਝੂਠ ਬਿਨਾਂ ਨਹੀਂ ਸਰਦਾ।
ਬਿਜ਼ਨਸ ਨਹੀਂ ਹੁੰਦਾ ਝੂਠ ਬਿਨਾ ਸਰਦਾ ਨਹੀਂ ਪੈਸਿਆਂ ਬਿਨਾ ਸੁਖ ਨਹੀਂ ਪੈਸੇ ਗੱਲ ਹੈ ਜਿੰਨਾ ਅਮੀਰ ਹੁੰਦਾ ਗਿਆ ਉਹਨਾਂ ਸਗੋਂ ਉਹਦਾ ਜਿਹੜਾ ਪੀਸ ਆਫ ਮਾਈਂਡ ਕਰਦਾ ਚਲਾ ਗਿਆ ਹੁਣ ਜਿਹੜੇ ਸਿਆਣੇ ਬੰਦੇ ਨੇ ਦੁਨੀਆਂ ਦੇ ਫਿਲੋਸਫਰ ਨੇ ਪ੍ਰੋਸਪਰਿਟੀ ਨਾਲ ਸੁਖ ਨੇ ਠੀਕ ਹੈ ਐ ਦੂਜੇ ਲੋਕ ਤਾਂ ਚਾਹੇ ਨਾਮ ਲੈ ਲਿਆ ਤੇ ਵਿਆਪੀ ਨੇ ਫਿਲੋਸਫਰ ਆਲ ਵਿਚਾਲੇ ਹੁੰਦਾ ਨਾ ਉਧਰ ਹੁੰਦਾ ਨਾ ਉਧਰ ਤਾਂ ਦੁਨੀਆਵੀ ਹੁੰਦਾ ਉਹ ਨਾ ਨਿਰਾਕਾਰੀ ਹੁੰਦਾ ਵਿਚਾਲੇ ਹੁੰਦਾ ਐਨੀ ਗੱਲ ਉਹ ਵੀ ਜਾਣਦਾ ਉਹ ਦੁਨੀਆ ਨੂੰ ਪਰੇ ਹੋ ਕੇ ਦੇਖਦਾ ਅੱਡ ਹੋ ਕੇ ਦੇਖਦਾ ਦੁਨੀਆ ਤੋਂ ਕਹਿੰਦਾ ਵੀ ਇਹ ਤਾਂ ਜਿਹੜਾ ਗੜਬੜ ਹੈ ਸਰਕਾਰਾਂ ਦੀ ਇਹ ਗੱਲ ਮੰਨਦੀ ਹੈ ਸਰਕਾਰਾਂ ਦੀ ਮਜਬੂਰੀ ਹੈ ਸਰਕਾਰਾਂ ਦੇ ਡਿਵੈਲਪਮੈਂਟ ਦਾ ਕੰਮ ਨਹੀਂ ਚੱਲਦਾ ਠੀਕ ਹੈ ਵਿਦਵਾਨ ਨਹੀਂ ਇਹ ਗੱਲ ਮੰਨਦੇ ਫਿਲੋਸਫਰ ਮੰਨਦੇ ਨੇ ਫਿਲੋਸਫਰ ਵਿਦਵਾਨ ਨੂੰ ਉੱਪਰ ਹੁੰਦਾ ਭਗਤ ਤੋਂ ਥੱਲੇ ਹੁੰਦਾ ਵਿਚਾਲੇ ਹੁੰਦਾ ਠੀਕ ਹੈ ਜਿਹੜੇ ਫਿਲੋਸਫਰ ਹੋਏ ਨੇ ਜਿੰਨੇ ਵੀ ਭਗਤਾਂ ਤੋਂ ਥੱਲੇ ਦੀ ਅਵਸਥਾ ਦੇ ਉਹ ਟੋਪੀ ਦੇ ਕੁੱਤੇ ਨੇ ਨਾ ਘਰ ਦੇ ਨਾ ਘਰ ਦੇ ਨਾਲ ਦੁਨੀਆਵੀ ਰਹੇ ਨਾ ਕਹਾਂਗੇ ਠੀਕ ਹੈ ਫਿਲੋਸਫਰ ਟੋਪੀ ਦੇ ਕੁੱਤੇ ਨੇ ਨਾ ਤਾਂ ਦੁਨੀਆ ਜੋਗੇ ਰਹੇ ਹੋ ਠੀਕ ਹੈ ਨਾ ਗੁਰੂ ਜੋਗੇ ਬਣ ਸਕੇ ਆਪੇ ਗੁਰੂ ਨੇ ਉਹ ਗੁਰੂ ਨਹੀਂ ਮੰਨਦੇ ਕਿਸੇ ਨੂੰ ਫਿਲੋਸਫਰ ਠੀਕ ਹੈ ਜੀ ਹਾਂਜੀ ਹਾਂਜੀ ਅਨੇਕ ਰੰਗ ਨਾਨਾ ਦਿਸਟਾਂ ਅਨੇਕ ਰੰਗ ਨਾਨਾ ਦਿਸਟਾਂ ਅਨੇਕ ਰੰਗ ਨੇ ਸੰਸਾਰ ਦੇ ਵਿੱਚ ਨਾਨਾ ਪ੍ਰਕਾਰ ਦੇ ਰੂਪ ਰੰਗ ਨੇ ਦਿਸਟਾਂ ਹੁੰਦੇ ਨੇ ਜਿਹਦੇ ਤਾਂ ਹੈਗੇ ਸਾਡੇ ਸਾਹਮਣੇ ਹੀ ਨੇ ਦਿਸਟਾਂ ਵਾਲੇ ਦੀਦੇ ਨੇ ਸਾਡੇ ਸਾਹਮਣੇ ਹੀ ਨੇ ਨਾਨਾ ਰੂਪ ਨਾਨਾ ਰੰਗ 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 ਨੇ ਸੰਸਾਰ ਦੇ ਅੱਖਾਂ ਨਾਲ ਦੇਖਣ ਵਾਲੇ ਵੀ ਰੰਗ ਨੇ ਬੁੱਧੀ ਨੂੰ ਦੇਖਣ ਵਾਲੇ ਵੀ ਰੰਗ ਨੇ ਇੱਕ ਗਿਆਨ ਆਹੋ ਗਿਆਨ ਵੀ ਨਾਨਾ ਪ੍ਰਕਾਰ ਦਾ ਸੰਸਾਰ ਜੋ ਵੀ ਰੰਗ ਹੈ ਠੀਕ ਹੈ ਜਿਹੜੀਆਂ ਮਨੁੱਖਾਂ ਨੇ ਸਾਰਿਆਂ ਦਾ ਰੰਗ ਆਪਣਾ ਆਪਣਾ ਰੰਗ ਛੱਡ ਦਿੱਤਾ ਤਾਂ ਹੀ ਚੇਲੇ ਫਸਾਏ ਹੋਏ ਨੇ ਫਸਾ ਨਹੀਂ ਲੈਂਦੇ ਆਪਣੇ ਨਾਲ ਜੋੜ ਕੇ ਜਿੰਨਾ ਤੁਸੀਂ ਮਰਜ਼ੀ ਜੋਰ ਲਾਈ ਜਾਓ ਜਿਹੜਾ ਜਿੱਥੇ ਫਸ ਗਿਆ ਟੁੱਟਦਾ ਮੁਸ਼ਕਲ ਹੈ ਠੀਕ ਹੈ ਉਹਨੂੰ ਰੰਗ ਚੜ ਜਾਂਦਾ ਨਾ ਉਹ ਰੰਗ ਲਏ ਤਾਂ ਦੂ ਚੜੇ ਠੀਕ ਹੈ ਜੀ ਹਾਂ ਜੇ ਲਾਉਣਾ ਚਾਹੇ ਹੋ ਤਾਂ ਲੈਂਦਾ ਜੋ ਲਾਉਣਾ ਨਹੀਂ ਚਾਹੁੰਦਾ ਠੀਕ ਹੈ ਹਾਂ ਠੀਕ ਹੈ ਜੀ ਹਾਂ ਜੀ ਨੌ ਨਿਧੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ ਜਿਹੜੇ ਜਿਹੜੇ ਦਾ ਦਿਸ਼ਮਾਨ ਨੇ ਸਾਰੇ ਰੰਗ ਗਿਆਨ ਉਹਦਾ ਬਾਹਰ ਨੇ ਆ ਇੱਕ ਰੰਗ ਹੋਰ ਹੈ ਮਜੀਠਾ ਆਹ ਨਾਮ ਦਾ ਇਹ ਬਾਹਰ ਦੀ ਨਹੀਂ ਦਾ ਹੈਗਾ ਅਸਲ ਚ ਸਿਆਪਾ ਇਸ ਗੱਲ ਦਾ ਇਹ ਬਾਹਰ ਹੈ ਉਹ ਨਹੀਂ ਬਾਹਰ ਨੇ ਤਾਂ ਸਾਰੇ ਲਈ ਫਿਰਦੇ ਨੇ ਇਹ ਦਿਸ਼ਮਾਨ ਨਹੀਂ ਹੈਗਾ ਇਹਦੇ ਹੀ ਮੈਂ ਇਸ ਕਾਫੀ ਸਾਹਮਣੇ ਅੰਦਰ ਦੱਬਿਆ ਹੋਇਆ ਡੂੰਘਾ ਇਹ ਅੰਦਰਲੇ ਸਰੀਰ ਚ ਦੇਹੀ ਚ ਠੀਕ ਹੈ ਜੀ ਆ ਬਾਹਰਲਾ ਸਰੀਰ ਨੂੰ ਬਦੇਹੀ ਕਹਿੰਦੇ ਨੇ ਬਦੇਹੀ ਹੈ ਪੰਜ ਭੂਤ ਜਿਹੜਾ ਪੰਜ ਤੱਤਾਂ ਵਾਲਾ ਸਰੀਰ ਹੈ ਬਦੇਹੀ ਹੈ ਬਦੇਹੀ ਦਾ ਮਤਲਬ ਹੁੰਦਾ ਜੋ ਬਿੰਸਨ ਹਾਰਾ ਸਰੀਰ ਹੈ ਬਦੇਹੀ ਹੈ ਅਸਲ ਜੋ ਦੇਹੀ ਉਹ ਨਹੀਂ ਹੈ ਦੇਹੀ ਅਸਲੀ ਅੰਦਰਲੀ ਹੈ ਉਸੇ ਦਾ ਜਨਮ ਹੋਣਾ ਉਸੇ ਦਾ ਕਿੱਸਾ ਮਾਲਕ ਬਣ ਉਸੇ ਦੀ ਡਿਵੈਲਪਮੈਂਟ ਹੋ ਰਹੀ ਹੈ ਉਸੇ ਦੇ ਅੰਜਰ ਪਏ ਅੱਖ ਚ ਅੰਜਰ ਉਸੇ ਦੇ ਪਿਆ ਹੋਰ ਕਿਹਦੇ ਪਿਆ ਹਾਂ ਨਾਨੇ ਦੀ ਅੰਮ੍ਰਿਤ ਪ੍ਰਭ ਦਾ ਨਾਮ ਜਿਹੜਾ ਪ੍ਰਭ ਦਾ ਨਾਮ ਹੈ ਨਾ ਅੰਮ੍ਰਿਤ ਇਹ ਅੰਦਰ ਹੈ ਅੰਦਰੋਂ ਮਿਲਣਾ ਬਾਹਰੋਂ ਨਹੀਂ ਮਿਲਣਾ ਹੈ ਦੇਹੀ ਮੈਂ ਇਸ ਕਾ ਵਿਸਰਾਮ ਹਾਂ ਇਹ ਤਾਂ ਅੰਦਰੋਂ ਮਿਲਿਆ ਜਿਹਨੂੰ ਮਿਲਿਆ ਬਾਹਰੋਂ ਮਿਲਦਾ ਹੀ ਨਹੀਂ ਨਾਮ ਦਿੱਤਾ ਨਹੀਂ ਜਾ ਸਕਦਾ ਨਾ ਲਿਆ ਜਾ ਸਕਦਾ ਗਿਆਨ ਦਿੱਤਾ ਲਿਆ ਜਾ ਸਕਦਾ ਠੀਕ ਹੈ ਅਸਲ ਦਿੱਤਾ ਲਿਆ ਵੀ ਫਿਰ ਕਹਾਂ ਕਹਿਤਾ ਕਹਾਂ ਹੋਰ ਇਹਦੇ ਚ ਸੰਸ਼ੋਧਨ ਕਿ ਗਿਆਨ ਵੀ ਦਿੱਤਾ ਲਿਆ ਨਹੀਂ ਜਾ ਸਕਦਾ
ਗਿਆਨ ਵੀ ਦੱਸਿਆ ਜਾ ਸਕਦਾ ਲੈਣੇ ਵਾਲੇ ਦੀ ਮਰਜ਼ੀ ਹੈ ਲਵੇ ਚਾਹੇ ਨਾ ਲਵੇ ਜੇ ਦਿੱਤਾ ਲਿਆ ਜਾ ਸਕਦਾ ਹੁੰਦਾ ਤਾਂ ਕੋਈ ਜਿਹੀ ਸਟੂਡੈਂਟ ਕੋਈ ਜਿਹੀ ਨੰਬਰ ਲੈ ਕੇ ਪਾਸ ਹੁੰਦੇ ਸਾਰੇ ਜਿੰਨਾ ਕੋਈ ਲੈ ਲੈਂਦਾ ਉਹਨਾਂ ਨੂੰ ਫਿਰ ਜਾਂਦਾ ਠੀਕ ਹੈ ਜੀ ਟੀਚਰ ਦੱਸ ਰਿਹਾ ਦੇ ਨਹੀਂ ਰਿਹਾ ਟੀਚਰ ਬੋਲ ਰਿਹਾ ਦੱਸ ਰਿਹਾ ਦੇ ਨਹੀਂ ਰਿਹਾ ਰਾਸ਼ਨ ਲੈਣ ਜਾਈਏ ਦੁਕਾਨ ਤੇ ਉਹਨਾਂ ਨੇ ਲੈ ਕੇ ਆਊਗਾ ਉਹਨੇ ਪੈਸੇ ਦਾ ਹਰੇਕ ਆਦਮੀ ਕੋਈ ਚਲਿਆ ਜਾਓ ਜਾਣਾ ਭੇਜ ਦੋ ਸਿਆਣਾ ਭੇਜ ਦੋ ਠੀਕ ਹੈ ਜੀ ਪਰ ਕਲਾਸ ਚ ਬੈਠ ਕੇ ਤਾਂ ਇੱਕੋ ਜਿਹਾ ਗਿਆਨ ਨਹੀਂ ਲੈ ਸਕਦੇ ਸਾਰੇ ਦਿੱਤਾ ਨਹੀਂ ਜਾ ਸਕਦਾ ਸੌਦਾ ਉਹ ਤਾਂ ਦਊ ਅਲਫਾਬੇਟ ਪਾ ਕੇ ਤੋਲ ਕੇ ਪੈਸੇ ਲੈ ਲੂਗਾ ਸੌਦਾ ਦੇ ਦੂਗਾ ਘਰ ਨੂੰ ਪੂਰਾ ਲੈ ਆਓ ਕੋਈ ਹੋਵੇ ਚਾਹੇ ਬੇਵਕੂਫ ਹੋਵੇ ਚਾਹੇ ਅਗਲਾ ਹੋਵੇ ਅਗਲਾ ਵੱਧ ਨਹੀਂ ਲੈ ਸਕਦਾ ਬੇਵਕੂਫ ਘੱਟ ਨਹੀਂ ਲਿਆਉਂਦਾ ਠੀਕ ਹੈ ਪਰ ਇੱਥੇ ਕਿਉਂ ਹੈ ਘੱਟ ਵੱਧ ਉਹ ਦੇ ਰਿਹਾ ਕਿ ਇੱਕੋ ਜਿਹਾ ਕਿਉਂ ਨਹੀਂ ਲੈ ਰਹੇ ਮਿਲ ਰਿਹਾ ਠੀਕ ਹੈ ਗਿਆਨ ਦਿੱਤਾ ਵੀ ਜਾ ਸਕਦਾ ਦੱਸਿਆ ਜਾ ਸਕਦਾ ਲੈਣ ਵਾਲੇ ਦੀ ਮਰਜ਼ੀ ਹੈ ਕਿੰਨਾ ਲੈਂਦਾ ਉਹਦੀ ਬੁੱਧੀ ਹੈ ਉਹਦੇ ਹੱਥਾਂ ਤੇ ਡਿਪੈਂਡ ਕਰਦਾ ਦੋਹਾਂ ਤੇ ਚੇਤਰ ਮਨ ਤੇ ਜੇ ਤਾਂ ਜੋੜ ਕੇ ਹੱਥ ਲੈਂਦਾ ਤਾਂ ਜ਼ਿਆਦਾ ਮਿਲ ਜਾਂਦਾ ਹੈ ਜੇ ਹੱਥਾਂ 'ਚ ਢਿੱਲਾ ਤਾਂ ਥੱਲੇ ਚੋਜ ਨਹੀਂ ਕਰ ਜਾਂਦਾ ਅਪਰ ਤਾਂ ਲੀਕ ਵੀ ਤਾਂ ਕਰ ਜੂਗਾ ਜੇ ਉਂਗਲੀਆਂ 'ਚ ਛੇਦ ਰੱਖੂਗਾ ਠੀਕ ਹੈ ਉਹ ਲੈਂਦਾ ਕਿਸ ਤਰੀਕੇ ਨਾਲ ਹੈ ਪ੍ਰੈਕਟੀਕਲ ਕਾਲਜਾਂ ਸਕੂਲਾਂ 'ਚ ਤੁਸੀਂ ਪੜ੍ਹਾਉਂਦੇ ਹੋ ਪ੍ਰੈਕਟੀਕਲ ਹੈ ਪ੍ਰੈਕਟੀਕਲ ਦੇ ਵਿੱਚੋਂ ਜੋ ਨਿਕਲ ਕੇ ਚੀਜ਼ ਆਉਂਦੀ ਉਹ ਸੱਚ ਹੁੰਦਾ ਹੈ। ਥਿਊਰੀ ਪ੍ਰੈਕਟੀਕਲ ਜਾ ਕੇ ਪਰਖੀ ਜਾਂਦੀ ਹੈ ਸੱਚ ਹੈ ਝੂਠ ਹੈ। ਠੀਕ ਹੈ। ਥਿਊਰੀ ਦਾ ਸੱਚ ਪ੍ਰੈਕਟੀਕਲ ਜਾ ਕੇ ਪਤਾ ਲੱਗੂਗਾ। ਹਾਂ। ਇਹ ਜਿਹੜਾ ਅੰਮ੍ਰਿਤ ਹੈ ਨਾ ਉਹਨੇ ਅੰਮ੍ਰਿਤ ਪ੍ਰਭ ਦਾ ਨਾਮ ਹੈ ਦਿੱਤਾ ਹੀ ਨਹੀਂ ਜਾ ਸਕਦਾ ਦੱਸਿਆ ਜਾ ਸਕਦਾ ਵੀ ਐਂ ਮਿਲੂ ਤੈਨੂੰ। ਇਹ ਤਾਂ ਹੋਰ ਵੀ ਹੈ ਤਾਂ ਦੱਸਿਆ ਜਾਂਦਾ ਵੀ ਆ ਤੇਰੇ ਅੰਦਰ ਹੈ। ਤੇ ਵੀ ਵੇੜੇ ਜਾਏਗਾ ਪਾਣੀ ਥੱਲੇ ਬੋਰ ਕਰ ਲਓ ਥੱਲੇ ਪਾਣੀ ਇੰਨਾ ਪਾਈਪ ਲਿਆਓ ਆ ਕਰ ਲਓ ਐ ਪਾਣੀ ਮਿਲੂਗਾ ਨਲਕਾ ਲਾ ਲਿਓ ਆ ਜੈਟ ਪੰਪ ਲਾ ਲਿਓ ਕੁਛ ਲਾ ਲਿਓ ਭਾਈ ਆ ਸਾਧਨ ਦੱਸੇ ਜਾ ਕੁਝ ਮਦਦ ਕੀਤੀ ਜਾ ਸਕਦੀ ਹੈ ਮਿਲੂਗਾ ਆਪਣੇ ਅੰਦਰੋਂ ਹੀ ਠੀਕ ਹੈ ਹਾਂ ਨਾਮ ਹੈ ਨਾਮ ਦੀ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਸਾਮ ਭਾਈ ਦੇਹੀ ਚ ਹੈ ਕਿੱਥੇ ਅੱਗੇ ਕਹਿੰਦੇ ਨਾ ਗੁਰੂ ਉਹ ਕਹਿੰਦੇ ਜੀ ਇੱਥੇ ਜਿੱਥੇ ਖੂਹ ਲਾਉਣੇ ਆ ਪਾਣੀ ਖਾਰਾ ਨਿਕਲਦਾ ਉੱਥੇ ਮਾਫ ਕਰ ਗੁਰੂ ਸਾਹਿਬ ਕਹਿੰਦੇ ਭਾਈ ਇੱਥੇ ਲਾ ਲਓ ਹੁਣ ਵੀ ਮੰਨਦੇ ਨੇ ਉਹ ਵੀ ਕੋਈ ਖਾਸ ਜਗ੍ਹਾ ਹੁੰਦੀ ਹੈ ਕੁਝ ਬੰਦਿਆਂ ਨੂੰ ਸਿਆਣਿਆਂ ਨੂੰ ਪਤਾ ਹੁੰਦਾ ਵੀ ਇੱਥੇ ਪਾਣੀ ਮੈਂ ਛੜਕੂਗਾ ਠੀਕ ਹੈ ਸਾਇੰਸ ਵਾਲਿਆਂ ਨੇ ਵੀ ਡਿਵੈਲਪਮੈਂਟ ਕੀਤੀ ਹੈ ਕੁਝ ਇਹਦੇ ਵਿੱਚ ਠੀਕ ਹੈ ਖੂਹ ਪੁੱਟਿਆ ਜੀ ਉੱਥੇ ਬਿਠਾ ਨਿਕਲਿਆ ਆਪਾਂ ਪਿਛਲੀਆਂ ਸਾਥੀਆਂ ਨੇ ਸਾਡੇ ਕੋਲ ਉਹਨਾਂ ਨੂੰ ਧਿਆਨ ਹੋਵੇ ਇਸ ਗੱਲ ਦਾ ਵੀ ਇੱਥੇ ਇਹ ਜੀ ਧਰਤੀ ਹੁੰਦੀ ਹੈ ਕੱਲ ਗਿਆਨ ਦੀ ਹੋਈ ਹੈ ਜਾਦੂ ਵਾਲੀ ਕੋਈ ਗੱਲ ਨਹੀਂ ਗਿਆਨ ਤੋਂ ਬੜਾ ਜਾਦੂ ਕੋਈ ਵੀ ਨਹੀਂ ਹੈ ਠੀਕ ਹੈ ਇਸ ਕਰਕੇ ਨੌਵਾਂ ਨਦੀ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਦਸਾਂ ਤਾਂ ਹੈ ਕਿੱਥੇ ਸਵਾਲ ਹੈ ਕਿਹੜੀ ਜਗ੍ਹਾ ਟੋਆ ਪੱਟੀ ਹੈ ਬੇੜਾ ਬਹੁਤ ਬੜਾ ਹੈ ਬੇੜਾ ਦਾ ਦਾਰੂ ਦਾ ਘਾਸ ਹੈ ਹਾਂਜੀ ਕਰਦਾ ਐਡਾ ਜਿਹੜਾ ਧਰ ਉੱਪਰ ਆਕਾਸ਼ ਠੀਕ ਹੈ ਖੋਦੀ ਹੈ ਕਿੱਥੇ ਉਹ ਕਹਿੰਦੇ ਸੁਰਮ ਸਮਾਦ ਜਿੱਥੇ ਮਨ ਚੁੱਪ ਕੀਤਾ ਉੱਥੇ ਖੋਦ ਲਓ ਉੱਥੇ ਬੋਰ ਕਰ ਲਓ ਜਿੱਥੇ ਬੈਠਾ ਨਾ ਆਣਾ ਉੱਥੇ ਹੀ ਬੋਰ ਕਰਨਾ ਠੀਕ ਹੈ ਜਿੱਥੇ ਮਰਿਆ ਨਾ ਮਰੂ ਤਾਂ ਹਰ ਕੇ ਦਵਾਰ ਉੱਥੇ ਬੋਰ ਕਰ ਲਓ ਇਹਦੇ ਵਿੱਚ ਦੀ ਬੋਰ ਕਰਨਾ ਮਨ ਦੇ ਹਾਂ ਇਹਦੇ ਵਿੱਚੋਂ ਹੀ ਨਿਕਲਣਾ ਫਿਰ ਜਿਹਦੇ ਬੀਦੀ ਬੋਰ ਕਰਾਂਗੇ ਉੱਥੇ ਜਨ ਕਰੂ ਹਾਂ ਮਾਤਾ ਇੱਕ ਸਲਾਹ ਪਈ ਹੈ ਸਲਾਹ ਬਣ ਕੇ ਪੈ ਗਿਆ ਸਲਾਹ ਦੇ ਬੀਦੀ ਬੋਰ ਥੱਲੇ ਕਰ ਲਓ ਪਾਣੀ ਇਹਦੇ ਬੀਦੀ ਹੋਣ ਕਰੇ ਫਿਰ ਅੰਦਰੋਂ ਇਹਦੇ ਵਿੱਚੋਂ ਹੀ ਨਿਕਲਣਾ ਠੀਕ ਹੈ ਸਮਾਧ ਆਨਾਤ ਹੈ ਨਾਦ ਨਾਦ ਉੱਥੇ ਪ੍ਰਗਟ ਹੋਣਾ ਜਿੱਥੇ ਚੁੱਪ ਕੀਤਾ ਹੋਇਆ ਹੈ ਮਨ ਚੁੱਪ ਕਰਕੇ ਸੁਣਾਇਆ ਨਾ ਠੀਕ ਹੈ ਪਹਿਲਾਂ ਚੁੱਪ ਹੈ ਉਹ ਤਾਂ ਬੋਲਦਾ ਹੀ ਨਹੀਂ ਹੈ ਜੇ ਬੋਲਦਾ ਹੁੰਦਾ ਫੜਿਆ ਨਾ ਜਾਂਦਾ ਅੰਦਰੋਂ
ਉਹਦਾ ਲੁਕਿਆ ਬੈਠਾ ਵਿਚਾਰਾ। ਠੀਕ ਹੈ ਜੀ। ਆਹੋ ਉਹ ਤਾਂ ਆਪਣਾ ਟਾਈਮ ਪਾਸ ਕਰਦਾ। ਤੇ ਭਾਵ ਇਹ ਹੈ ਕਿ ਜਿਹੜੀ ਦੇਹੀ ਇਹਨੂੰ ਆਪਾਂ ਵਿਦੇਹੀ ਕਹਿੰਦੇ ਆ, ਉਸ ਦੇਹੀ ਕਹਿੰਦੇ ਤੇ ਕੋੜਦੀ ਹੈ ਨਾ। ਕਰ ਉਹ ਕਰਮ ਧਰਮ ਜੋ ਛੱਪ ਖਲੋਦਾ ਛੁਪਿਆ ਹੋਇਆ ਹੈ, ਖਲਾ ਧਰਮ ਦਾ ਛੁਪਿਆ ਹੋਇਆ ਕੁੜ ਪ੍ਰਧਾਨ ਹੈ। ਜਿੱਥੇ ਮਾਨ ਔਰ ਚਿੱਤ ਦੀ ਏਕਤਾ ਸੁਣ, ਉਹ ਪਹਿਲਾਂ ਸੁਣਨਾ ਇਹ ਵੀ ਸੁਣ ਹੋ ਗਿਆ। ਠੀਕ ਹੈ ਜੀ। ਉਹ ਤਾਂ ਪਹਿਲਾਂ ਹੀ ਬੋਲਦਾ, ਹੁਣ ਇਹ ਵੀ ਨਹੀਂ ਬੋਲਦਾ, ਸੁਣ ਹੋ ਗਿਆ ਨਾ। ਹਾਂਜੀ। ਪਰ ਇਹਦੇ ਵਿਚਾਲੇ ਬੋਰ ਕਰ ਦੇਣੇ ਦੋਹਾਂ ਨੇ। ਠੀਕ ਹੈ। ਵਿਚਾਲੇ ਪੌਦਾ ਪੈਦਾ ਹੋਣਾ, ਦੋਹਾਂ ਦੇ ਵਿਚਾਲੇ ਨਿਕਲਦਾ। ਠੀਕ ਹੈ। ਉੱਥੇ ਹੀ ਨਾ ਪੈਦਾ ਹੋਣਾ। ਕਹਿੰਦੇ ਜਿੱਥੇ ਦੋਹਾਂ ਦਾ ਜੋੜ ਹੈ ਦੇ ਵਿੱਚੋਂ ਨਿਕਲਣਾ, ਜੋ ਨਿਕਲਣਾ। ਠੀਕ ਹੈ ਜੀ। ਸੁਣ ਸਮਾਜ ਅਨ ਹੱਟ ਹੈ ਨਾਦ। ਉੱਥੇ ਹੀ ਨਾਦ ਹੈ ਜਿੱਥੇ ਸੁਣ ਸਮਾਜ ਹੈ। ਮਾਇਆ ਦਾ ਫੁਰਨਾ ਬੰਦ ਹੋਇਆ, ਉਹਦੇ ਨਾਲ ਲੱਗਦਾ ਹੀ ਮਾਇਆ ਦਾ ਫੁਰਨਾ ਬੰਦ ਹੋਇਆ, ਉਹਦੇ ਨਾਲ ਹੀ ਸੱਚ ਦਾ ਝੂਠ ਦਾ ਫੁਰਨਾ ਜਿੱਥੇ ਬੰਦ ਹੋਇਆ ਨਾ, ਮਾਇਆ ਦੀ ਇੱਛਾ ਬੰਦ ਹੋਈ ਹੈ, ਉੱਥੇ ਹੀ ਨਾਮ ਦੀ ਇੱਛਾ ਜੇ ਹੈਗੀ ਭੁੱਖ ਹੈਗੀ ਜੂਆ ਫੁਰਨਾ ਉੱਠਣਾ। ਸੱਚ ਉੱਥੋਂ ਹੀ ਫੁਰਨਾ, ਨਾਮ ਉੱਥੋਂ ਹੀ ਫੁਰਨਾ ਜਿੱਥੋਂ ਝੂਠ ਦਾ ਫੁਰਨਾ ਬੰਦ ਹੋਇਆ। ਸਮਾਜ ਅਨਹਤ ਹੈ ਉੱਥੇ ਹੀ ਪ੍ਰਗਟ ਹੁੰਦਾ, ਇਹ ਦੱਸ ਦਿੱਤਾ। ਬਾਹਰ ਜਾਕਣ ਦੀ ਲੋੜ ਨੀ, ਤੇਰੇ ਦਿਲ ਦੇ ਵਿੱਚੋਂ ਨਿਕਲਣਾ। ਦਿਲ ਵਿਚਾਲੇ ਹੀ ਦੋਹਾਂ ਦੇ ਦਿਲ ਮਿਲੇ ਨੇ ਨਾ, ਮਨ ਦੇ ਅਰ ਚਿੱਤ ਦੇ। ਅੱਧਾ ਦਿਲ ਉਹਦੇ ਕੋਲ ਸੀ, ਅੱਧਾ ਉਹਦੇ ਕੋਲ ਸੀ। ਦਿਲ ਇੱਕ ਹੋ ਗਿਆ, ਦਿਲ ਦੇ ਵਿੱਚੋਂ ਨਿਕਲਣਾ। ਠੀਕ ਹੈ। ਹਾਂਜੀ। ਦੇਹੀ ਦੇਹੀ ਦੀ ਗੱਲ ਹੈ, ਤਿਰਕੁੜੀ ਚੋਂ ਨਹੀਂ ਨਿਕਲਣਾ ਹੈਗਾ। ਤਿਰਕੁੜੀ ਖੋਦਣ ਲੱਗ ਕੇ। ਠੀਕ ਹੈ ਜੀ। ਦੇਹੀ ਦੀ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਦੇਹੀ ਜਿਹੜੀ ਨੂੰ ਵਿਦੇਹੀ ਕਿਹਾ, ਉਹ ਦੇਹੀ ਚ ਵਿਸਰਾਮ ਹੈ ਇਹਦਾ। ਠੀਕ ਹੈ ਨਾ ਜੀ। ਨਾ ਦੇਹੀ ਗੁਪਤ ਉਹੀ ਨਾ ਜਿਹੜੀ ਦੇਹੀ ਨੂੰ ਆਪਾਂ ਕਹਿੰਦੇ ਆ ਵੀ ਅੰਦਰ ਜਿਹੜੀ ਦੇਹੀ ਹੈਗੀ ਹੈ, ਜਿਹਨੂੰ ਕਿ ਆਪਾਂ ਨੂੰ ਜਿਹਦੀ ਸੂਝ ਨਹੀਂ ਹੈ, ਉਹਦੇ ਵਿੱਚ ਇਹਦਾ ਵਿਸਰਾਮ ਹੈ। ਹਾਂ, ਉਹਦੇ ਵਿੱਚ ਚੇਤਨ ਮਨ ਦੇ ਵਿੱਚੋਂ ਨਿਕਲ ਇੱਕ ਹੋਏ ਤਾਂ ਉਗਬੈ। ਠੀਕ ਹੈ। ਕਿਹਾ ਦਾ ਹੋਇਆ ਜਿਹਨੂੰ ਬਾਣੀ ਚ ਵਿਦੇਹੀ ਕਿਹਾ ਗਿਆ। ਨਾ ਬਾਣੀ ਚ ਵਿਦੇਹੀ ਬਾਹਲੀ ਨੂੰ ਕਿਹਾ ਗਿਆ। ਅੱਛਾ ਜੀ। ਵਿਦੇਹੀ ਤਾਂ ਬਾਹਲੀ ਹੈ, ਪੰਜ ਤਾਣੀ ਦੇਹੀ ਗੁਪਤ। ਠੀਕ ਹੈ ਜੀ। ਵਿਦੇਹੀ ਦਿਸ਼ਾ ਦੇਖਣ ਵਾਲੀ ਵਿਦੇਹੀ ਹੈ। ਠੀਕ ਹੈ ਜੀ। ਹਾਂ, ਤੁਸੀਂ ਤਾਂ ਉਲਟ ਕਹਿਤਾ ਸੀ। ਠੀਕ ਹੈ ਜੀ। ਉਹ ਇਹੀ ਚੱਲੇਗਾ। ਅੱਛਾ। ਨਹੀਂ, ਹਾਂ ਜੀ, ਮੈਸੇਜ ਇਹੀ ਚੱਲੇਗਾ। ਦੇਹੀ ਗੁਪਤ। ਠੀਕ ਹੈ, ਤੁਸੀਂ ਕਲੀਅਰ ਕਰ ਲਿਆ, ਚੰਗੀ ਗੱਲ ਹੈ। ਠੀਕ ਹੈ ਜੀ। ਹਾਂਜੀ। ਸੁਣ ਸਮਾਦ ਅਨਹਤ ਤੈ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਜਦੋਂ ਨਾਲ ਸੁਣਦਾ ਹੈ, ਨਾ ਤਾਂ ਉੱਥੇ ਪ੍ਰਗਟ ਹੁੰਦਾ ਹੈ। ਠੀਕ ਹੈ ਜੀ। ਜਾਂ ਪ੍ਰਗਟ ਹੁੰਦਾ ਹੈ ਜਦੇ, ਬਸ ਫਿਰ ਉਹ ਦੱਸਿਆ ਨਹੀਂ ਜਾ ਸਕਦਾ, ਫਿਰ ਉਹ ਬਿਸਮਾਦ ਹੋ ਜਾਂਦਾ। ਅੱਛਾ ਜੀ। ਉਹ ਐ ਹੋ ਜਾਂਦਾ ਵੀ ਇਹ ਗੱਲ ਤਾਂ ਸੱਚੀ ਹੋ ਗਈ ਵੀ ਮੇਰੇ ਵਿੱਚੋਂ ਹੀ ਪੈਦਾ ਹੋਇਆ ਨਾ। ਬਿਸਮਾਦ ਦੀ ਤਾਂ ਹੋਰ ਕੀ ਹੈ। ਇਹ ਗੱਲ ਮੰਨਣ ਵਾਲੀ ਹੋਣੀ ਹੈ, ਤੇਰੇ ਵਿੱਚੋਂ ਪੈਦਾ ਹੋਣਾ ਜੋ ਕੁਝ ਹੁਣ। ਇਹ ਤਾਂ ਆਪਣੇ ਆਪ ਨੂੰ ਸਮਝਦਾ, ਕੱਖ ਨਹੀਂ, ਅਪਰਾਧੀ ਸਮਝਦਾ ਸੀ। ਅਪਰਾਧੀ ਮੇਰੇ ਜੋ ਤੇ ਹੋ ਹੀ ਨਹੀਂ ਸਕਦਾ, ਪਰ ਜਾਂ ਹੋ ਜਾਂਦਾ ਫਿਰ ਬਿਸਮਾਦ ਹੋ ਜਾਂਦਾ। ਜੈਸਾ ਸਤਿਗੁਰ ਸੁਣੀਦਾ ਐਸਾ ਹੀ ਮੈਂ ਠੀਕ, ਜਾਂ ਦੇਖ ਲਿਆ ਫਿਰ ਬਿਸਮਾਦ। ਗੱਲ ਮੰਨਣ ਵਾਲੀ ਸੀ ਇਹ। ਠੀਕ ਹੈ। ਪਰ ਇਹ ਸੱਚੀ ਸੀ, ਵਿਸ਼ਵਾਸ ਹੀ ਨਹੀਂ ਹੋਇਆ ਸੀ ਤੱਕ ਇਸ ਗੱਲ ਦਾ, ਜਿੰਨਾ ਚਿਰ ਜਦੋਂ ਪ੍ਰਗਟ ਹੋਇਆ ਵਿਸ਼ਵਾਸ ਤਾਂ ਹੋਇਆ, ਪਹਿਲਾਂ ਵਿਸ਼ਵਾਸ ਹੈ। ਠੀਕ ਹੈ। ਜਿਹੜੀ ਚੀਜ਼ ਤੇ ਪ੍ਰਗਟਾਉਂਦਾ ਜੇ ਹੋ ਜਾਏ, ਆਪਾਂ ਨੂੰ ਪਤਾ ਹੋਵੇ ਵੀ ਮਰੀਜ਼ ਹੈ, ਵੀ ਹੁਣ ਇਹਨੇ ਬਹੁਤ ਦੇਰ ਹੋ ਗਈ ਪੈਰ ਨੂੰ ਬੁੱਝੇ, ਤੇ ਆਪਾਂ ਕਹਿਣ ਲੱਗ ਜਾਂਦੇ ਵੀ ਚਲੋ ਹੁਣ ਤਾਂ ਇਹਦਾ ਮੁਕਤੀ ਹੋ ਜਾਣੀ ਚਾਹੀਦੀ ਹੈ, ਖਹਿੜਾ ਛੁੱਟੇ, ਉਤਲੇ ਵੀ ਦੁਖੀ ਨੇ, ਇਹ ਵੀ ਦੁਖੀ ਹੈ।
ਬਹੁਤਾ ਫਿਕਰ ਨਹੀਂ ਹੁੰਦਾ, ਪਤਾ ਹੀ ਹੁੰਦਾ। ਪਰ ਜਦੋਂ ਅਚਾਨਕ ਕੋਈ ਡੈਥ ਹੁੰਦੀ ਹੈ, ਪਤਾ ਨਹੀਂ ਹੁੰਦਾ, ਫਿਰ ਵਿਸ਼ਵਾਸ ਬੈਠਾ ਆਦਮੀ ਗੱਲਾਂ ਕਰਦਾ ਚੰਗਾ ਭਲਾ ਹੈ, ਬੈਠਾ ਬੈਠਾ ਹੀ ਕਰਾਂ ਮਰ ਜਾਵੇ। ਜੇ ਕਿਸੇ ਨੂੰ ਦੱਸੇ ਉਹਨੂੰ ਵਿਸ਼ਵਾਸ ਨਹੀਂ ਹੁੰਦਾ, ਕਹਿੰਦਾ ਛੱਡ ਪਰੇ ਮੇਰੇ ਕੋਲ ਖੁੱਲ ਗਿਆ ਜੇ ਲੰਘ ਕੇ। ਇਸ ਕਰਕੇ ਅਖੀਰ ਤੱਕ ਵਿਸ਼ਵਾਸ ਦਾ ਹੋਣਾ ਮੁਸ਼ਕਲ ਹੈ। ਜਦੋਂ ਇਹ ਜੀ ਕੋਈ ਗੱਲ ਹੋਵੇ ਫਿਰ ਵਿਸ਼ਵਾਸ ਹੀ ਹੁੰਦਾ। ਠੀਕ ਹੈ ਜੀ, ਬਸ ਇਹ ਵਿਸ਼ਵਾਸ ਕਹਿਣਾ ਚਾਹੀ, ਕਹਿੰਦੇ ਉਹ ਵਿਸ਼ਵਾਸ ਕਿਹਾ ਜਾ, ਵਿਸ਼ਵਾਸ ਵੀ ਨਹੀਂ ਦੱਸਿਆ ਜਾਂਦਾ ਕਿਹਾ ਜਾ। ਉਹ ਵਿਸ਼ਵਾਸ ਬਾਰੇ ਵੀ ਨਹੀਂ ਦੱਸਿਆ ਜਾ ਸਕਦਾ, ਵਿਸ਼ਵਾਸ ਉਹ ਚੀਜ਼ ਹੈ ਜਿਹੜੀ ਦੱਸੀ ਨਾ ਜਾ ਸਕੇ। ਠੀਕ ਹੈ, ਜੋ ਬਿਆਨ ਤੋਂ ਪਰੇ ਉਹ ਵਿਸ਼ਵਾਸ ਹੈ, ਚੜ ਜਾ ਵਿਸ਼ਵਾਸ ਵਾਲੀ ਗੱਲ ਹੈ, ਬੋਲਣ ਤੋਂ ਪਰੇ ਦੀ ਗੱਲ ਹੈ। ਠੀਕ ਹੈ, ਇੱਥੇ ਆ ਕੇ ਪਰੇ ਚਲੀ ਗਈ ਗੱਲ, ਇੱਥੇ ਆ ਕੇ ਰਾਸ ਆਉਂਦਾ ਨਾਮ ਦਾ ਰਾਸ। ਠੀਕ ਹੈ, ਕਬੀਰ ਕਹਿੰਦਾ ਕੱਕਾ ਕਿਰਨ ਕਮਲ ਮੈਂ ਪਾਵਾ, ਕਹਿੰਦਾ ਜਿਹੜਾ ਗਿਆਨ ਜਨਮ ਲਿਆ ਸੀ ਨਾ ਪਹਿਲਾਂ, ਅਗਿਆਨ ਅਧੇਰ ਵਿਨਾਸ਼ ਹੋਇਆ ਸੀ, ਇਹਦੇ ਬਾਰੇ ਕਬੀਰ ਕਹਿੰਦਾ ਕੱਕਾ ਕਿਰਨ ਕਮਲ ਮੈਂ ਪਾਵਾ, ਕਿਰਨ ਗਿਆਨ ਦੀ ਕਿਰਨ ਗਈ ਨਾ ਕਮਲ ਹਿਰਦੇ ਚ ਅੱਖ ਚ, ਸਸੀ ਵਿਕਾਸ ਸੰਪਤੀਆਂ, ਚੰਦਰ ਮੈਂ ਦਾ ਵਿਕਾਸ ਹੋ ਗਿਆ, ਅੱਗੇ ਆਇਆ ਨਾ ਵਿਕਾਸ, ਹਾਂਜੀ ਵਿਕਾਸ ਆ ਗਿਆ ਨਾ ਲਫ਼ਜ਼ ਉੱਤੇ, ਹਾਂਜੀ ਸੰਤ ਦੇ ਨਾਲ ਸਸੀ ਵਿਕਾਸ ਪਟਣੀ ਆਵਾ, ਵਿਕਾਸ ਹੋ ਗਿਆ ਹੁਣ ਪਰਦਾ ਭਰਮ ਦਾ ਫੇਲ ਨਹੀਂ ਆ ਸਕਦਾ, ਵਿਕਾਸ ਹੋ ਗਿਆ, ਚਾਨਣ ਹੋ ਗਿਆ। ਠੀਕ ਹੈ, ਪਰ ਉਹਦੇ ਅਗਲੀ ਜੀ ਸਟੇਜ ਹੈ ਹੁਣ, ਔਰ ਜੇ ਪ੍ਰੇਮ ਰਸ ਕੋ ਪਾਵਾ, ਉਹ ਕੁਸਮ ਰਸ ਕੋ ਪਾਵਾ, ਉਹਦੇ ਵਿੱਚ ਜਿਹੜਾ ਰਸ ਆਇਆ ਉਹਦੇ ਵਿੱਚ ਹਿਰਦੇ ਚ, ਨਾਮ ਜਦ ਪ੍ਰਗਟ ਹੋਇਆ ਜਦ ਉਹਦਾ ਰਸ ਆਇਆ, ਪਾਵਾ ਤੋ ਅਕੈ ਕਹਾ ਕੈ ਸਮਝਾਵਾ, ਉਹ ਕਹਿੰਦਾ ਹੁਣ ਦੱਸਣ ਤੋਂ ਪਰੇ। ਠੀਕ ਹੈ, ਅਕੈ ਕਹਾ ਕੈ ਸਮਝਾਵਾ, ਦੱਸੋ ਸਮਝਾਵਾ ਕੀ ਕਹਿ ਕੇ ਕਿਆ ਹੈ ਉਹ ਕਹੇ, ਉਹ ਜਿਹੜਾ ਰਸ ਚੱਕੂਗਾ ਉਹਨੂੰ ਵੀ ਪਤਾ ਲੱਗੂਗਾ। ਠੀਕ ਹੈ, ਜੋ ਮੂੰਹ ਕੋਲ ਖਾਇਆ ਪੁੱਛੇ ਤੇ ਕਿਆ ਕਹੀਆ, ਇੱਥੇ ਆ ਕੇ ਦੱਸਿਆ ਨਹੀਂ ਜਾ ਸਕਦਾ, ਜੋ ਦੱਸਿਆ ਨਹੀਂ ਜਾ ਸਕਦਾ ਉਹ ਵਿਸਮਾਦ ਹੈ। ਠੀਕ ਹੈ ਜੀ, ਹਾਂਜੀ, ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ, ਆਈ ਗੱਲ ਹੋ ਗਈ ਨਾ ਫਿਰ, ਤਿੰਨ ਦੇਖਿਆ ਉਹ ਨਹੀਂ ਦੇਖਿਆ ਵਿਸਮਾਦ ਜਿਹਨੂੰ ਆਪ ਦਿਖਾਏ, ਇਹ ਦੱਸਿਆ ਨਹੀਂ ਜਾ ਸਕਦਾ। ਜਿਹੜਾ ਇਹ ਅਵਸਥਾ ਚੱਲਿਆ ਜਾਊ ਉਹ ਆਪੇ ਦੇਖ ਲੂਗਾ, ਹੁਣ ਦੱਸਣ ਤੇ ਭਰਿਆ ਗੱਲ ਹੈ, ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ, ਉਹਨੂੰ ਆਪੇ ਸੋਝੀ ਹੋਜੂ ਕੀ ਨਾਮ ਹੁੰਦਾ, ਕਿਹਾ ਜਾ ਰਸ ਹੁੰਦਾ ਉਹਦਾ, ਕਿਆ ਉਹਦਾ ਟੇਸਟ ਹੁੰਦਾ। ਹਾਂਜੀ ਠੀਕ ਹੈ ਜੀ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਸੋ ਬਾਹਰ ਸੋ ਅੰਤਰ ਸੋ ਬਾਹਰ ਅਨੰਤ। ਹਾਂਜੀ, ਜਿਹੜਾ ਅੰਦਰ ਬਾਹਰ ਹੈ ਨਾ, ਬਾਹਰ ਤਾਂ ਹੈਗਾ ਪ੍ਰਗਟ ਰੂਪ ਦੇ ਵਿੱਚ ਤਾਂ ਹੈਗਾ ਮਨ, ਠੀਕ ਹੈ ਜੀ, ਸਾਡਾ ਜਿਹੜਾ ਤਿਰਕੁਟੀ ਚ ਹੈ, ਠੀਕ ਹੈ ਜੀ, ਜਿਹੜਾ ਚਿੱਤ ਹੈ ਉਹ ਗੁਪਤ ਹੈ, ਕਿਸ ਗੁਪਤ ਕਹਿੰਦੇ ਉਹਨੂੰ, ਚਿੱਤਰ ਗੁਪਤ ਨਹੀਂ ਲਾਵੇ, ਚਿੱਤ ਗੁਪਤ ਹੈ। ਅੱਛਾ ਜੀ, ਚਿੱਤ ਦੇ ਪਤਾ ਨਹੀਂ ਉਹਨੇ ਚਿੱਤਰ ਕਿਵੇਂ ਬਣਾ ਦਿੱਤਾ, ਚਿੱਤ ਗੁਪਤ ਹੈ ਆਪਣੇ ਲਫ਼ਜ਼। ਅੱਛਾ ਜੀ, ਇੱਕ ਜਾਨਵਰ ਲਿਖ ਲਿਆ ਕਿ ਧਰਮ ਵਿਚਾਰ ਹੈ, ਉਹ ਜਿਹੜਾ ਅੰਦਰ ਗੁਪਤ ਹੈ ਉਹ ਹਰ ਬਾਹਰਲਾ ਪ੍ਰਗਟ, ਬਾਹਰ ਇੱਕੋ ਹੀ ਹੈ, ਅਨੰਤ ਹੈ, ਅੰਤੇ ਦਾ ਨੀ ਅੰਤ ਉਹਦਾ ਹੁੰਦਾ ਜਿਹੜਾ ਮਰ ਜਾਵੇ, ਨਾ ਇਹਦਾ ਜੰਮੇ ਦਾ ਪਤਾ ਕਰ ਜੰਮਿਆ, ਨਾ ਇਹਦਾ ਮਰਨਾ ਪਤਾ ਕਰ ਮਰੂਗਾ, ਇਹ ਅਨੰਤ ਹੈ, ਇਹਦੇ ਗੁਣ ਪਰਮੇਸ਼ਰ ਵਾਲੇ ਕੋਈ ਗੁਣ ਨਹੀਂ ਸਰ, ਇਹ ਗੁਣ ਗੁਣੇ ਨੇ, ਠੀਕ ਹੈ, ਗੁਣ ਜੁੜ ਜਾਣਗੇ, ਕੱਪੜਾ ਜੇ ਮੈਲਾ ਹੋ ਗਿਆ ਰੇਸ਼ਮ ਦਾ, ਮੈਂ ਲਾ ਲਿਓ ਰੇਸ਼ਮ ਦਾ ਰੇਸ਼ਮ ਆ, ਪਤਾ ਨਹੀਂ ਬਦਲਿਆ, ਠੀਕ ਹੈ ਜੀ, ਕੱਪੜਾ ਰੇਸ਼ਮ ਦਾ ਇੱਕ ਮੈਲਾ ਹੋਇਆ, ਇੱਕ ਮੈਲਾ ਹੋਇਆ ਨਹੀਂ ਹੋਇਆ, ਉਹ ਜਿੰਨਾ ਕੁ ਹਿੱਸਾ ਕੋ ਮੈਲਾ ਹੋ ਗਿਆ ਸੀ ਉਹਨਾਂ ਚ ਦੋ ਉਹ ਜਿਹਾ ਹੀ ਹੋ ਜੂਗਾ। ਠੀਕ ਹੈ ਜੀ,
ਜਿਆਦਾ ਪ੍ਰੈਸ ਕਰ ਦੋ ਹੈਗਾ ਠੀਕ ਹੈ ਜੀ ਇਹ ਕੁਝ ਹੋ ਜਾਂਦਾ ਫਿਰ ਉਹੇ ਜਿਹਾ ਹੋ ਜਾਂਦਾ ਪਰ ਉਹ ਫਿਰ ਕੋਈ ਗੁਣ ਨਹੀਂ ਸੋ ਅੰਦਰ ਜੋ ਬਾਹਰ ਬਾਹਰਲੇ ਪਾਸੇ ਜਿਹੜਾ ਕਪੜਾ ਆਇਆ ਨਾ ਥੋੜਾ ਜਿਹਾ ਬਾਹਰ ਲੀਤਾ ਸੀ ਪਹਿਲਾਂ ਅੰਦਰ ਲੀਤਾ ਤੇ ਗਰਦ ਪੈਂਦੀ ਨਹੀਂ ਦਰੀਦਾ ਦੀ ਨਜ਼ਰ ਪੈਣੀ ਕੋ ਥਾਲ ਦੇ ਬਾਹਰ ਲਈ ਰਹਿੰਦੇ ਗੱਲ ਤੇ ਬਾਹਰ ਮਨ ਨੂੰ ਕਿਹਾ ਫਿਰ ਬਾਹਰ ਮਾਨਾ ਤਾਲੀ ਮਾਲਾ ਹੋ ਜਾਂਦਾ ਕਰਦੇ ਨੇ ਬੇਟੀਆਂ ਮਾਇਆ ਦੀ ਹੋਰ ਪੈਣੀ ਅੰਤਰ ਉਹ ਜਿਹੜਾ ਅੱਧਾ ਦਾਲ ਹੋਇਆ ਅੰਤਰ ਉਹ ਹੈ ਜੀ ਉਹ ਮੈਲ ਦੇ ਡਰਦਾ ਅੰਦਰ ਹੈ ਨਾ ਗੱਲ ਫੜ ਤੇ ਠੀਕ ਹੈ ਜੀ ਉਹ ਮੈਂ ਬਚਿਆ ਹੋਇਆ ਹੈ ਠੀਕ ਹੈ ਜੀ ਇਹਦੇ ਤੇ ਅਸਰ ਹਾਂ ਉਹ ਫਲ ਵੀ ਇਹੀ ਖਾਂਦਾ ਨਾ ਮਿੱਠੇ ਛੱਟੇ ਠੀਕ ਹੈ ਜੀ ਪਸਾ ਤਾਂ ਵੇ ਹੋਈ ਹੋਇਆ ਇੱਥੇ ਕੱਟੇ ਉਹ ਮਾਇਆ ਦੇ ਆਦੀ ਉਹ ਮਾਇਆ ਤੋਂ ਲਿਪਤ ਰਹਿੰਦਾ ਤੇ ਮਾਇਆ ਦਾ ਅਸਰ ਉੱਤਰਦਾ ਜੀ ਠੀਕ ਹੈ ਜੀ ਤੇ ਮਾਇਆ ਦੇ ਖੇਡਦੇ ਤੇ ਚੜਦੇ ਹਾਂ ਜੀ ਕੱਟ ਮਾਇਆ ਦੇ ਰੰਗ ਨੇ ਲੋਣੇ ਨੇ ਮਾਇਆ ਦਾ ਜਿਹੜਾ ਪਾ ਇਸੇ ਨੂੰ ਲੱਗਿਆ ਹੋਇਆ ਠੀਕ ਹੈ ਜੀ ਆ ਪਾ ਲੱਗੀ ਤੇ ਆ ਸਰੀਰ ਹੈ ਉਹ ਤੇ ਇਹਦੇ ਨਾਲ ਚੱਲਦਾ ਠੀਕ ਹੈ ਜੀ ਰੇਹ ਨਹੀਂ ਜਾਂਦਾ ਪਾ ਦੇ ਮੈਨੂੰ ਇਹ ਤਨ ਮਾਇਆ ਪਾਹਿਆ ਪੈਰੇ ਲੀਤਣਾ ਲੱਭ ਰਗਾਏ ਲੋਭ ਦਾ ਰੰਗ ਤਾਂ ਚੜਦਾ ਜੇ ਥੱਲੇ ਪਾ ਲੱਗਿਆ ਹੈ ਮਾਇਆ ਠੀਕ ਹੈ ਕਟਕਟ ਵਿਆਪ ਰਿਹਾ ਭਗਵੰਤ ਕਟਕਟ ਵਿਆਪ ਰਿਹਾ ਭਗਵੰਤ ਜੇ ਅੰਦਰਲਾਰ ਬਾਹਰਲਾ ਇੱਕੋ ਹੋ ਜਾਣ ਕੋਈ ਹੈ ਵੈਸੇ ਅੰਦਰਲਾਰ ਬਾਹਰਲਾ ਅੰਦਰ ਤੋਂ ਬਾਹਰ ਆਣ ਫਰਕ ਨਹੀਂ ਹੈਗਾ ਕੋਈ ਦੋਹਾਂ ਦੇ ਵਿੱਚ ਫਰਕ ਸਿਰ ਮੈਲਾ ਹੋਏਗਾ ਨਾ ਮੈਲਾ ਹੋਏਗਾ ਜੇ ਮੈਲਾ ਖੇਲਣਾ ਛੱਡ ਦੇ ਮਾਇਆ ਨਾਲ ਖੇਲਣਾ ਛੱਡ ਦੇ ਇੱਕੋ ਜਿਹੀ ਠੀਕ ਹੈ ਅਸਾ ਨਾਮ ਨਾਲ ਧੋਤੇ ਨਾਮ ਨਾਲ ਧੋਤਾ ਜਾ ਸਕਦਾ ਹੈ ਜੋ ਇਹਦੇ ਚ ਬਲੀਤਾ ਨਿਕਲ ਜਾਂਦੀ ਹੈ ਆਪੇ ਘੱਟ ਘੱਟ ਫੇਰ ਇਹਦੇ ਅੰਦਰ ਫੇਰ ਘੱਟ ਚ ਵਿਆਪ ਰਿਹਾ ਭਗਵੰਤ ਠੀਕ ਹੈ ਜੀ ਆਪੇ ਭਗਵੰਤ ਹੈ ਘੱਟ ਦੇ ਵਿੱਚ ਫੇਰ ਇਹ ਕਿੰਨਾ ਵਿਆਪ ਰਿਹਾ ਤਾਰੂ ਉੱਪਰ ਆਕਾਸ਼ ਹੀ ਕਿਹਾ ਠੀਕ ਹੈ ਜੀ ਧਰਨੀ ਤਾਰੂ ਉੱਪਰ ਹਾਂਜੀ ਧਰਨੀ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਿਤਪਾਲ ਤਲ ਮਾਹੇ ਇਹਦੇ ਤੇ ਇਹਦੇ ਅੰਦਰ ਇਹਨੇ ਤਲਣ ਕੀ ਹੈ ਤਲਨੇ ਦਾ ਹਿਰਦਾ ਤਲਨੇ ਆ ਇੱਕ ਦਾ ਜਿਹੜਾ ਅੰਦਰ ਲੈਸਾ ਤਲਨੇ ਫਿਰ ਤਲਨੇ ਗਗਨ ਨਾ ਬਖੰਡ ਮੇ ਜੋਤ ਸਰੂਪੀ ਰਹਾ ਭਰ ਪਰਮਸਰਾ ਕਛ ਭੇਦ ਨਹੀਂ ਗੁਰੂ ਨਾਨਕ ਪ੍ਰਤਖ ਹਰ ਗੁਰੂ ਅਰਜਨ ਪ੍ਰਤਖ ਹਰ ਇਹਦੇ ਅੰਦਰ ਹੀ ਹੈ ਅੰਦਰ ਧਰਤੀ ਅੰਦਰ ਹੀ ਬਣ ਗਈ ਫਿਰ ਅਗਲੀ ਧਰਤੀ ਸਾਧ ਕੀ ਇਹੀ ਧਰਤੀ ਹੈ ਅੱਛਾ ਇਹ ਆਕਾਸ਼ ਪਿਆਲੇ ਦੇ ਪਿੱਛੇ ਹੀ ਆ ਗਏ ਫਿਰ ਜਿਆਦੇ ਘਟ ਘਟ ਵਿਆਪ ਰਿਹਾ ਭਗਵੰਤ ਹੈ ਫਿਰ ਸਾਰੀ ਰਚਨਾ ਤੇ ਲੋਕ ਇਹਦੇ ਪਿੱਛੇ ਸਮਾ ਜਾਂਦੇ ਨੇ ਅੱਛਾ ਕਬੀਰ ਕਹਿੰਦਾ ਪਹਿਲਾ ਜਿਹੜਾ ਮਨ ਹੈ ਇਹ ਤਨ ਬਾਹਲੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਤਨ ਤੇਰੇ ਭਵਨ ਵਿੱਚ ਰਹਿਆ ਸਮਾਏ ਮਨ ਕਿਹਨਾਂ ਭਵਨਾਂ ਦੇ ਵਿੱਚ ਸਮਾਇਆ ਹੋਇਆ ਕਿਹਨਾਂ ਭਵਨਾਂ ਚ ਘੁੰਮਦਾ ਤਨ ਤੇਰੇ ਭਵਨ ਜਬ ਤੇਰੇ ਭਵਨ ਤਨ ਮਾਏ ਸਮਾਵਾ ਜਦ ਤਿੰਨੇ ਭਵਨ ਤਨ ਦੇ ਵਿੱਚ ਹਿਰਦੇ ਸਮਾ ਜਾਂਦੇ ਨੇ ਤਬ ਭਾਉ ਭਾਨ ਭਰੋਸਾ ਫਿਰ ਇਹਨੂੰ ਪਤਾ ਲੱਗਦਾ ਮੈਂ ਹਾਂ ਪ੍ਰਭ ਮੈਂ ਪੂਰਨ ਪ੍ਰਭ ਮੈਂ ਹਾਂ ਸਭ ਕੁਝ ਫਿਰ ਪਤਾ ਲੱਗਦਾ ਠੀਕ ਹੈ ਜੀ ਕਿ ਤੂੰ ਹੀ ਸਭ ਕੁਝ ਹੈ ਤੂੰ ਐਵੇਂ ਭੁੱਲਿਆ ਫਿਰ ਪਾਹ ਢੋਲਦਾ ਸੀ ਤਬ ਭਾਉ ਭਾਨ ਭਰੋਸੋ ਆਵਾ ਇਹ ਤਾਂ ਕਬੀਰ ਨੇ ਉੱਥੇ ਕਹਿੰਦਾ ਸੀ ਬਾਬਾ ਨਖਰੀ ਚ ਉਸੇ ਦੀ ਵਿਆਖਿਆ ਇਹਦਾ ਹਾਂ ਠੀਕ ਹੈ ਹਾਂ ਉਹ ਤਾਂ ਸਮਝ ਨਹੀਂ ਸੀ ਨਾ ਆਈ ਲੋਕਾਂ ਨੂੰ ਆਮ ਹਾਂਜੀ ਨਾਲੇ ਉਹਦੇ ਅਰਥ ਪਕੜਤੇ ਉਹਨਾਂ ਨੇ ਇਹਨਾਂ ਨੇ ਹੋਰ ਅਰਥ ਦਿੱਤੇ ਨਾਲੇ ਵਿਆਖਿਆ ਕਰਤੀ ਵੀ ਕਿਹਨੂੰ ਕਿਹਨੂੰ ਵਿਗਾੜੋਗੇ ਠੀਕ ਹੈ ਅਰਥ ਇਹਨੇ ਪੱਖ ਤੋਂ ਪਰਤੇ ਵਿਗਾੜ ਸਕਦੇ ਜੇ ਵਿਗਾੜਦੇ ਨੇ ਫੇਰ ਲੱਭ ਜਾਂਦੇ ਨੇ ਦੂਏ ਸੰਦੇ ਲੱਭ ਜਾਂਦੇ ਨੇ ਠੀਕ ਹੈ ਵਿਆਖਿਆ ਕਿੰਨੀ ਕਰਤੀ ਗੁਰਬਾਣੀ ਦੀ ਇਹਨਾਂ ਕੋ ਕੋਈ ਇਲਾਜ ਨਹੀਂ ਹੁੰਦਾ ਠੀਕ ਹੈ ਜੀ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਿਤਪਾਲ ਸਰਬ ਲੋਕ ਪੂਰਨ ਪ੍ਰਿਤਪਾਲ ਜਿਹਦੇ ਤਨ ਮਾਹੇ ਆਕਾਸ਼ ਪਿਆਲ ਹੋ ਜਾਂਦੇ ਨੇ ਉਹ ਸਰਬ ਲੋਕ ਦਾ ਪ੍ਰਿਤਪਾਲਕ ਬਣ ਜਾਂਦਾ ਉਹ ਸੱਚਖੰਡ ਦਾ ਵਾਸੀ ਬਣ ਜਾਂਦਾ
ਹਰ ਬਲੋਗ ਦਾ ਪ੍ਰਕਾਸ਼ ਅਧੂਰਾ ਨਹੀਂ ਪੂਰਨ ਵਰਤਪਾਲ ਹੈ, ਹਰ ਪੱਖ ਤੋਂ ਵਰਤਪਾਲ ਕਰ ਸਕਦਾ, ਮਾਇਆ ਦੀ ਵੀ ਕਰ ਸਕਦਾ, ਗਿਆਨ ਦੀ ਵੀ ਕਰ ਸਕਦਾ, ਆਤਮਾ ਦੀ ਵੀ ਕਰ ਸਕਦਾ, ਆਤਮ ਗਿਆਨ ਦੀ ਵੀ ਕਰ ਸਕਦਾ, ਸਾਰੇ ਗਿਆਨ ਦੇ ਸਕਦਾ ਉਹ। ਠੀਕ ਹੈ ਜੀ। ਸਾਰ ਦੇ ਹੋਰ ਗਿਆਨ ਕਿੱਥੋਂ ਮਿਲਦੇ ਨੇ? ਉਹ ਵੀ ਇੱਥੋਂ ਹੀ ਮਿਲਦੇ ਨੇ। ਠੀਕ ਹੈ ਜੀ। ਬਣ ਤਿੰਨ ਪਰਬ ਹੈ ਪਾਰ ਬ੍ਰਹਮ, ਸਾਰੇ ਗਿਆਨ ਆ ਗਏ, ਸਾਰੀ ਉਹ ਸਰੀਰ ਦੀ ਖੁਰਾਕ ਆ ਗਈ। ਠੀਕ ਹੈ ਜੀ। ਸਰੀਰ ਤੇ ਕਿਹੜਾ ਘੱਟ ਗਿਆਨ ਨੇ? ਸਰੀਰ ਨੂੰ ਕਿੰਨੀਆਂ ਬਿਮਾਰੀਆਂ ਨੇ, ਉਹ ਵੀ ਗਿਆਨ ਹੈ। ਠੀਕ ਹੈ ਜੀ। ਹਾਂਜੀ, ਬਣ ਤਿੰਨ ਪਰਬ ਹੈ ਪਾਰ ਬ੍ਰਹਮ। ਹਾਂਜੀ। ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਬਣਾਂ ਦੇ ਵਿੱਚ ਤਿਣਕੇ ਤੋਂ ਲੈ ਕੇ ਵੱਡੇ ਦਰਖਤ ਤੱਕ ਬਣ ਹੁੰਦਾ, ਭਾਰਾ ਦਰਖਤ ਤਿਣ ਹੁੰਦਾ ਇੱਕ ਤਿਣਕਾ। ਠੀਕ ਹੈ ਜੀ। ਔਰ ਪਰਬਤਾਂ ਦੇ ਵਿੱਚ ਕਾਫੂਸ ਹੈ ਜਿਹੜਾ, ਹੋਰ ਪਰਬਤਾਂ ਦੇ ਵਿੱਚ ਡੂੰਘੇ ਜੀਵ ਵੀ ਨੇ, ਪੱਥਰ ਦੇ ਵਿੱਚ ਵੀ ਜੀਵ ਨੇ, ਸੈਲ ਪੱਥਰ ਮੈਂ ਜੰਤੋ ਪਾਏ, ਸਾਰੇ ਪਾਰ ਬ੍ਰਹਮ ਹੁਕਮ ਸਾਰੇ ਹੀ ਹੈ, ਪਾਰ ਬ੍ਰਹਮ ਹੁਕਮ ਹੈ, ਹੁਕਮ ਸਾਰੇ ਹੀ ਹੈ, ਚੰਦ ਸੂਰ ਦੇ ਵੀ ਚੱਲਦਾ ਹੈ, ਪੈ ਦੇ ਵਿੱਚ ਪੌਣ ਵੀ ਹੁਕਮ ਦੇ ਵਿੱਚ ਹੈ, ਹਵਾ ਪਾਣੀ ਵੀ ਹੁਕਮ ਚ ਹੈ, ਉਹ ਤਾਂ ਬੱਦਲ ਜਿੱਧਰ ਨੂੰ ਚਾਹੁੰਦਾ ਉਧਰ ਨੂੰ ਜਾਂਦਾ, ਉਹ ਤਾਂ ਨਹੀਂ ਵੀ ਪੌਣੇ ਜਾਣੇ ਨੇ, ਕਦੇ ਕਦੇ ਉੱਥੇ ਵੀ ਪਾ ਦਿੰਦਾ, ਕਹਿੰਦੇ ਨੇ ਵੀ ਇੰਨੇ 100 ਸਾਲ ਇੱਥੇ ਮੀਂਹ ਪੈ ਗਿਆ, ਬਾਅਦ ਹੁਣ ਕਿਉਂ ਪੈ ਗਿਆ? ਠੀਕ ਹੈ। ਰੱਬ ਭੁੱਲ ਗਿਆ, ਮਰਜ਼ੀ ਉਹਦੀ ਪਾਤਾ। ਠੀਕ ਹੈ ਜੀ। ਜੈਸੀ ਆਗਿਆ ਤੈਸਾ ਕਰਮ, ਜੈਸੀ ਆਗਿਆ ਹੁਕਮ ਹੈ ਨਾ, ਸਾਰੇ ਹੁਕਮ ਚ ਨੇ, ਬਣ ਤਿਰਣ ਪਰਬਤ ਸੌਣ ਪਾਣੀ ਸਭ। ਠੀਕ ਹੈ ਜੀ। ਤਾਂ ਬਣ ਤਿੰਨ ਤਾਂ ਆਪਾਂ ਬਣ ਤਿੰਨ ਤਾਂ ਜੋ ਬਣ ਵਿੱਚ ਦਾ ਜੋਤ ਹੋਏਗੀ, ਤਿੰਨ ਤੇ ਪਰਬਤ ਤਾਂ ਜਾੜਾਂ, ਤਾਂ ਕਿਹਾ ਵੀ ਹੁਕਮ ਸਾਰੇ ਹੀ ਦਾ ਚੱਲਦਾ ਹੈ ਜੀ ਪਾਰ ਬ੍ਰਹਮ ਦਾ। ਤਿੰਨ ਦੇ ਵਿੱਚ ਵੀ ਹੈ, ਬਣ ਦੇ ਵਿੱਚ ਵੀ, ਤਿੰਨ ਚ ਵੀ ਹੈ। ਤਿੰਨ ਪਤਲੇ ਘਾਹ ਦੇ ਵਿੱਚ ਵੀ ਹੈਗਾ। ਅੱਛਾ ਜੀ। ਪਰਬਤ ਪਰਬਤ ਉਹ ਪਹਾੜ ਹੈ, ਪਰਬਤੀ ਹੈ ਵੈਸੇ, ਪਰਬਤੀ ਹੈ। ਹਾਂਜੀ ਹਾਂ, ਉੱਥੇ ਵੀ ਹੁਕਮ ਚੱਲਦਾ, ਉਹ ਵੀ ਹੁਕਮ ਦੇ ਵਿੱਚ ਨੇ। ਠੀਕ ਹੈ। ਚੇਤਨ ਜੜ ਦੋਹਾਂ ਦੀ ਗੱਲ ਕਰਦੀ ਹੈ। ਹਾਂ, ਤੋਂ ਚੇਤਨ ਜੜ ਦੋਹਾਂ ਦੀ ਗੱਲ। ਠੀਕ ਹੈ। ਹਾਂ, ਉੱਥੇ ਸਾਰੇ। ਠੀਕ ਹੈ ਜੀ। ਹਾਂਜੀ। ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸ ਸਮਾਹੇ। ਆ ਦੇਖੋ, ਪੌਣ ਪਾਣੀ ਬੈਸੰਤਰ ਵੀ ਹੁਕਮ ਦੇ ਵਿੱਚ ਨੇ, ਸਾਰੇ ਜੋ ਹੁਕਮ ਹੋਇਆ ਹੈ, ਸਾਰੇ ਉਹਦੇ ਸੂਤ ਵਿੱਚ ਪਰੋਏ ਹੋਏ ਨੇ, ਨਹੀਂ ਤਾਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਮੂੰਹ ਚੱਕ ਲੈਣ, ਬਦਲ ਤੁਰ ਪੈਣ, ਇੱਦਾਂ ਨਹੀਂ ਹੁੰਦਾ ਹੈ। ਠੀਕ ਹੈ। ਜਿੱਥੇ ਜ਼ਿਆਦਾ ਨੇ ਉੱਥੇ ਵੀ ਜ਼ਿਆਦਾ ਚਾਹੀਦਾ, ਜਿੱਥੇ ਆਬਾਦੀ ਜ਼ਿਆਦਾ ਉੱਥੇ ਨੂੰ ਸਰਕਾਰ ਜ਼ਿਆਦਾ ਅਨਾਜ ਭੇਜਦੀ ਹੈ, ਜਿੱਥੇ ਆਬਾਦੀ ਹੈ ਨਹੀਂ ਉੱਥੇ ਘੱਟ ਭੇਜ ਦਿੰਦੀ ਹੈ। ਠੀਕ ਹੈ ਜੀ। ਕੋਈ ਚੀਜ਼ ਦੇਣੀ ਹੈ, ਜਿੱਥੇ ਉਹ ਜ਼ਿਆਦਾ ਦਰਖਤ ਨੇ, ਘਾਹ ਫੂਸ ਹੈ, ਉੱਥੇ ਵੀ ਜ਼ਿਆਦਾ ਪੈਣਾ ਚਾਹੀਦਾ। ਠੀਕ ਹੈ ਜੀ। ਨਹੀਂ ਉਹ ਸੁੱਕ ਜਾਣਗੇ, ਰਾਸ਼ਨ ਉਸੇ ਹਿਸਾਬ ਨਾਲ ਭੇਜਦਾ ਉਹ। ਠੀਕ ਹੈ ਜੀ। ਆਪਾਂ ਵੀ ਇਹੀ ਕਰਦੇ ਹਾਂ। ਇਸ ਤੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਅਸਾ ਉਹ ਹੁਕਮ ਤੇ ਪੈਣ ਕੋਈ ਜਗ੍ਹਾ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਹੁਕਮ ਤੇ ਬਾਹਰ ਹੋਵੇ, ਜਿੱਥੇ ਹੁਕਮ ਨਾ ਚੱਲਦਾ ਹੋਵੇ। ਠੀਕ ਹੈ ਜੀ। ਜਿੱਥੇ ਹੁਕਮ ਚੱਲਦਾ ਪਰਮੇਸ਼ਰ ਦਾ, ਉੱਥੇ ਤੱਕ ਸੱਚਖੰਡ ਹੈ। ਨਾ ਉੱਥੇ ਤੱਕ ਸੱਚ, ਉੱਥੇ ਤੱਕ ਖਾਲਿਸਤਾਨ ਹੈ। ਜਿੱਥੇ ਤੱਕ ਹੁਕਮ ਹੈ ਉੱਥੇ ਤੱਕ ਖਾਲਿਸਤਾਨ ਹੈ। ਖਾਲਸਾ ਪਹਿਲਾਂ ਪਰਮੇਸ਼ਰ ਹੈ ਨਾ, ਫਿਰ ਖਾਲਸਾ ਉਹ ਜਿਹੜਾ ਉਹਦੇ ਹੁਕਮ ਚ ਭਾਣੇ ਚ, ਉਹ ਜਿਹੜਾ ਉਹਦੇ ਹੁਕਮ ਚ ਭਾਣੇ ਚ ਹੈ, ਉਹਨੇ ਤਾਂ ਉਹ ਲਾਗੂ ਕਰਨਾ, ਉਹਦਾ ਹੁਕਮ ਆ ਬਸ। ਠੀਕ ਹੈ। ਅਸੀਂ ਆਪਣਾ ਥੋੜੀ ਲਾਗੂ ਕਰਨਾ, ਪਰਮੇਸ਼ਰ ਦਾ ਹੁਕਮ ਲਾਗੂ ਕਰਨਾ ਅਸੀਂ।
ਖਾਲਸਾ ਦਾ ਫੌਜ ਹੈ, ਫੌਜ ਦਾ ਫੌਜ ਸੰਵਿਧਾਨ ਲਾਗੂ ਕਰਦੀ ਹੁੰਦੀ ਹੈ ਸਰਕਾਰ ਦਾ, ਸਰਕਾਰ ਤਾਂ ਉਹਦੀ ਚੱਲਦੀ ਹੈ ਸੱਚੀ ਸਰਕਾਰ, ਹੁਕਮੇ ਲਾਗੂ ਕਰਨਾ ਅਸੀਂ ਤਾਂ ਦੱਸਣਾ ਹੀ ਹੈ ਬਾਈ ਆ ਹੁਕਮ ਆਇਆ ਐ ਚੱਲੋ ਐ ਜੋ ਸੁੱਖ ਹੈ ਉੱਥੇ ਤਾਂ ਖਾਲਿਸਤਾਨ ਹੈ। ਇਦੋਂ ਘਟਣਾ ਕਹਿੰਦੇ ਇਦੋਂ ਘਟੋ ਨਾ ਪਰਮੇਸ਼ਰ ਨੇ ਨਹੀਂ ਬਣ ਦੇਣਾ ਜੋ ਲੈਣਾ ਚਾਹੇ ਉਹਦੇ ਮਾਰਦੇ ਗੁਰੂ ਚੱਕੇ ਨਾ ਆਈ ਡੋਟ ਰੂ ਨੇ ਉਹਦੇ ਖਿਲਾਫ ਹੋ ਕੇ ਕੀ ਕਰ ਲੈਣਗੇ ਉਹ ਹੁਕਮ ਦੇ ਵਿੱਚ ਚੰਦ ਸੂਰਜ ਨੇ ਉਹਦੇ ਹਰ ਕੀ ਕਰ ਲੈਣਗੇ ਖਾਲਿਸਤਾਨ ਬਣਾਉਣਗੇ ਆਪਣੀ ਮਰਜ਼ੀ ਨਾਲ ਉਹਦੇ ਮਾਰ ਦੂ ਚੱਕ ਕੇ ਸਾਰਿਆਂ ਨੂੰ ਮਿੰਟ ਚ ਕੋਈ ਕੁਝ ਨਹੀਂ ਕਰ ਸਕਦਾ ਬਕਵਾਸ ਕਰੀ ਜਾਂਦੇ ਨੇ ਖਾਮ ਖਾ ਤੁਹਾਨੂੰ ਪਤਾ ਨਹੀਂ ਬਾਣੀ ਕੀ ਕਹਿੰਦੀ ਹੈ ਰੌਲਾ ਪਾ ਲਿਆ ਆਮ ਪਬਲਿਕ ਨੂੰ ਪਤਾ ਚੁੱਪ ਕਰਾ ਦੇਣਗੇ ਉਹਨਾਂ ਨੂੰ ਲੋਕ ਕੋਈ ਨਾ ਕੋਈ ਸੋਣ ਘੜੀ ਕਰ ਲੈਂਦੇ ਨੇ ਠੀਕ ਹੈ ਜੀ ਉਹਦੇ ਨਾਲ ਸਿੱਖੀ ਰਾਮਸ ਦੀ ਸਿੱਖੀ ਇਹਦੇ ਨਾਲ ਹੋਰ ਕੀ ਹੁੰਦੀ ਹੈ ਲੋਕਾਂ ਨੂੰ ਪਤਾ ਨਹੀਂ ਉਹਨਾਂ ਫਿਰ ਕਰਦੇ ਨੇ ਕੋਈ ਸਾਡੀ ਇਹ ਜਿਹੀ ਕਚਰੇ ਨੇ ਸਿੱਖ ਸਾਰੇ ਠੀਕ ਹੈ ਜੀ ਇਸ ਤੇ ਭਿੰਨ ਨਹੀਂ ਕੋ ਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਅਸਲੇ ਜਾ ਹੁਕਮ ਤੇ ਭਿੰਨ ਕੋਈ ਜਗ੍ਹਾ ਹੈ ਹੀ ਨਹੀਂ ਹੁਕਮ ਚੱਲੋ ਔਰ ਸੁਖ ਪਾਉ ਠੀਕ ਹੈ ਜੀ ਅਸੀਂ ਕਹਿਣਾ ਹੈ ਕੀ ਕਰਨਾ ਹੈ ਕੋਈ ਭਾਈ ਹੁਕਮ ਦੇ ਵਿੱਚ ਸੁਖ ਹੈ ਕਿਤੇ ਵੀ ਹੋਵੇ ਚਾਹੇ ਕਿਸੇ ਕੋਨੇ ਤੇ ਚਲੇ ਜਾਓ ਤੁਸੀਂ ਸਾਰੀ ਸ੍ਰਿਸ਼ਟੀ ਦੇ ਕਿਸੇ ਕੋਨੇ ਚਲੇ ਜਾਓ ਠੀਕ ਹੈ ਜੀ ਤੇ ਸੁਖ ਕਿੱਥੇ ਪੜੇ ਚਲੋ ਠੀਕ ਹੈ ਵੇਦ ਪੁਰਾਨ ਸਿਮਰਤ ਮਹਿ ਦੇਖ ਤਸੀਰ ਸੂਰ ਨਖਤਰ ਮਹਿ ਏਕ ਵੇਦ ਪ੍ਰਾਣ ਸਿਮਰਤ ਇਹਨਾਂ ਨੂੰ ਪੜ੍ਹ ਕੇ ਦੇਖ ਲੈ ਚੱਲ ਉੱਥੇ ਵੀ ਤਾਂ ਇਹ ਗੱਲ ਮੰਨੀ ਹੋਈ ਹੈ ਉਹ ਮੰਨੀ ਹੋਈ ਹੈ ਵੀ ਸਾਰੇ ਹੁਕਮ ਦੇ ਵਿੱਚ ਨੇ ਪਰਮੇਸ਼ਰ ਦੇ ਵਿੱਚ ਉਹ ਵੀ ਮੰਨਦੇ ਨੇ ਇਸ ਗੱਲ ਆਹੋ ਉਹ ਜੀ ਦੁਆ ਵੀ ਕਲਮਾ ਪੜਿਆ ਹੋਇਆ ਜਿਵੇਂ ਉਹ ਕਲਮਾ ਹੈ ਹਿੰਦੂ ਵਾਲਾ ਮਤ ਵਾਲਾ ਸਾਡਾ ਨਾਲ ਪੜਿਆ ਹੋਇਆ ਨਾਲ ਉਹ ਪੜ ਲੈਂਦੇ ਆ ਨਾਲ ਸਿਮਰਤ ਵਾਲਾ ਪੜ ਲੈਂਦੇ ਆਪਣੀ ਮਰਜ਼ੀ ਵਾਲਾ ਉਹਨਾਂ ਨੂੰ ਕਿਹਾ ਵੀ ਦੇਖਦਾ ਪੰਡਤ ਨੂੰ ਵੇਦ ਪ੍ਰਾਣ ਸਿਮਰਤ ਵਿੱਚ ਦੇਖ ਲੈ ਇਹ ਗੱਲ ਮੰਨੀ ਹੈ ਕਿ ਨਹੀਂ ਜੋ ਅਸੀਂ ਕਹੀਏ ਜੋ ਉੱਪਰ ਗੱਲ ਕਹੀਏ ਵੇਦ ਪ੍ਰਾਣ ਸਿਮਰਤੀ ਦਾ ਸਾਰ ਕਿਹਾ ਕਹਿੰਦੇ ਅਸੀਂ ਆਪਣੇ ਕੋਲ ਕੁਝ ਨਹੀਂ ਕਿਹਾ ਪੰਡਤ ਨੂੰ ਕਿਹਾ ਤੂੰ ਪੜ ਕੇ ਦੇਖ ਤੂੰ ਡਬਲ ਆਪਾਂ ਵਿਰੋਧੀ ਗੱਲ ਕਹਿੰਦੇ ਕਰਦੇ ਫਿਰ ਉਹੀ ਗੱਲ ਸਾਡੇ ਕਰਦੇ ਨੇ ਆਪਾਂ ਵਿਰੋਧੀ ਪੰਡਤ ਦਾ ਕੰਮ ਜਿਹੜੇ ਜੀ ਸੁਣੇ ਚਾੜਤਾ ਨਾ ਖਾਲੀ ਫੂਲਾ ਸੋਂ ਤੋਂ ਬਾਕੀ ਹੋ ਗਏ ਖਾਲਸਾ ਗੁੱਠੇ ਲਾਤਾ ਆ ਜਿਹੜੇ ਰਾਜ ਕਰੇਗਾ ਖਾਲਸਾ ਵਾਲੇ ਬੁਰੇ ਹੋ ਗਏ ਠੀਕ ਹੈ ਗੁਰਬਾਣੀ ਆਊਗੀ ਸਾਹਮਣੇ ਹੁਣ ਪਤਾ ਲੱਗੂ ਇਹਨੂੰ ਬਾਅਦ ਨੂੰ ਪਤਾ ਸਾਰੀ ਨੂੰ ਵੀ ਗੁਰਬਾਣੀ ਕੀ ਕਹਿੰਦੀ ਹੈ ਠੀਕ ਹੈ ਜੀ ਹੁਣ ਤੇ ਇਹਨਾਂ ਨੇ ਰੌਲਾ ਪਾਇਆ ਜੀ ਸਾਡੇ ਪੀਰੀ ਮੇਰੀ ਇਕੱਠੀਆਂ ਨੇ ਜੀ ਦਿਖਾਓ ਕਿੱਥੇ ਇਕੱਠੀਆਂ ਨੇ ਦਿਖਾਓ ਤਾਂ ਸਹੀ ਕਿੱਥੇ ਇਕੱਠੀਆਂ ਠੀਕ ਹੈ ਜੀ ਹਾਂ ਸਿੱਖੀ ਛੱਡ ਕੇ ਇਕੱਠੀਆਂ ਨੇ ਠੀਕ ਹੈ ਸਿੱਖੀ ਚੜਦੀ ਹੈ ਫਿਰ ਇਕੱਠੀਆਂ ਠੀਕ ਹੈ ਜੀ ਹਾਂ ਜੀ ਸਸੀਅਰ ਸੂਰ ਨਖੱਤਰ ਮੈਂ ਏਕ ਸਸੀਅਰ ਸੂਰ ਨਖੱਤਰ ਆਲਾ ਸਸੀ ਸੂਰ ਛੱਡੋ ਅੰਦਰ ਹੈ ਮਨ ਜਿਹੜਾ ਹੈਗਾ ਸੂਰ ਹੈ ਸਸੀ ਚਿੱਤ ਮਾਨਾ ਹੈ ਸਸੀ ਮਾਨਾ ਚਿੱਤ ਹੈਗਾ ਸੂਰ ਅੱਛਾ ਜੀ ਜਿਹੜਾ ਸਸੀ ਹੈ ਉਹ ਮਨ ਵਾਸਤੇ ਆਇਆ ਹੋਇਆ ਉਹਦੀ ਆਪਣੀ ਲਾਈਟ ਨਹੀਂ ਹੁੰਦੀ ਉਹ ਕਿਸੇ ਦੀ ਲਾਈਟ ਹੁੰਦੀ ਹੈ ਠੀਕ ਹੈ ਜੀ ਸੂਰਜ ਦੀ ਆਪਣੀ ਲਾਈਟ ਹੁੰਦੀ ਹੈ ਚਿੱਤ ਵਾਸਤੇ ਸੂਰ ਆਇਆ ਹੋਇਆ ਸੂਰ ਲਫ਼ਜ਼ ਸੂਰਜ ਨਹੀਂ ਹੁੰਦਾ ਸੂਰ ਲਫ਼ਜ਼ ਸੂਰਮਾ ਹੁੰਦਾ ਅੱਛਾ ਜੀ ਆਹੋ ਸੂਰ ਦਾ ਮਤਲਬ ਸੂਰਜ ਨਹੀਂ ਸੂਰਾ ਹੁੰਦਾ ਪਰ ਜੇ ਹੁਣ ਇੱਥੇ ਸਸੀਅਰ ਦੇ ਨਾਮ ਆਇਆ ਸਸੀਅਰ ਦੇ ਨਾਮ ਜਾਗੋ ਹਰ ਰਾਮ ਦੇ ਲਾਗੋ ਇਸ ਯੁੱਗ ਮੈਂ ਇੱਕ ਹੀ ਹੈ ਸੂਰਾ ਜਿੱਤ ਨੂੰ ਨਾਮ ਦਾ ਰੰਗ ਲੱਗਿਆ ਹੈ ਮਾਇਆ ਤੋਂ ਲਿਪਤ ਰਹਿੰਦਾ ਹੈ ਚਾਰੇ ਗੁਣ ਉਹਦੇ ਕਾਇਮ ਨੇ ਇਸ ਕਰਕੇ ਸੂਰ ਹੈ ਅੱਛਾ ਜੀ ਮਾਇਆ ਔਗਣਾਰ ਹੈ ਕਾਲਾ ਹੋਇਆ ਹੋਇਆ ਇਸ ਕਰਕੇ ਇਹਦੇ ਤੇ ਉਹਦੀ ਲਾਈਟ ਪੈਂਦੀ ਹੈ ਠੀਕ ਹੈ ਉੱਥੇ ਹੀ ਮਾੜਾ ਮੋਟਾ ਗਿਆਨ ਮਿਲਦਾ ਇਹਨੂੰ ਇਹ ਤਾਂ ਸਾਰਾ ਹੀ ਕਾਲਾ ਹੈ ਠੀਕ ਹੈ
ਸਸੀਆ ਰਸੂਲ 71ਵਾਂ ਇੱਕ 71 ਜ਼ਿਆਦਾ ਹੈ ਜਦ ਇੱਕ ਤਾਂ ਹੁੰਦਾ ਹੈ ਸਸੀ ਹੁੰਦਾ ਹੈ ਜਦ ਪੂਰਾ ਚੰਦਰਮਾ ਹੋਵੇ। ਅੱਛਾ ਜੀ, ਜੇ ਪੂਰਾ ਜੀ ਦਾ ਚੰਦਰਮਾ ਫਿਰ ਤਾਂ ਸਸੀ ਹੈ, ਜੇ ਇੱਕ ਦਾ ਫਿਰ 71 ਹੈ। ਜਿਹਨਾਂ ਚਿਰ ਪੂਰਾ ਨਹੀਂ ਹੁੰਦਾ ਉਹਨਾਂ ਚਿਰ 71 ਹੈ। ਠੀਕ ਹੈ, 71 ਤਾਰਿਆਂ ਨੂੰ ਕਹਿੰਦੇ ਨੇ। ਆਹੋ ਹਾਂਜੀ, ਜੇ ਪੂਰਾ ਗਿਆਨ ਨਹੀਂ ਫਿਰ 71 ਹੈ। ਠੀਕ ਹੈ, ਮਾਨਾ ਆਦਮੀ ਦੀ ਜੂਨ ਜਾ ਕੇ ਸਸੀ ਬਣਦਾ ਅਸਲ ਚ, ਥੱਲੇ ਦੀਆਂ ਜੂਨਾਂ ਜੇ ਮਨ 71 ਹੈ। ਅੱਛਾ, ਜਿਵੇਂ ਤਾਰੇ ਨੇ ਛੋਟੇ ਛੋਟੇ ਲਾਈਟ ਵਾਲੇ, ਜਿੰਨੀ ਕੁ ਲਾਈਟ ਹੈ ਉਹ ਤਾਰਿਆਂ ਦੀ ਐਵੇਂ ਜਾਣਦੇ ਨੇ ਜਿਹੜੇ ਨੇ ਉਹਨਾਂ ਨੂੰ ਗਿਆਨ ਹੈ ਥੋੜਾ ਜਿਹਾ, ਕੰਪੈਰੀਜ਼ਨ ਕੀਤਾ ਹੋਇਆ ਹੈ। ਤਾਰਿਆਂ ਨੂੰ ਵੀ 71 ਕਹਿੰਦੇ ਨੇ। ਠੀਕ ਹੈ, ਠੀਕ ਹੈ ਜੀ। ਬਾਕੀ ਜੁਨਾ ਤਾਰਿਆਂ ਦੇ ਵਿੱਚ ਨੇ, ਦੇਖੋ ਬਾਕੀ ਜੁਨਾ ਤਾਰਿਆਂ ਚ ਨੇ। ਆਦਮੀ ਦਾ ਜਿਹੜਾ ਗਿਆਨ ਹੈ ਨਾ, ਇਹ ਬੱਚਿਆ ਤੋਂ ਲੈ ਕੇ ਪੁੰਨਿਆ ਤੱਕ ਇਹ ਡਿਸਕਸ ਕੀਤਾ ਹੋਇਆ ਕਮੀਲ ਨੇ। ਸਿੱਧੀ ਗੌੜੀ ਹੈ ਜਿਹੜੀ, ਉਹਦੇ ਵਿੱਚ ਇਹੀ ਗੱਲ ਡਿਸਕਸ ਕੀਤੀ। ਆਦਮੀਆਂ ਦੇ ਵਿੱਚ ਗਿਆਨ ਇੱਕੋ ਜਿਹਾ ਨਹੀਂ ਹੈ, ਇੱਕ ਤੇ ਲੈ ਕੇ ਜਿੱਥੇ ਧਰਮ ਦਾ ਗਿਆਨ ਹੀ ਨਹੀਂ ਬਿਲਕੁਲ, ਜਿਹੜੇ ਆਦਮੀ ਧਰਮ ਦੇ ਚੱਲਦਾ ਨਹੀਂ ਉਹਨੂੰ ਪਹਿਲੀ ਗਿਣ ਜਾ ਪੈਣੀ ਹੈ ਤਾਂ ਥੋੜਾ ਹੀ ਗਿਆਨ ਹੋਣੇ ਨਾਲ ਡਿਵੈਲਪ ਹੋ ਕੇ ਪਾਸ਼ੀ ਤੱਕ ਪਹੁੰਚਣਾ। ਬੋਲਿਆ ਪੂਰਾ ਚੰਦ ਆਕਾਸ਼ ਆਦਮੀ ਦੇ ਵਿੱਚ ਚੰਦਰਮਾ ਹੋਣਾ, ਡਿਵੈਲਪਮੈਂਟ ਹੋਣੀ, ਪੂਰਾ ਚੰਦਰਮਾ ਯਾਦ ਹੋਣਾ ਜਾਂ ਗਿਆਨ ਪੂਰਾ ਹੋ ਜਾਣਾ। ਬੋਲਿਆ ਪੂਰਾ ਚੰਦ ਆਕਾਸ਼। ਠੀਕ ਹੈ, ਫਿਰ ਜਦ ਸੂਰਜ ਆਉਣਾ ਚੰਦਰਮਾ ਦੀ ਜਗ੍ਹਾ ਅਸਲ ਦੇ ਵਿੱਚ, ਅਸੀਂ ਘਰ ਸੂਰ ਬਸੇ ਮਿਟੇ ਅਧਿਆਰਾ ਅਧਿਆਰਾ ਜਦ ਮਿਟਣਾ ਫਿਰ ਪੂਰੇ ਚੰਦਰਮੇ ਨਾਲ ਇਹਨੂੰ 16 ਕਲਾਂ ਸਪੋਰਟ ਕਹਿੰਦੇ ਨੇ। ਪੂਰਾ ਚੰਦਰਮਾ ਚੱਲ, ਪੂਰੇ ਚੰਦਰਮੇ ਤੋਂ ਬਾਅਦ ਤਤ ਗਿਆਨ ਦੀ ਸਮਝ ਆਉਣ ਲੱਗਦੀ ਹੈ ਜੇ ਜੁੜਿਆ ਰਹੇ ਭੁੱਖ ਹੋ ਗਈ। ਪੂਰੇ ਚੰਦਰਮੇ ਤੱਕ ਮਾਇਆ ਧਾਰੀ ਹੋਈ ਹੈ, ਉਦੋਂ ਗਾਹਾਂ ਫਿਰ ਗੱਲ ਖੁੱਲਣੀ ਸ਼ੁਰੂ, ਉਦੋਂ ਜੇ ਗਾਹਾਂ ਜਾਂਦਾ ਹੈ ਫਿਰ ਗੱਲ ਬਦਲ ਜਾਂਦੀ ਹੈ, ਫਿਰ ਭਾਸ਼ਾ ਬਦਲ ਜਾਂਦੀ, ਫਿਰ ਸਭ ਕੁਝ ਬਦਲ ਲੱਗ ਜਾਂਦਾ। ਠੀਕ ਹੈ ਜੀ, ਫਿਰ ਅਵਤਾਰ ਅਵਤਾਰ ਜਿਹੜੇ ਹੋਏ ਨੇ ਉਹ 16 ਕਲਾਂ ਤੱਕ ਤੇ ਰਾਤ ਹੈ ਉਹਦੇ ਵਿੱਚ। ਹਾਂਜੀ, ਸਾਈਂ ਫਿਰ ਮੱਤੀ ਦੇਵੀ 32 ਕਲਾਂ ਮੰਨਦੇ ਆ ਆਪਾਂ ਜੀ। ਹਾਂਜੀ ਹਾਂ ਹਾਂਜੀ, ਤਾਂ ਸਸੀਰ ਹੋ ਗਿਆ ਚੰਦ ਜਿਹੜਾ ਪੂਰਾ ਚੰਦ, ਪੂਰ ਹੋ ਗਿਆ ਆਪਣਾ ਚਿੱਤ ਜਿਹੜਾ ਸੂਰਜ ਹੈ ਜਿਹਦੀ ਆਪਣੀ ਲਾਈਟ ਹੈ। ਹਾਂਜੀ ਹਾਂ, ਤੇ 71 ਹੋ ਗਿਆ ਜਿਹੜਾ ਪਹਿਲੇ ਦਿਨ ਤੋਂ ਲੈ ਕੇ 14 ਦਿਨ ਤੱਕ ਜਿਹੜਾ ਉਹਦਾ ਆਕਾਰ ਬਦਲਦਾ। ਠੀਕ ਹੈ ਜੀ, 71 ਅਸਲ ਤਾਰਿਆਂ ਨੂੰ ਕਹਿੰਦੇ ਨੇ। ਅੱਛਾ ਜੀ, ਤਾਰੇ ਜਦ ਪਹਿਲੀ ਜਨਮ ਤੋਂ ਜਦ ਚੱਲੇ ਆ, ਬਹੁਤ ਘੱਟ ਗਿਆਨ ਤੋਂ ਵੱਧ ਤਾਰੇ ਨਹੀਂ ਆਇਆ ਆਪਣੇ ਕੋਲ ਪਏ ਬਾਹਰ, ਉਹਦੇ ਨਾਲ ਮਿਲਾਇਆ ਹੋਇਆ 71 ਇਹ। ਹਾਂ, ਚੰਦ ਨੂੰ ਵੀ 71 ਕਹਿੰਦੇ ਨੇ, ਜਾਂ ਥੋੜਾ ਲਾਈਟ ਤਾਰੇ ਜਿਹਦੀ ਹੁੰਦੀ ਹੈ ਚੰਦ ਦੀ ਵੀ ਉਦਣ। ਹਾਂਜੀ ਹਾਂਜੀ, ਇਹ 71 ਸਾਡੇ ਜਾ ਗਿਆ ਜਿੱਦਣ ਈਦ ਮਨਾਉਂਦੇ ਆ। ਪਹਿਲ ਏਕਮ ਦਾ ਚੰਦ ਤਾਂ ਬਹੁਤ ਮੱਧਮ ਹੁੰਦਾ, ਦਿਖਦਾ ਹੀ ਨਹੀਂ ਬਹੁਤ ਵਾਰ ਤਾਂ। ਹਾਂ ਹਾਂ ਹਾਂ, ਠੀਕ ਹੈ ਜੀ। ਉਦੋਂ ਦੀ ਈਦ ਹੁੰਦੀ ਹੈ, ਪਹਿਲਾ ਦਿਨ ਮਾੜੀ ਜੀ ਕਰਨ ਜਾਂਦੀ ਹੈ। ਹਾਂਜੀ ਠੀਕ ਹੈ ਜੀ, ਉਹ ਬਹੁਤ ਵਾਰ ਦਿਖਦਾ ਨਹੀਂ, ਉਹ ਉਹਨਾਂ ਨੂੰ ਫੇਰ ਭੁਲੇਖਾ ਪੈ ਜਾਂਦਾ ਵੀ ਅੱਜ ਈਦ ਹੈ ਕਿ ਨਹੀਂ। ਆ ਭਾਈ ਯਾਰ ਤੇ ਚੜ ਕੇ ਦੇਖਦੇ ਨੇ, ਉਹ ਕਹਿੰਦੇ ਨੇ ਹੈਗਾ ਹੈਗਾ, ਬਸ ਤੁਸੀਂ ਕਰ ਲਓ। ਠੀਕ ਹੈ ਜੀ। ਹਾਂ ਜੀ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਬਾਣੀ ਪ੍ਰਭ ਕੀ ਹੈ, ਸਭ ਕੋ ਬੋਲੇ, ਬੋਲਦੇ ਸਾਰੇ ਹੀ ਨੇ, ਆਪਾਂ ਬੋਲਦੇ ਨਹੀਂ। ਪ੍ਰਭ ਕੀ ਬਾਣੀ ਹੈ ਜਿਹੜੀ, ਇਹ ਬੋਲਦੇ ਆਪਾਂ। ਠੀਕ ਹੈ ਜੀ, ਹਾਂ ਗਾਉਂਦੇ ਨਹੀਂ ਹੈਗੇ।
ਪੜਨਾ ਰੋਣਾ ਕੋਈ ਗੱਲ ਹੈ ਠੀਕ ਹੈ ਪਰ ਪ੍ਰਭ ਦਾ ਅਡੋਲ ਹੈ ਜਿਹਦੀ ਬਾਣੀ ਆ ਉਹ ਅਡੋਲ ਹੈ ਠੀਕ ਹੈ ਤੇ ਆਪਣੀ ਬਾਣੀ ਅਡੋਲ ਹੋ ਜਵੇ ਅਡੋਲ ਕਰ ਦਿੱਤੀ ਹੈ ਠੀਕ ਹੈ ਹਾਂ ਅਡੋਲ ਹੋਣ ਵਾਸਤੇ ਹੀ ਹੈ ਅਡੋਲ ਅਡੋਲ ਤਾਂ ਹੋਊ ਜੇ ਕਮਾਂਡਿਕ ਤੇ ਧੋ ਕੇ ਪੜੇ ਜੇ ਕੋਈ ਇੱਛਾ ਰੱਖ ਕੇ ਨਾ ਪੜੇ ਤਾਂ ਅਡੋਲ ਹੋਊ ਜੇ ਇੱਛਾ ਰੱਖ ਕੇ ਪੜਦਾ ਜਿਹੜਾ ਅਡੋਲ ਹੋ ਨਹੀਂ ਸਕਦਾ ਜਿਹਦੇ ਮਨ ਦੇ ਵਿੱਚ ਕੋਈ ਇੱਛਾ ਹੁੰਦੀ ਹੈ ਨਾ ਬਾਣੀ ਪੜਨ ਲੱਗੇ ਤੇ ਪਾਠ ਕਰਕੇ ਤੇ ਉਹ ਅਡੋਲ ਨਹੀਂ ਹੁੰਦਾ ਠੀਕ ਹੈ ਅਡੋਲ ਇੱਛਾ ਰਹਿ ਤਾ ਠੀਕ ਹੈ ਆਪ ਅਡੋਲ ਆਪ ਅਡੋਲ ਬਾਣੀ ਦੀ ਪੜਨੀ ਚਾਹੀਦੀ ਆਪ ਆਪ ਅਡੋਲ ਕੇ ਹੈ ਨਾ ਜਿਹੜਾ ਪੜਦਾ ਬਿਨਾ ਇੱਛਾ ਤੋਂ ਆਪ ਅਡੋਲ ਹੋ ਜਾਂਦਾ ਹੈ ਨਹੀਂ ਇਹਦੀ ਪ੍ਰਭ ਦਾ ਆਪ ਅਡੋਲ ਹੈ ਅੱਛਾ ਬਾਣੀ ਪ੍ਰਭ ਦੀ ਹੈ ਪੜਦਾ ਡੋਲਣ ਵਾਲਾ ਅੱਛਾ ਜੀ ਇਹਦਾ ਕੀ ਅਸਰ ਹੋਊ ਪ੍ਰਭ ਵਰਗਾ ਬਣਨ ਵਾਸਤੇ ਅਡੋਲ ਹੋਣਾ ਚਾਹੀਦਾ ਠੀਕ ਹੈ ਜੀ ਸਬੋਣਾ ਨੇ ਪ੍ਰਭ ਚ ਜਾ ਕੇ ਉਹ ਅਡੋਲ ਹੈ ਤੂੰ ਡੋਲਦਾ ਮਾਇਆ ਵਾਸਤੇ ਪੜਦਾ ਮਾਇਆ ਵਾਸਤੇ ਤਾਂ ਉਹਨੇ ਇਹਨੂੰ ਦਿੱਤੀ ਨਹੀਂ ਬਾਣੀ ਠੀਕ ਹੈ ਕੀ ਮਾਇਆ ਬੰਗਣ ਦੀ ਇਜਾਜ਼ਤ ਹੈ ਬਾਣੀ ਚ ਫਿਰ ਤੂੰ ਇਹ ਜਮਾ ਮੰਨ ਲਿਆ ਆਪਣੀ ਮਾਇਆ ਵਾਸਤੇ ਇੱਛਾ ਰੱਖ ਕੇ ਬਾਣੀ ਪੜਦਾ ਇੱਛਾ ਖਤਮ ਕਰਨ ਵਾਸਤੇ ਹੈ ਬਾਣੀ ਗੁਰਬਾਣੀ ਮਾਇਆ ਦੀਆਂ ਇੱਛਾਵਾਂ ਨੂੰ ਪਾਸੇ ਰੱਖ ਕੇ ਪੜਨ ਵਾਲੀ ਗੱਲ ਹੈ ਠੀਕ ਹੈ ਮਾਇਆ ਦੀ ਇੱਛਾ ਧਾਰ ਕੇ ਤਾਂ ਗੁਰਬਾਣੀ ਪੜਨਾ ਮੇਰਾ ਪੜੂਗਾ ਮੈਨੂੰ ਪੜੂਗਾ ਤੂੰ ਅਡੋਲ ਕਿੱਥੋਂ ਹੋ ਜਾਏਗਾ ਠੀਕ ਹੈ ਇਹ ਤੋਂ ਲੋਕਾਂ ਮਾਇਆ ਬਣੀ ਨਾ ਰਾਮ ਠੀਕ ਹੈ ਜੀ ਮਾਇਆ ਨਹੀਂ ਗੁਰਬਾਣੀ ਪੜੇ ਤੇ ਕਿਤੇ ਨਹੀਂ ਲਿਖਿਆ ਗੁਰਬਾਣੀ ਚ ਮਾਇਆ ਬਣੂਗੀ ਪੜੇ ਤੇ ਪੜਿਆ ਨੇ ਸੁਣ ਚੱਲਿਆ ਜਾਊਗਾ ਤੇਰਾ ਉਹ ਜੋ ਮੜਨਾ ਲੱਗਦਾ ਉਹ ਬਾਣੀ ਪੜ੍ਹਨ ਚਾਹੇ ਨਾ ਪੜੋ ਸਾਇਆ ਨੂੰ ਮਿਲਦਾ ਅੰਗਰੇਜ਼ ਬਾਣੀਆਂ ਪੜਦੇ ਨਾ ਉਹਨੂੰ ਕਿੰਨੀ ਮਾਇਆ ਸੀ ਮੁਸਲਮਾਨਾਂ ਨੇ ਜੇ ਰਾਜ ਕਰ ਲਿਆ ਬਾਣੀ ਪੜਦੇ ਸੀ ਬਾਣੀ ਪੜਨ ਵਾਲੇ ਗੱਡਿਆਂ ਦੇ ਸਮਾਨ ਪਾਈ ਫਿਰਦੇ ਸੀ ਹਾਂਜੀ ਠੀਕ ਹੈ ਹਾਂਜੀ ਗੱਲ ਠੀਕ ਹੈ ਉਹ ਤਾਂ ਘੋੜੀਆਂ ਦੀ ਕਾਠੀਆਂ ਤੇ ਰਹਿੰਦੇ ਸੀ ਉਹ ਘੋੜੇ ਦੀ ਕਾਠੀਆਂ ਤੇ ਰਹਿੰਦੇ ਸੀ ਇਹਨਾਂ ਨਾਲ ਮਾਇਆ ਦਾ ਕੀ ਸੰਬੰਧ ਹੈ ਠੀਕ ਹੈ ਹਾਂਜੀ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਕਲਾ ਕਰ ਖੇਲੇ ਖੇਲ ਫਿਰ ਖੇਲਦਾ ਜੀ ਖੇਲੇ ਖੇਲਦਾ ਮਾਇਆ ਖੇਲਦਾ ਮਾਇਆ ਦਾ ਸਰਬ ਕਲਾ ਬਥੇਰੀ ਅਕਲ ਲੈ ਕੇ ਮਾਇਆ ਦਾ ਖੇਲ ਖੇਲਦਾ ਗੁਰਬਾਣੀ ਦਾ ਇਹਨਾਂ ਗਿਆਨ ਲੈ ਕੇ ਵੀ ਜੇ ਮਾਇਆ ਦਾ ਖੇਲ ਖੇਲਦਾ ਪਰ ਜੇ ਸਰਬ ਕਲਾ ਨਾਲ ਖੇਲ ਖੇਲੇ ਫਿਰ ਮਾਇਆ ਜੇ ਲੱਗੀ ਹੁੰਦਾ ਹੈਗਾ ਹੈ ਇਹ ਸਾਰਾ ਗਿਆਨ ਲੈ ਕੇ ਜਿਹੜੇ ਜੀਵਨ ਬਣਾ ਜੀਵਨ ਭਗਤਾਂ ਦੇ ਵੀ ਤਾਂ ਜੀਵਨ ਜੀਵਨ ਇਹ ਗੁਰਬਾਣੀ ਦਾ ਸਾਰਾ ਗਿਆਨ ਲੈ ਕੇ ਖੇਲ ਖੇਲੇ ਸਰਬ ਕਲਾ ਸਮਰਥ ਲੈ ਕੇ ਸਾਰਾ ਗਿਆਨ ਲੈ ਕੇ ਸਾਰੀ ਬੁੱਧੀ ਬਵੇਕ ਬੁੱਧੀ ਨਾਲ ਖੇਲ ਖੇਲੇ ਫਿਰ ਬੋਲਣਾ ਪਾਇਓ ਕੁੜੀ ਨੂੰ ਬੋਲ ਜਿਹੜਾ ਬੋਲ ਨਹੀਂ ਹੈਗਾ ਫਿਰ ਇਹਨੂੰ ਆਇਆ ਜਿੱਤ ਸਕਦੀ ਫਿਰ ਇਹਦੀ ਕੀਮਤ ਨਹੀਂ ਹੈ ਮਾਇਆ ਚ ਉਹ ਮਾਇਆ ਦਾ ਪ੍ਰਭਾਵ ਨਹੀਂ ਕਰਦਾ ਮਾਇਆ ਦਾ ਤਾਂ ਨਹੀਂ ਬਾਣੀ ਪੜਦਾ ਹੈ ਜੇ ਮਾਇਆ ਖਾਤਰ ਨਾ ਪੜੇ ਡੋਲ ਹੋਣ ਵਾਸਤੇ ਪੜੇ ਬਾਣੀ ਨਾ ਫਿਰ ਇਹ ਸਰਬ ਕਲਾ ਪ੍ਰਵੇਸ਼ ਕਰਦੀ ਹੈ ਫਿਰ ਇਹਦੀ ਬੁੱਧ ਡਿਵੈਲਪ ਹੁੰਦੀ ਹੈ ਪਾਣੀ ਤਾਂ ਬੜੀ ਹੈ ਬੁੱਧ ਵਿਵੇਕ ਬੁੱਧ ਵਾਸਤੇ ਦੀਜਾ ਬੁੱਧ ਵਿਵੇਕਾ ਸਮਤ ਵਾਸਤੇ ਬਾਣੀ ਪੜਦੀ ਹੈ ਵੀ ਸਮਤ ਬਖਸ਼ਦੇ ਜੇ ਸਮਤ ਦੀ ਅਰਦਾਸ ਕਰਕੇ ਬਾਣੀ ਪੜਦਾ ਹੈ ਸਮਤ ਮੈਨੂੰ ਮਿਲੇ ਵਿਵੇਕ ਬੁੱਧ ਮਿਲੇ ਫਿਰ ਤਾਂ ਠੀਕ ਹੈ ਇਹ ਗੱਲ ਉਹ ਵਿਵੇਕ ਬੁੱਧ ਨਾਲ ਡੋਲ ਨਹੀਂ ਹੋਣਾ ਜੇ ਡੋਲਣਾ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਕਹੇ ਇਹ ਤਾਂ ਜਾਇਜ਼ ਹੈ ਗੱਲ ਤਬਕੀ ਹੋਈ ਹੈ ਮਾਇਆ ਤਾਂ ਮੰਗੇ ਨਹੀਂ ਹੋਈ ਮਾਇਆ ਚੱਗ ਮਾਇਆ ਨੇ ਤਾਂ ਤੁਹਾਨੂੰ ਇੱਕ ਮਾਨੇ ਕਿਤੇ ਧੋਣੇ ਨਹੀਂ ਦੇਣਾ ਮਾਇਆ ਤਾਂ ਗੁਰਬਾਣੀ ਦੀ ਸਮਝ ਆਉਣੇ ਨਹੀਂ ਦੇਣੀ ਠੀਕ ਹੈ ਜੀ ਸਭ ਕਲਾ ਕਰਕੇ ਲੈ ਖੇਲ ਇਹ ਦੁਨੀਆ ਦੀ ਖੇਲ ਖੇਲਣੀ ਚਾਹੀਦੀ ਹੈ ਗੁਰਬਾਣੀ ਦਾ ਸਾਰਾ ਗਿਆਨ ਲੈ ਕੇ
ਠੀਕ ਹੈ ਜੀ। ਫਿਰ ਤੁਸੀਂ ਲਿਪਤੇ ਜੀ ਕੋਈ ਜਿਹੜਾ ਤੈਰਨ ਜਾਣਦਾ ਆਪ ਵੀ ਤੈਰ ਕੇ ਨਿਕਲ ਜਾਂਦਾ ਦੂਏ ਡੁੱਬਦੇ ਨੂੰ ਵੀ ਕੱਢ ਲੈਂਦਾ ਇੱਕ ਆਪ ਨਹੀਂ ਨਿਕਲ ਸਕਦਾ ਹਾਂ ਤੈਰਨ ਦਾ ਗੁਣ ਜਾਣਦਾ ਉਹ ਜੇ ਗੁਰਬਾਣੀ ਦੀ ਕਲਾ ਲੈ ਕੇ ਖੇਲੇ ਉਹ ਡੁੱਬਦਾ ਨਹੀਂ ਫਿਰ ਦੂਏ ਡੁੱਬਦੇ ਨੂੰ ਵੀ ਸਹਾਰਾ ਦੇ ਸਕਦਾ ਥੋੜਾ ਬਹੁਤਾ ਠੀਕ ਹੈ ਹਾਂ ਹਾਂਜੀ ਮੋਲ ਨਾ ਪਾਈਏ ਗੁਣੇ ਅਮੋਲ ਉਹਦੇ ਗੁਣਾਂ ਦਾ ਕਿੰਨਾ ਮੁੱਲ ਪਾ ਲੂਗਾ ਜੇ ਸਰਬ ਕਲਾ ਹੋ ਜਵੇ ਉਹ ਪੂਰੀ ਬੁੱਧ ਹੋ ਜਵੇ ਉਹਦੀ ਗੁਰਬਾਣੀ ਅਨੁਸਾਰ ਗੁਰਬਾਣੀ ਦੀ ਕਲਾ ਭਰਦੀ ਹੈ ਬੁੱਧੀ ਚ ਠੀਕ ਹੈ ਜੋਤ ਪੂਰੀ ਹੋ ਜਵੇ ਫਿਰ ਮਾਇਆ ਕੀ ਕਹਿੰਦੀ ਇਹਨੂੰ ਮਾਇਆ ਨਹੀਂ ਕੁਝ ਕਹਿ ਸਕਦੀ ਠੀਕ ਹੈ ਸਰਬ ਜੋਤ ਮੈਂ ਜਾਂ ਕੀ ਜੋਤ ਧਾਰ ਰਹੇ ਸਵਾਮੀ ਓਤ ਪੋਤ ਸਰਬ ਜੋਤ ਮੈਂ ਜਾਂ ਕੀ ਜੋਤ ਸਰਬ ਜੋਤ ਜਿਹੜੀ ਹੈ ਮਨ ਮਨ ਜੋਤ ਹੈ ਨਾ ਹਾਂਜੀ ਜਿਹਦੀ ਜੋਤ ਹੈ ਮੰਤਰ ਆਤਮਾ ਇਹਦਾ ਮੂਲ ਹੈ ਉਹਦੀ ਜੋਤ ਹੈ ਸਰਬ ਜੋਤ ਮੈਂ ਜਾਂ ਕੀ ਜੋਤ ਧਾਰ ਰਹੇ ਸਵਾਮੀ ਓਤ ਪੋਤ ਉਹ ਸਵਾਮੀ ਹੈ ਉਹੀ ਸਵਾਮੀ ਹੈ ਸਭ ਦਾ ਆਪਣਾ ਆਪਣਾ ਸਵਾਮੀ ਹੈ ਜਿਹਦੀ ਜੋਤ ਜਿਹਦੇ ਵਿੱਚ ਹੈ ਹਰੇਕ ਦਾ ਮੂਲ ਆਪਣਾ ਆਪਣਾ ਅਲੱਗ ਹੈ ਹਰੇਕ ਦਾ ਚਿੱਤ ਵੱਖਰਾ ਉਹੀ ਉਹਦਾ ਸਵਾਮੀ ਹੈ ਜੇ ਤੁਹਾਨੂੰ ਜੋਤ ਮਿਲੀ ਹੈ ਉਹ ਉਹਦਾ ਸਵਾਮੀ ਧਾਰ ਰਹੇ ਹੋ ਸਵਾਮੀ ਓਤ ਪੋਤ ਧਾਰਨ ਕੀਤਾ ਹੋਇਆ ਮਨ ਨੂੰ ਓਤ ਪੋਤ ਹੈ ਯਾਨੀ ਰੋਜਨ ਕਰ ਰਿਹਾ ਆ ਲਾਈਟ ਜਿੱਥੇ ਨੇਰੇ ਜੁੜੇ ਉਹ ਬਹੁਤ ਹੈ ਨੇਰੇ ਦੇ ਲਾਈਟ ਠੀਕ ਹੈ ਜੀ ਨੇਰੇ ਦੇ ਉਹ ਬਹੁਤ ਹੂੰ ਤਾਂ ਹੀ ਨੇਰਾ ਗਾਇਬ ਹੋਊ ਕਹਿੰਦੇ ਜਦ ਨਦੀਨਾ ਨੇਰਾ ਦੀਦਾ ਹੀ ਲਾਈਟ ਕੋਈ ਵੀ ਨੇਰੇ ਹੀ ਨੇਰੇ ਫਿਰ ਠੀਕ ਹੈ ਜੀ ਉਹ ਚੀਜ਼ ਮਿਲਦੀ ਹੈ ਘੁਲਦੀ ਹੈ ਉਹ ਬਹੁਤ ਹੋ ਜਾਂਦੀ ਮਿੱਠਾ ਪਾਣੀ ਜੇ ਆਪਾਂ ਘੋਲਦਾ ਉਹ ਬਹੁਤ ਹੋ ਗਿਆ ਪਾਣੀ ਮਿੱਠੇ ਜੋਤ ਬਹੁਤ ਹੈ ਮਿੱਠਾ ਪਾਣੀ ਜੋਤ ਬਹੁਤ ਹੈ ਠੀਕ ਹੈ ਹਾਂਜੀ ਗੁਰ ਪ੍ਰਸਾਦ ਭਰਮ ਕਾ ਨਾਸ਼ ਨਾਨਕ ਤਿਨ ਮੈਂ ਇਹ ਵਿਸ਼ਵਾਸ ਗੁਰ ਪ੍ਰਸਾਦ ਭਰਮ ਕਾ ਨਾਸ਼ ਗਿਆਨ ਦੀ ਕਿਰਪਾ ਨਾਲ ਭਰਮ ਦਾ ਨਾਸ਼ ਹੋਵੇ ਗਿਆਨ ਤੇ ਬਿਨਾ ਬਿਨਾ ਦੀਵਾ ਬਲੇ ਅੰਧੇਰਾ ਜਾਏ ਗਿਆਨ ਨਾਲੇ ਭਰਮ ਦਾ ਨਾਸ ਗੁਰ ਪ੍ਰਸਾਦ ਨਾਨਕ ਤਿੰਨ ਮੈਂ ਇਹ ਵਿਸ਼ਵਾਸ ਵਿਸ਼ਵਾਸ ਹੈ ਲਾ ਫਿਰ ਬਾਬਾ ਘਟਦਾ ਪੈਰ ਚ ਉਹਨੂੰ ਠੀਕ ਹੈ ਜੀ ਆ ਪੈਰ ਦੇ ਬਹੁਤ ਘਟਦੇ ਖਰੇ ਨੂੰ ਜਿਵੇਂ ਸਵੈ ਭੰਗ ਦਾ ਵੀ ਵਾਅਦਾ ਕਰਤਾ ਹੈ ਜੀ ਹਾਂ ਜੀ ਹਾਂ ਇਸ ਤਰ੍ਹਾਂ ਸਾਦ ਅੱਖਰ ਦਾ ਵੀ ਬਹੁਤ ਜਗ੍ਹਾ ਜਿੱਥੇ ਅਰਥ ਸਵਾਦ ਬਣਦਾ ਹੈ ਕਿ ਹਰੇਕ ਜਗ੍ਹਾ ਸਵਾਦ ਹੀ ਹੋਣਾ ਚਾਹੀਦਾ ਸਾਦ ਜਿਹਨੂੰ ਲਿਖਦੇ ਆਦੇ ਹੈ ਸਾਦ ਲਫਜ਼ੇ ਨਹੀਂ ਕੋਈ ਹਾਂਜੀ ਉਹ ਵੀ ਪੈਰ ਦਾ ਵਾਵਾ ਕਿਤੇ ਕਿਤੇ ਹੈ ਕਿਤੇ ਕਿਤੇ ਜ਼ਿਆਦਾਤਰ ਕੱਟਿਆ ਹੋਇਆ ਜੀ ਆ ਕੱਟਿਆ ਹੋਇਆ ਕਹਿੰਦੇ ਚਲੋ ਇਹਦੇ ਕੀ ਲੋੜ ਹੈ ਥੱਲੇ ਬਈ ਚਲੋ ਪਾਪਟ ਪਤਾ ਹੀ ਹੈ ਸਵਾਦੇ ਪੜ ਲਿਆ ਕਰੋ ਪੜੇ ਹੀ ਲੋ ਤੇ ਹੀ ਗੱਲ ਲੋ ਲਫ਼ਜ਼ ਕੋਈ ਬੋਲ ਨਾ ਗੱਲ ਲੈ ਇਹਨੂੰ ਠੀਕ ਹੈ ਹੱਥ ਲਿਖਤਾਂ ਦੇ ਵਿੱਚ ਹੈਗੇ ਨੇ ਟਾਈਪ ਜਾਂਦੇ ਹੈ ਜਾਂ ਜਾਂਦੇ ਕੱਟੇ ਦੇ ਠੀਕ ਹੈ ਠੀਕ ਹੈ ਆਈਵਨ ਸਾਡੇ ਕੋਲ ਵੀ ਵਾਵਾ ਪਾਉਣ ਦਾ ਕੋਈ ਬਹੁਤਾ ਪਰੋਜ ਨਹੀਂ ਹੈਗਾ ਇਹਦੇ ਚ ਔਖਾ ਪੈਂਦਾ ਜਦ ਅਸੀਂ ਟਾਈਪ ਵੀ ਕਰਦੇ ਹਾਂ ਹਾਂਜੀ ਹੁਣ ਤਾਂ ਪਹੁੰਚ ਨਹੀਂ ਹੈ ਪੈਰ ਦਾ ਵਾਵਾ ਖਤਮ ਹੀ ਹੋ ਗਿਆ ਪੰਜਾਬੀ ਹਾਂਜੀ ਠੀਕ ਹੈ ਜੀ ਹਾਂਜੀ ਇੱਥੇ ਨਾਨਕ ਤਿੰਨ ਮੈਂ ਇਹ ਵਿਸ਼ਵਾਸ ਨਾਨਕਾਂ ਦਾ ਉਹਨਾਂ ਦੇ ਵਿੱਚ ਵਿਸ਼ਵਾਸ ਹੈ ਉਹਨਾਂ ਨੂੰ ਭਰੋਸਾ ਇਸ ਗੱਲ ਦਾ ਭਰੋਸਾ ਉਹਨਾਂ ਨੂੰ ਦਾ ਗੁਰਬਾਣੀ ਤੇ ਜਦੋਂ ਤੱਕ ਭਰਮ ਨਾ ਹੈ ਉਹਨਾਂ ਚ ਭਰੋਸਾ ਨਹੀਂ ਹੁੰਦਾ ਭਰਮ ਭਰੋਸਾ ਨਹੀਂ ਕਰਦਾ ਅੱਛਾ ਜੀ ਭਰਮ ਦੂਰ ਹੋ ਗਈ ਭਰੋਸਾ ਦੇਖੋ ਨਾ ਜਿੰਨਾ ਚਿਰ ਉਹ ਵੀ ਕਹਿੰਦੇ ਨੇ ਜਬ ਲਗਨਾ ਦੇਖੋ ਆਪਣੀ ਰੇੜੀ ਉਹਨਾਂ ਦਾ ਕਹਿੰਦਾ ਤਬ ਲਗਨਾ ਮਾਨੂੰ ਗੁਰ ਕੀ ਕਹਿਣਗੇ ਖਤਮ ਹੀ ਕਰਤੀ ਗੱਲ ਮੰਨਣੀ ਹੋਈ ਨਹੀਂ ਜੇ ਮੰਨਣੀ ਹੋਈ ਤਾਂ ਫਿਰ ਵਿਸ਼ਵਾਸ ਹੋਣਾ ਹੀ ਨਹੀਂ ਉਹਦਾ ਪੜਾਈ ਕੁੱਠੀ ਪੜਾਤੀ ਕੋਣ ਆਪਾਂ ਕਹਿੰਦੇ ਆ ਵੀ ਭਾਈ ਆ ਪਹਾੜ ਤੇ ਚਲੋ ਉੱਥੇ ਆ ਫਲਾਣਾ ਇਹ ਜਿਹਾ ਦਰਖਤ ਹੈ ਉਹਨੂੰ ਇਹ ਜਿਹੇ ਫਲ ਲੱਗੇ ਹੋਏ ਨੇ ਉਹ ਕਹਿੰਦਾ ਮੈਂ ਤਾਂ ਦੇਖੇ ਤੇ ਬਿਨਾ ਮੰਨਦਾ ਨਹੀਂ
ਪਹਾੜ ਦੇ ਜੜਾਂ ਨਹੀਂ ਦੇਖਣਾ ਹੈ ਨਹੀਂ ਮੰਨਣਾ ਹੈ ਜੀ। ਦਰਸ ਹੈਗਾ ਫਲ ਵੀ ਹੈਗਾ ਦਰਸ ਵੀ ਹੈਗਾ। ਕਹਿੰਦਾ ਪਹਿਲਾਂ ਮੈਂ ਦੇਖਾਂ ਤਾਂ ਬਦੂਗਾ ਤੈਨੂੰ ਪੱਟ ਕੇ ਇੱਥੇ ਲਿਆ ਕੇ ਦੇਵੇ ਉਹ ਚੱਲਣ ਤੋਂ ਹਟਾ ਦੇ ਚੱਲਣ ਤੋਂ ਹਟਾ ਦੋ ਪਹਿਲਾਂ ਭਾਈ ਦਿਖਾਓ ਪਹਿਲਾਂ ਰੱਬ ਦਿਖਾ ਦੋ ਫਿਰ ਬਦੂਗੇ ਠੀਕ ਹੈ ਫਿਰ ਰੱਬ ਨੂੰ ਕੋਈ ਮੰਨੇ ਹੀ ਨਾ ਰੌਲਾ ਹੀ ਮੁੱਕ ਜਾਵੇ ਪਹਿਲਾਂ ਮੇਰੇ ਨਾਲ ਚੱਲ ਤੁਰ ਆਪਾਂ ਦੋਵੇਂ ਚੱਲਦੇ ਹਾਂ ਤੈਨੂੰ ਦਿਖਾ ਦਿੰਦਾ ਮੈਂ ਠੀਕ ਹੈ ਕਹਿੰਦਾ ਇਹ ਗੱਲ ਝੂਠ ਹੈ ਜਬ ਨਾ ਦੇਖੋ ਆਪਣੀ ਦੇਣੀ ਤਬ ਲੱਗਦਾ ਮੈਨੂੰ ਗੁਰ ਕੀ ਕਹਿੰਦੀ ਯਾਰ ਪੜਾਤਾ ਸੌਖਾ ਕੰਮ ਮੂਰਖ ਨੇ ਪੜ ਲਿਆ ਉਹਨੇ ਹੀ ਦੱਸਿਆ ਤੋਤੇ ਨੇ ਪਰ ਤੋਤਾ ਇੰਨੀ ਗੱਲ ਪੜ ਗਿਆ ਫਿਰ ਖਤਮ ਹੈ ਤੋਤਾ ਬਾਰੇ ਆਉਣ ਦਿੰਦਾ ਉਹਨੇ ਇੱਕ ਗੱਲ ਬੋਲਣੀ ਹੈ ਆਪਾਂ ਨੇ ਵੀ ਬੋਲ ਕੇ ਉਹਨੂੰ ਲਿਆਉਣਾ ਉਹਨੇ ਆਹੀ ਗੱਲ ਬੋਲ ਦਿੰਦੀ ਹੈ ਕਿ ਜਿੰਨਾ ਮਰਜ਼ੀ ਸਮਝਾ ਲਓ ਤੋਤੇ ਨੇ ਇਹ ਕਹਿਣਾ ਜਬ ਲੱਗਦਾ ਦੇਖੋ ਆਪਣੀ ਰਹਿਣੀ ਤਬ ਲੱਗਣਾ ਮੈਨੂੰ ਗੁਰ ਕੀ ਕਹਿਣੀ ਫਿਰ ਘੰਟਾ ਉਹਨੂੰ ਲੈ ਕੇ ਤੇ ਜਾ ਉਹਨੇ ਫਿਰ ਇਹੀ ਬੋਲਦੇ ਪੜਾ ਲਓ ਨੂੰ ਕੀ ਪੜਾਉਂਗੇ ਠੀਕ ਹੈ ਐ ਜੇ ਪੜਾਏ ਨੇ ਤੋਤੇ ਪੰਡਤ ਨੇ ਪਾੜੇ ਨੇ ਠੀਕ ਹੈ ਹਾਂ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਇੱਥੇ ਆ ਕੇ ਸੰਤ ਹੋ ਜਾਂਦੇ ਸਾਰੇ ਡੈਪੂ ਹਾਂਜੀ ਸੰਤ ਕਹਿੰਦੇ ਉਹ ਹੈ ਜਿਹੜੇ ਬ੍ਰਹਮ ਦੇ ਬਿਨਾ ਕੋਈ ਦੇਖਦਾ ਹੀ ਨਹੀਂ ਜੇ ਤਾਂ ਸੰਤ ਬ੍ਰਹਮ ਤੇ ਜੇ ਤਾਂ ਮਾਇਆ ਦੇਖਦਾ ਹੈ ਫਿਰ ਤਾਂ ਸੰਤ ਹੈ ਨਹੀਂ ਠੀਕ ਹੈ ਜੀ ਉਹਨਾਂ ਦਾ ਪੇਖਣ ਹੁੰਦਾ ਦੇਖਣਾ ਹੁੰਦਾ ਹੀ ਨਹੀਂ ਪਹਿਲੀ ਗੱਲ ਤਾਂ ਹੈ ਉਦਲੀ ਅੱਖਾਂ ਦੇਖਦੇ ਨੇ ਵਾਲੀ ਨਾਲ ਦੇਖਦੇ ਹੀ ਨਹੀਂ ਜੇ ਵਾਲੀ ਨਾਲ ਦੇਖਦੇ ਨੇ ਸੰਤ ਹੈ ਨਹੀਂ ਠੀਕ ਹੈ ਸੰਤ ਜਨਾ ਦਾ ਪੇਖਣ ਸਭ ਬ੍ਰਹਮ ਬ੍ਰਹਮ ਦੇਖਦੇ ਹਾਂ ਜਿਹੜੇ ਬ੍ਰਹਮ ਦੇਖਦੇ ਨੇ ਉਹ ਤਾਂ ਸੋਚ ਪਿੱਟ ਨਹੀਂ ਕਰ ਸਕਦੇ ਜਿਹੜੇ ਸੋਚ ਪਿੱਟ ਕਰਦੇ ਨੇ ਉਹ ਬ੍ਰਹਮ ਨਹੀਂ ਦੇਖਦੇ ਫਿਰ ਪਿੱਟ ਤਾਂ ਕਰਦੇ ਜੇ ਬ੍ਰਹਮ ਦੇਖੇ ਉਹਦਾ ਇੱਕੋ ਜਿਹਾ ਜੇ ਬਾਹਰ ਸਰੀਰ ਦੇਖਣਗੇ ਉੱਥੇ ਫਰਕ ਹੈ ਹਾਂ ਸੋਚ ਪਿੱਟ ਸੰਤ ਨਹੀਂ ਕਰ ਸਕਦੇ ਚਾਰ ਪੰਨ ਸੰਤ ਨਹੀਂ ਮੰਨ ਸਕਦੇ ਜੇ ਮੰਨਦੇ ਨੇ ਉਹ ਫਿਰ ਬਾਹਮਣ ਦੇ ਚੇਲੇ ਨੇ ਸੰਤ ਨਹੀਂ ਹਨ ਇਹ ਤਾਂ ਹੈ ਵੀ ਇਹ ਤਾਂ ਪੰਡਤ ਨੇ ਸੰਤ ਬੜੇ ਹਨ ਵਾਲਾ ਪੰਡਤ ਦੀ ਹੈ ਸੰਤਾਂ ਕੋਲ ਮਾਲਾ ਨਹੀਂ ਹੁੰਦੀ ਕਿਤੇ ਸੰਤ ਕੋਲ ਮਾਲਾ ਨਹੀਂ ਲਿਖੀ ਹੋਈ ਗੁਰਬਾਣੀ ਵਾਲਾ ਨੂੰ ਪੰਡਤ ਨਾਲ ਜੋੜਦੀ ਹੈ ਪੰਡਤ ਨੇ ਡੁਪਲੀਕੇਟ ਖੜੇ ਕੀਤੇ ਨੇ ਇੱਕ ਪੂਰਾ ਇੱਕ ਬ੍ਰਿਗੇਡ ਖੜਾ ਕੀਤਾ ਸੰਤਾਂ ਦਾ ਡੁਪਲੀਕੇਟ ਸਰਕਾਰ ਨੂੰ ਮਿਲ ਕੇ ਹਾਂ ਬ੍ਰਾਹਮਣ ਜਦ ਪੰਡਤ ਹੋ ਗਿਆ ਨਾ ਸਰਕਾਰ ਨਾਲ ਮਿਲ ਗਿਆ ਇੱਕ ਬ੍ਰਿਗੇਡ ਖੜਾ ਕੀਤਾ ਡੁਪਲੀਕੇਟ ਸੰਤਾਂ ਦਾ ਸਰਕਾਰ ਵਾਲੇ ਹੋਏ ਸੰਤਾਂ ਦਾ ਸਰਕਾਰ ਦੀ ਗੱਲ ਮੰਨਣ ਵਾਲੇ ਸੰਤਾਂ ਦਾ ਆਪਣਿਆਂ ਦੀ ਮਾਲਾ ਉਹਨਾਂ ਨੂੰ ਦਿੱਤੀ ਧੋਤੀ ਟਿੱਕਾ ਤੇ ਜਪ ਮਾਲੀ ਪੰਡਤ ਨਾਲ ਜੁੜੀ ਹੋਈ ਹੈ ਉਹ ਗਲੀ ਜੀ ਨਾ ਜਬ ਪਾਲੀਆਂ ਲੋਟੇ ਹੱਥ ਨੇ ਬੰਗ ਹੋਏ ਹਰ ਕੇ ਸੰਤ ਨਾ ਆਖੀ ਬਨਾਰਸ ਦੇ ਬਨਾਰਸ ਵਿੱਚ ਕੌਣ ਹੈ ਪੰਡਤ ਹੈ ਉੱਥੇ ਦੀ ਉਪਜ ਦੇ ਠੱਗ ਦਾ ਡੁਪਲੀਕੇਟ ਹੁੰਦਾ ਨਾ ਹਾਂਜੀ ਠੱਗ ਹਮੇਸ਼ਾ ਡੁਪਲੀਕੇਟ ਹੁੰਦਾ ਠੱਗ ਦਾ ਮਤਲਬ ਡੁਪਲੀਕੇਟ ਹੈ ਅਸਲੀ ਨਹੀਂ ਹੈ ਉਹ ਹਰ ਕਾ ਸੰਤ ਬਣਨਾ ਸੀ ਹਰ ਕਾ ਸੰਤ ਹੈ ਨਹੀਂ ਬਨਾਰਸੀਆਂ ਨੇ ਪੈਦਾ ਕੀਤੇ ਨੇ ਬਨਾਰਸ ਦੇ ਢੰਗ ਇਹਨਾਂ ਦੀ ਪਤਾ ਕਬੀਰ ਨੇ ਇਸ਼ਾਰਾ ਕਰਦਾ ਵੀ ਇਹ ਇੱਥੇ ਦੀ ਕ੍ਰੀਏਸ਼ਨ ਹੈ ਕਿ ਬ੍ਰਿਗੇਡ ਪੂਰਾ ਖੜਾ ਕੀਤਾ ਹਾਂ ਇਹਨਾਂ ਨੇ ਵੀ ਆਰਡਰ ਕੱਢਿਆ ਕੁਛ ਸੱਤ ਸਮਾਜ ਹੈ ਉਹ ਹੁਣ ਹਟ ਜਾਣਗੇ ਫੂਕ ਜੀ ਨਿਕਲ ਗਈ ਇਹਨਾਂ ਦੀ ਪੱਲੇ ਕੁਛ ਵੀ ਨਹੀਂ ਹੈ ਫੂਕ ਤਾਂ ਨਿਕਲ ਜਾਂਦੀ ਸੀ ਪੱਲੇ ਕੁਛ ਹੁੰਦਾ ਤਾਂ ਆਇਆ ਨਹੀਂ ਪੱਲੇ ਤਾਂ ਹੈ ਨਹੀਂ ਕੁਛ ਠੀਕ ਹੈ ਕੂੜ ਕਹਿੰਦਾ ਜੇ ਚੱਲਦਾ ਹੁਣ ਸੰਤ ਜਨਾ ਦਾ ਪੇਖਣ ਸਭ ਪ੍ਰਭ ਇੱਥੇ ਆ ਜਾ ਕਸੌਟੀ ਦੇ ਲਾਤੇ ਸੰਤ ਸਾਰੇ ਪਟਾ ਜਾਣਦਾ ਥਾਂ ਨੂੰ ਹਾਂਜੀ
ਸਾਂਹ ਤੇ ਲਾ ਕੇ ਦੇਖੋ ਸ਼ਬਦ ਦੀ ਸਾਂਹ ਤੇ ਖਰੇ ਖੋਟੇ ਆਪੇ ਪਤਾ ਲੱਗ ਜੂ। ਐ ਤੋਂ ਪਤਾ ਲੱਗੂ ਸਾਂਹ ਤੇ ਉਹ ਡੁਪਲੀਕੇਟ ਨੇ ਅਸਲੀ ਨੇ। ਸੰਤ ਜਨਾ ਕਾ ਫੇਰ ਸਭ ਪ੍ਰਭ। ਹਾਂ ਸੰਤ ਜਨਾ ਕੇ ਹਿਰਦੇ ਸਭ ਧਰਮ। ਉਹਨਾਂ ਦੇ ਹਿਰਦੇ ਚ ਕੀ ਹੁੰਦਾ? ਸਿਰਫ ਕੇਵਲ ਸੱਚ ਹੁੰਦਾ, ਧਰਮ ਦਾ ਮਤਲਬ ਸੱਚ ਹੈ। ਜਿੱਤੇ ਧਰਮ ਲਫ਼ਜ਼ ਆਊਗਾ ਉੱਥੇ ਸੱਚ ਰੱਖ ਸਕਦੇ ਹੋ ਉਹਦੀ ਜਗ੍ਹਾ। ਕਿਆ ਧਰਮ ਹੈ? ਧਰਮ ਧਰਮ ਦਾ ਮਤਲਬ ਨਾ ਕੋਈ ਦੇਣ ਲਈ ਦੇਣਾ ਲੈਣਾ ਨਹੀਂ ਕਿਸੇ ਦੇ ਕੁਝ। ਧਰਮ ਦਾ ਮਤਲਬ ਹੈ ਪਰਮਾਰਥ। ਠੀਕ ਹੈ, ਪਰਮਾਰਥ ਉਹ ਕਰਦਾ ਜਿਹੜਾ ਦਿੰਦਾ ਹੀ ਦਿੰਦਾ, ਮੰਗਦਾ ਨਹੀਂ ਕਿਸੇ ਤੇ, ਉਹਦੇ ਅਭਿਆਨ ਵਿੱਚ ਕੁਝ ਵੀ ਨਹੀਂ ਲੈਂਦਾ। ਇਹ ਲੈਂਦੇ ਹੀ ਲੈਂਦੇ ਨੇ, ਗੱਲਾਂ ਕਰਦੇ ਹੋਰ। ਹਾਂਜੀ ਹਾਂਜੀ। ਸੰਤ ਜਨਾ ਸੁਣੇ ਸੁਭ ਬਚਨ, ਸਰਬ ਵਿਆਪੀ ਰਾਮ ਸੰਗੀ ਰਚਨ। ਸੰਤ ਜਨਾ ਜਿਹੜੇ ਸੰਤ ਜਨ ਹੁੰਦੇ ਨੇ ਨਾ, ਉਹਨਾਂ ਦੇ ਜਿਹੜੇ ਬਚਨ ਹੁੰਦੇ ਨੇ ਬੋਲਦੇ ਨੇ ਸ਼ੁਭ ਹੁੰਦੇ ਨੇ। ਮਾੜਾ ਨਹੀਂ ਬਚਨ ਬੋਲਦੇ ਕਿਸੇ ਨੂੰ, ਸੱਚ ਬੋਲਦੇ ਨੇ। ਕੋਈ ਚੰਗਾ ਸਮਝੇ, ਕੋਈ ਮਾੜਾ ਸਮਝੇ, ਸੱਚ ਹਮੇਸ਼ਾ ਸ਼ੁਭ ਹੁੰਦਾ, ਸੱਚ ਨਹੀਂ ਮਾੜਾ ਹੁੰਦਾ। ਜੇ ਕਿਸੇ ਨੂੰ ਮਾੜਾ ਲੱਗਦਾ ਆਪਣੇ ਅੰਦਰ ਝਾਕ ਕੇ ਦੇਖੇ, ਤੈਨੂੰ ਸੱਚ ਨੂੰ ਕੌੜਾ ਲੱਗਦਾ। ਠੀਕ ਹੈ, ਅੰਦਰ ਆਪਣੇ ਝਾਕੀ ਮਾਰੇ ਕਾਹਦੇ ਕੌੜਾ ਲੱਗਦਾ ਸੱਚ। ਗੁਰਬਾਣੀ ਨੇ ਸੱਚ ਬੋਲਿਆ, ਭਗਤ ਸੱਚ ਬੋਲਦੇ ਰਹੇ, ਲੋਕਾਂ ਨੂੰ ਨਹੀਂ ਕਿੰਨਾ ਲੱਗਿਆ ਕੀ ਗੱਲ ਨੂੰ? ਠੀਕ ਹੈ, ਇਹੀ ਉਹਨਾਂ ਦਾ ਸੰਸਾਰੀ ਆ, ਸੱਚ ਨਹੀਂ ਜਿੰਨਾ ਲੱਗਦਾ। ਇਹ ਸਾਰੇ ਬੰਦੇ ਸੰਸਾਰੀ ਨੇ। ਠੀਕ ਹੈ, ਧਰਮ ਜਿਹੜਾ ਹੁੰਦਾ ਸੰਸਾਰੀ ਨਹੀਂ ਹੁੰਦਾ। ਸੰਸਾਰੀ ਬੰਦੇ ਨੂੰ ਸੰਸਾਰੀ ਰਹਿਣ ਨਹੀਂ ਦਿੰਦਾ, ਬੰਦਾ ਪਹਿਲਾਂ ਸੰਸਾਰੀ ਹੁੰਦਾ। ਤਾਂ ਧਾਰਮਿਕ ਬੰਦਾ ਬਣਦਾ ਤਾਂ ਸੰਸਾਰੀ ਨਹੀਂ ਰਹਿੰਦਾ। ਸੰਸਾਰੀ ਬੰਦੇ ਜਿਹੜੇ ਵਿਦਵਾਨ ਨੇ, ਇਹ ਤਾਂ ਇਤਿਹਾਸ ਨਹੀਂ ਸਿੱਧਾ ਲਿਖ ਸਕੇ ਵਧੀਆ। ਜਿੱਥੇ ਧਰਮ ਇਨਵੋਲਵ ਹੋ ਜਾਵੇ ਉਹ ਇਤਿਹਾਸ ਕਹਿਣ ਚੰਗੀ ਗੱਲ ਹੈ। ਵਿਦਵਾਨ ਸਿੱਧੂ ਵਰਗੇ, ਉਹਨਾਂ ਨੂੰ ਕੀ ਪਤਾ ਧਰਮ ਕੀ ਹੁੰਦਾ? ਹਾਂਜੀ, ਸੰਤ ਜਨਾ ਸੁਣੇ ਸ਼ੁਭ ਵਚਨ, ਸਰਬ ਵਿਆਪੀ ਨਾਮ ਸੰਗੀ ਰਚਨ। ਸਰਬ ਵਿਆਪੀ, ਸਰਬ ਵਿਆਪੀ ਉਹਨਾਂ ਕੋਲ, ਸਰਬ ਵਿਆਪੀ ਨਾਲ ਜੁੜਿਆ ਹੋਇਆ ਜਿਹੜਾ ਗਿਆਨ ਵੀ ਸਰਬ ਵਿਆਪੀ ਹੈ ਉਹਦਾ। ਠੀਕ ਹੈ, ਸਾਚੇ ਤੇ ਪਵਣਾ ਪਿਆ, ਪਵਣਾ ਤੇ ਚੱਲ ਹੋਇਆ। ਕਿਹਨੇ ਦੱਸਿਆ ਸੀ? ਗੁਰੂ ਨਾਨਕ ਉਹਨੇ ਦੱਸਿਆ ਸੀ, ਜਿਹਨੇ ਸੰਸਾਰ ਪੈਦਾ ਕੀਤਾ ਸੀ। ਉੱਥੇ ਜੁੜ ਜਾਵੇ ਉਹਨੂੰ ਤਾਂ ਕਈ ਜਨਮਾਂ ਦਾ ਪਤਾ। ਦਸਮ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਜਿਹੜੇ ਤੈਂ ਜਨਮਾਂ ਦੀ ਮੈਨੂੰ ਸੋਝੀ ਦਿੱਤੀ ਹੈ, ਮੈਨੂੰ ਸੋਝੀ ਹੋ ਗਈ। ਇਹ ਹੋ ਜਾਂਦੀ ਸੋਝੀ, ਸਰਬ ਵਿਆਪੀ ਹੋ ਜਾਂਦੀ ਹੈ। ਹੁਣ ਸਾਬਤ ਹੋ ਹੀ ਜਾਂਦਾ ਹੈ ਤਾਂ ਸੁਣੇ ਤੋਂ ਭਾਵ ਸੁਣੇ ਤੋਂ ਕੀ ਹੈ ਵੀ ਉਹ ਸੁਣਦੇ ਆ ਸ਼ੁਭ ਵਚਨ। ਸੰਤ ਜਨਾ ਦੇ ਜਿਹੜੇ ਵਚਨ ਹੁੰਦੇ ਨੇ ਸ਼ੁਭੇ ਸੁਣਦੇ ਨੇ, ਸ਼ੁਭੇ ਸੁਣਾਉਂਦੇ ਨੇ। ਠੀਕ ਹੈ, ਸਰਬ ਵਿਆਪੀ ਰਾਮ ਸੰਗੀ ਰਚਨ। ਸਰਬ ਵਿਆਪੀ ਰਾਮ ਹੈ ਜਿਹੜਾ, ਉਹਦੇ ਨਾਲ ਰਚੇ ਹੁੰਦੇ ਨੇ। ਸਰਬ ਵਿਆਪੀ ਰਾਮ ਹੈ। ਠੀਕ ਹੈ ਜੀ, ਹੁਕਮ ਹੈ ਸਰਬ। ਜਿਹੜਾ ਸਰਬ ਵਿਆਪੀ ਦੇ ਨਾਲ ਖੜਾ ਉਹਨੂੰ ਸਰਬ ਵਿਆਪੀ ਹੋ ਗਿਆ। ਠੀਕ ਹੈ, ਹੁਕਮ ਨਾਲ ਸਭ ਕੁਝ ਹੋ ਰਿਹਾ ਹੈ। ਜਿਹੜਾ ਉਹਦੇ ਨਾਲ ਜੁੜਿਆ ਹੋਇਆ ਉਹਨੂੰ ਕੀ ਨਹੀਂ ਪਤਾ? ਇਹ ਦੁਨੀਆ ਨੂੰ ਭਰਮ ਹੁੰਦਾ, ਬੜੇ ਬੜੇ ਰਾਜੇ ਆ ਕੇ ਗੁਰੂਆਂ ਤੋਂ ਸਲਾਹ ਲੈਂਦੇ ਰਹੇ ਨੇ। ਠੀਕ ਹੈ, ਉਹਦਾ ਬੜੇ ਤਰੀਕੇ ਤੇ ਰਾਜ ਕਿਉਂ ਲੈਂਦੇ ਸੀ ਸਲਾਹ ਉਹਨਾਂ ਤੇ? ਬੜੇ ਬੜੀਆਂ ਲੜਾਈਆਂ ਨਾਵੇਂ ਪਾਤਸ਼ਾਹ ਨੇ, ਛੇਵੇਂ ਪਾਤਸ਼ਾਹ ਨੇ ਉਹੀ ਹੱਲ ਕਰਤੀਆਂ। 52 ਰਾਜੇ 40 ਦਿਨ ਸਰਕਾਰ ਦੇ ਅਨੁਸਾਰੀ ਕਰਕੇ ਭੇਜਦੇ, ਕਿਤੇ ਕਿਤੇ ਇਹਨਾਂ ਦੇ ਵਿਦਵਾਨ ਕਰਕੇ ਭੇਜ ਦਿੰਦੇ। ਨੌਵੇਂ ਪਾਤਸ਼ਾਹ ਨੇ ਸਾਹਿਬ ਦੀ ਲੜਾਈ ਗੱਲਾਂ ਸਮਝਾ ਕੇ ਖੜੂ। ਠੀਕ ਹੈ, ਜਿਨ ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿ। ਜਿਨ ਜਾਤਾ ਤਿਸ ਕੀ ਇਹ ਰਹਿਤ, ਜਿਹਨੇ ਜਾਣਿਆ, ਕਿਹਨੂੰ ਜਾਣਿਆ? ਹੁਕਮ ਨੂੰ ਜਾਣਿਆ, ਸੱਚ ਨੂੰ ਜਾਣਿਆ ਜਿਹਨੇ, ਤਿਸ ਕੀ ਇਹ ਰਹਿਤ, ਉਹਦੀ ਰਹਿਤ ਹੈ। ਸੱਚ ਜਾਣਿਆ ਉਹੀ ਸੰਤ ਹੈ
ਉਹਦੇ ਵਚਨ ਨੇ ਇਹਨਾਂ ਜਾਣਿਆ ਆਪਣਾ ਆਪੇ ਜਾਣਿਆ ਸੱਚੇ ਸਤ ਸਰੂਪ ਹੈ ਜੋ ਸੰਸਾਰ ਦਾ ਸੱਚ ਕੀ ਹੈ ਜੋਤ ਹੈ ਆਪਣਾ ਮੂਲ ਜਾਣ ਲਿਆ ਆਪਣੇ ਆਪ ਨੂੰ ਜਾਣ ਲਿਆ ਜਿਹਨੇ ਨਿਰੰਕਾਰੀ ਸਰੂਪ ਜਾਣ ਲਿਆ ਨਿਰਾਕਾਰ ਜਾਣ ਲਿਆ ਘਟ ਘਟ ਚ ਹਰਜੂ ਜਾਣ ਲਿਆ ਇਸ ਕੀ ਹੈ ਰਹਿਤ ਉਹਦੀ ਰਹਿਤ ਦੀ ਗੱਲ ਕਰਦੇ ਹਾਂ ਅਸੀਂ ਉਹ ਸਰਬ ਵਿਆਪੀ ਰਾਮ ਸੁੰਦਰ ਚ ਹਰੇਕ ਨਹੀਂ ਹੁੰਦਾ ਠੀਕ ਹੈ ਜੀ ਜਿਨ ਜਾਤਾ ਤਿਸ ਕੀ ਇਹ ਰਾਤ ਸਤ ਬਚਨ ਸਾਧੂ ਸਭ ਕਹਿਤ ਸਾਧੂ ਜਿੰਨੇ ਵੀ ਹੁੰਦੇ ਨੇ ਇਸੇ ਕਰਕੇ ਤਾਂ ਸਤ ਬਚਨ ਕਹਿੰਦੇ ਨੇ ਉਹਨਾਂ ਦੀ ਕੋਈ ਵੀ ਗੱਲ ਝੂਠ ਨਹੀਂ ਹੁੰਦਾ ਝੂਠ ਕਾਹਦੇ ਬੋਲਣ ਵਾਲਾ ਲੋੜ ਕੀ ਹੈ ਝੂਠ ਬੋਲਣ ਦੀ ਝੂਠ ਬੋਲਣ ਨੂੰ ਬਥੇਰਾ ਰੱਖਿਆ ਸੰਸਾਰ ਅਕਲਦੀਪ ਸਾਨ ਕੰਪਨੀ ਝੂਠ ਬੋਲਣ ਵਾਲਾ ਰੱਖਿਆ ਪਰਮੇਸ਼ਰ ਨੇ ਹੋਰ ਕਾਹਦੇ ਵਾਸਤੇ ਰੱਖਿਆ ਨੇ ਠੀਕ ਹੈ ਜੇ ਝੂਠ ਨਾ ਕੋਈ ਬੋਲੇ ਸੱਚ ਕੀ ਕਿਵੇਂ ਹੋਵੇ ਸੱਚ ਪ੍ਰਗਟ ਹੁੰਦਾ ਝੂਠ ਦੇ ਸਿਰ ਤੇ ਹੀ ਜੇ ਨੇਰਾ ਨਾ ਹੋਵੇ ਚਾਲਣ ਕਿਵੇਂ ਹੋਵੇ ਚਾਲਣ ਨੂੰ ਕੌਣ ਪੁੱਛਦਾ ਤੇਰਾ ਹੀ ਨਹੀਂ ਕਿਤੇ ਚਾਲਣ ਨੂੰ ਕੌਣ ਪੁੱਛਦਾ ਚਾਲਣ ਦੀ ਕੀ ਵੈਲਿਊ ਹੈ ਤਾਂ ਚਾਲਣ ਹੈ ਉਹ ਜੇ ਨੇਰਾ ਨਹੀਂ ਹੈ ਤੇਰਾ ਹੈ ਤਾਂ ਚਾਲਣ ਦੀ ਕੀਮਤ ਹੈ ਚਾਲਣ ਦੀ ਪਛਾਣ ਹੈ ਸੱਚ ਦੀ ਪਛਾਣ ਜ਼ਿਆਦਾ ਜਾਂ ਝੂਠ ਹੈ ਜਿਹੜਾ ਹਾਰ ਜੂ ਉਹ ਝੂਠ ਹੈ ਜਿੱਤ ਜੂ ਸੱਚ ਹੈ ਅੰਨਾ ਬਾਦਰ ਝੂਠਾ ਸੀ ਹਾਰ ਗਿਆ ਖਤਮ ਹੋ ਗਿਆ ਉਹਦੇ ਚੇਲੇ ਉਹਨੂੰ ਦੁਬਾਰਾ ਜਾਣਾ ਸਜੀਦ ਕਰਨਾ ਚਾਹੁੰਦੇ ਨੇ ਕਰ ਲੈ ਉਹ ਬਣਾ ਦੇਣਾ ਉਹਦਾ ਬੁੱਤ ਬਣਾ ਦੇ ਬੁੱਤ ਬਣਾ ਲੈਣਗੇ ਬੁੱਤ ਬਣਾਉਣ ਤੋਂ ਹੀ ਪਤਾ ਲੱਗਦਾ ਕੌਣ ਹੈ ਅੰਦਰੋਂ ਉੱਥੇ ਹੀ ਪਤਾ ਲੱਗਦਾ ਵੀ ਕੌਣ ਹੈ ਸਿੱਖ ਨੇ ਇਹਨਾਂ ਦੇ ਅੰਦਰ ਜਿਹੜੇ ਬੁੱਤ ਬਣਾਉਣ ਦਾ ਖਿਆਲ ਆਇਆ ਬੰਦੇ ਕੌਣ ਨੇ ਇਹ ਤਾਂ ਆਪੇ ਜ਼ਾਹਰ ਕਰੀ ਜਾਂਦੇ ਨੇ ਆਪਣਾ ਇੰਨੀ ਅਕਲ ਕਿੱਥੇ ਹੈ ਕਦੀ ਕੀ ਜ਼ਾਹਰ ਕਰ ਰਹੇ ਹੋ ਇਹਨਾਂ ਨੂੰ ਅਗਲੇ ਜਿਹੜਾ ਟੋਪ ਦਿੱਤਾ ਸੀ ਲੋਹੇ ਦਾ ਸਿਰ ਤੇ ਇਹਨਾਂ ਨੂੰ ਕੀ ਪਤਾ ਸੀ ਵੀ ਅਸੀਂ ਕੀ ਗਲਤੀ ਕਰ ਲਈ ਇਹ ਹੁਣ ਛਪਾਉਣ ਕਿੱਥੇ ਲੈ ਜਾਣਗੇ ਉਹਨੂੰ ਉਹਦੀ ਸ਼ਕਲ ਹੀ ਮਿਲਦੀ ਖਾਲਸੇ ਨਾਲ ਉਹਨੂੰ ਪੁੱਛਿਆ ਖਾਲੀ ਫੂਲਾ ਉਹਨਾਂ ਮਿਲਦੀ ਹੈ ਸ਼ਕਲ 40 ਚੱਕਰ ਦੇ ਉਹਦੇ ਸਿਰ ਤੇ ਖਾਲਸੇ ਨਾਲ ਸ਼ਕਲ ਮਿਲਦੀ ਹੈ ਉਹਦੀ ਤਾਂ ਆਪੇ ਬਣਾਈ ਆ ਫੋਟੋ ਅਸੀਂ ਬਣਾਈ ਆ ਉਹ ਹਾਂਜੀ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਜੋ ਹੋਏ ਸੋਈ ਸੁਖ ਮਾਨੈ ਜੋ ਹੋ ਰਿਹਾ ਉਹ ਸੁਖ ਮੰਨੇ ਕਰਨ ਕਰਾਵਨ ਹਾਰ ਪ੍ਰਭ ਜਾਨੈ ਕਰਨ ਕਰਾਵਨ ਹਾਰ ਪ੍ਰਭ ਹੈ ਇਹ ਕਰਨ ਕਰਾਵਨ ਹਾਰ ਪ੍ਰਭ ਹੈ ਅੱਛਾ ਕਰਨ ਕਰਾਵਨ ਹਾਰ ਪ੍ਰਭ ਜਾਣੇ ਤਾਂ ਕੀ ਭਾਵ ਬਣਦਾ ਜੀ ਵੀ ਕੌਣ ਕਿਨੂੰ ਕਰਨ ਕਰਾਵਨ ਪ੍ਰਭ ਨੂੰ ਜਾਣੇ ਸਰੰਦ ਫਤਿਹ ਉਹਨੇ ਕੀਤੀ ਹੈ ਪ੍ਰਭ ਨੇ ਜੀ ਨਹੀਂ ਇਹ ਮਨ ਨੂੰ ਕਿਹਾ ਜਾਂਦਾ ਬਣੇ ਆ ਆਦਮੀ ਕੌਣ ਹੈ ਜੋ ਹੋਏ ਸੋਈ ਸੁਖ ਮਾਨੇ ਮਨ ਨੂੰ ਉਪਦੇਸ਼ ਹੈ ਜੀ ਮਨ ਨੂੰ ਉਪਦੇਸ਼ ਹਰੇਕ ਆਦਮੀ ਨੂੰ ਉਪਦੇਸ਼ ਹੈ ਤੇ ਖਾਲਸੇ ਤਾਂ ਸਭ ਤੋਂ ਪਹਿਲਾਂ ਠੀਕ ਹੈ ਗੁਰੂ ਦਾ ਪਹਿਲਾ ਹੋਰ ਨਾ ਹੋਵੇ ਸਿੱਖ ਨੂੰ ਤਾਂ ਉਪਦੇਸ਼ ਹੈ ਨਾ ਜੇ ਕਿ ਚੋਟੀ ਦੇ ਸਿੱਖ ਨੇ ਗੱਲ ਨਹੀਂ ਬੰਦੀ ਆ ਜਿਹੜੇ ਆਪਣਾ ਚੋਟੀ ਦੇ ਕਹਿੰਦੇ ਉਹ ਨਹੀਂ ਬੰਦੇ ਇਹ ਗੱਲ ਨੂੰ ਇਸ ਐਂਗਲ ਤੋਂ ਨਹੀਂ ਦੇਖਦੇ ਫਤਿਹ ਨੂੰ ਫਿਰ ਸਿੱਖ ਨੇ ਗੁਰਬਾਣੀ ਕੀ ਕਹਿੰਦੀ ਹੈ ਤੁਸੀਂ ਕੀ ਕਰਦੇ ਹੋ ਠੀਕ ਹੈ ਉਹ ਕਹਿੰਦੇ ਨੇ ਭਈ ਜੀਤ ਮੇਰੀ ਕਿਰਪਾ ਪਾਲ ਕੇ ਪਾਣੀ ਸਾਹਿਬ ਦਾ ਜੰਗ ਜਿੱਤ ਕੇ ਭਈ ਜੀਤ ਮੇਰੀ ਕਿਰਪਾ ਕਾਲ ਕੇ ਹੀ ਕਹਿੰਦੇ ਨੇ ਭਾਵੇਂ ਮੇਰੀ ਜਿੱਤ ਹੋ ਗਈ ਕਹਿਣ ਨੂੰ ਪਰ ਪਰਮੇਸ਼ਰ ਦੀ ਕਿਰਪਾ ਸੀ ਇਹ ਵੀ ਇਹਨਾਂ ਨੂੰ ਪਤਾ ਲੱਗਿਆ ਇਹ ਤਾਂ ਕਹਿੰਦੇ ਨੇ ਪੱਥੇ ਨਹੀਂ ਹੈਗਾ ਗੁਰੂ ਦਾ ਇਹਨਾਂ ਨੇ ਆਪਣੀ ਜੋ ਬਣਾਉਣੀ ਹੈ ਜਿੱਤ ਫਿਰ ਬੰਦੇ ਬਾਜ ਵਾਲੇ ਦੀ ਗੱਲ ਬਣਦੀ ਇਹਨਾਂ ਦੀ ਜੋ ਕਹਿੰਦੇ ਨੇ ਕੀ ੜਕੇ ਦਾ ਸੰਬੰਧ ਇਹਨਾਂ ਦੇ ਖੜੇ ਕਰਦਾ ਪੂਰੇ ਇੱਕ ਦਾ ਪਤਾ ਸਾਨੂੰ ਆ ਫਿਰ ਬਣਦਾ ਨਹੀਂ ਹੈ ਬੰਦਾ ਬਾਦ ਹੀਰੋ ਨਹੀਂ ਬਣਦਾ ਇਹਨਾਂ ਦਾ ਜੋ ਕਹਿੰਦੇ ਸੱਚ ਨੇ ਜਿੱਤਦਾ ਨਾ ਸਾਰੇ ਝੂਠ ਹੀਰੋ ਹੀ ਬਣਦਾ ਹੁੰਦਾ ਹੋਰ ਕੀ ਹੁੰਦਾ ਬੜੇ ਬੜੇ ਗ੍ਰੰਥ ਲਿਖੇ ਪਏ ਨੇ ਸਿਮਰਤ ਸ਼ਾਸਤਰ ਜ਼ੀਰੋ ਬਣਾਤੇ ਗੁਰਬਾਣੀ ਦੇ ਆਹੋ
ਇਹਨਾਂ ਦੇ ਪਤਾ ਨਹੀਂ ਇਰਾਸ ਦਾ ਲਈ ਫਿਰਦੇ ਨੇ। ਇਰਾਸ ਕਿਹੜਾ ਜਿਹੜਾ ਲਈ ਫਿਰਦੇ ਨੇ? ਜੀਰੋ ਬਣਾਉਣ ਨੂੰ ਚਿਰ ਕੀ ਲੱਗਣਾ? 1 ਮਿੰਟ ਲੱਗਣਾ ਜੀਰੋ ਬਣਾਉਣ ਨੂੰ। ਠੀਕ ਹੈ। ਦਾਲਾ ਦਾ ਸਾਰਾ ਇਹਨਾਂ ਜੀਰੋ ਬਣਾ ਦਿੱਤਾ। ਦੇਵੀ ਦੂਵੀ ਦਾ ਜਿਹੜਾ ਚੱਕੀ ਫਿਰਦੇ ਤੇ ਜੀ ਆਇਆ ਫਲਾਣਾ ਜੀਰੋ। ਠੀਕ ਹੈ। ਹਾਂਜੀ ਹਾਂ। ਅੰਤਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ। ਅੰਦਰ ਬਸੇ ਬਾਹਰ ਵੀ ਉਹੀ, ਅੰਦਰ ਬਾਹਰ ਦੋਵੇਂ ਦੋਏ ਰਲ ਕੇ ਇੱਕ ਹੈ। ਅੰਦਰ ਬਾਹਰ ਹੈ ਤਾਂ ਅੰਦਰ ਅੰਦਰ ਬਸੇ ਬਾਹਰ ਵੀ ਉਹੀ, ਅੰਦਰ ਵਾਲਾ ਬਸ ਰਿਹਾ ਹੈ, ਬਾਹਰ ਵਾਲਾ ਡਿਸਟਰਬ ਹੈ, ਪਰ ਹੈ ਕੋਈ ਦੋ ਨਹੀਂ ਹਨ। ਉਹਦੇ ਦੋ ਚੱਲਦੇ ਤੇ ਇੱਥੇ ਆ ਕੇ ਇੱਕ ਆ ਗਿਆ ਸਿਰੇ ਤੇ ਕਹਿਣ ਸੁਣਨ ਕੋ ਦੂਜਾ। ਵੀਰ ਨੇ ਕਹਿਤਾ ਕਹਿਣ ਸੁਣ ਕੋ ਦੂਜਾ, ਇੱਥੇ ਕਹਿਤਾ ਅੰਦਰ ਬਸੇ ਬਾਹਰ ਵੀ ਉਹੀ। ਉਹਦਾ ਅੰਦਰ ਬਸਦਾ ਸਾਹ ਲੈਂਦਾ ਬਾਹਰ ਉਹੀ ਹੈ ਜਿਹੜਾ ਤਰਕੁੜੀ ਚ ਹੈ। ਮੇਰਾ ਮਨ ਔਰ ਮੈਂ ਕਿਤੇ ਦੋ ਹੁੰਦਾ, ਮੈਂ ਅੰਦਰ ਬਸਦਾ, ਮਨ ਮੇਰਾ ਬਾਹਰ ਹੈ। ਮੈਂ ਦੱਸੋ ਦੋ ਹੋ ਗਏ, ਮਨ ਕਰਕੇ ਬਾਹਰ ਹੈ, ਐਸੇ ਅੰਦਰ ਬੈਠਾ, ਇੱਕ ਪੈਰ ਅੰਦਰ ਇੱਕ ਬਾਹਰ ਹੈ। ਬਸ ਇੱਕ ਪੈਰ ਕਾਰ ਤੋਂ ਬਾਹਰ, ਇੱਕ ਪੈਰ ਕਾਰ ਦੇ ਅੰਦਰ। ਦਰਸ਼ਨ ਦੇਖ ਨਾਨਕ ਦਰਸ਼ਨ ਦੇਖ ਸਭ ਮੋਹੀ। ਜਿਹਨਾਂ ਦਰਸ਼ਨ ਕਰ ਲਿਆ ਇਹਦਾ ਦੋਹਾਂ ਦਾ ਅੰਦਰ ਔਰ ਬਾਹਰ ਦੇ ਦਾ, ਬਸ ਉਹ ਫਿਰ ਇਹਦੇ ਮੋਹ ਚ ਫਸ ਗਿਆ, ਸੰਸਾਰੀ ਮੋਹ ਤੋਂ ਰਹਿਤ ਹੋ ਗਿਆ। ਇਹਦੇ ਵਾਲੇ ਮੋਹ ਚ ਫਸ ਗਿਆ, ਇੱਕ ਨਾਲੇ ਜੁੜ ਗਿਆ ਫਿਰ। ਆ ਇਹਦੇ ਚੋਂ ਕਈ ਰਹਿ ਗਿਆ। ਠੀਕ ਹੈ। ਆਹੋ ਹਾਂਜੀ ਹਾਂ, ਉਹ ਫਿਰ ਘਰ ਜੋਗਾ ਨਹੀਂ ਰਿਹਾ, ਸਹੁਰਿਆਂ ਜੋਗਾ ਹੀ ਰਹਿ ਗਿਆ। ਠੀਕ ਹੈ। ਆਹੋ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ। ਆਪ ਸਤ ਕੀਆ ਸਭ ਸਤ, ਆਪ ਸਤ ਹੋਵੇ ਜਿਹੜਾ ਉਹਦਾ ਕੀ ਸਭ ਸਤ ਹੁੰਦਾ। ਜਿਹੜਾ ਸਤਪੁਰਖ ਹੋਵੇ ਉਹ ਝੂਠਾ ਕੰਮ ਕਰਦਾ ਹੀ ਨਹੀਂ, ਸੱਚਾ ਕੰਮ ਕਿਉਂ ਕਰੂਗਾ? ਉਹਦਾ ਬੋਲਦਾ ਹੀ ਨਹੀਂ ਝੂਠ। ਠੀਕ ਹੈ। ਜੋ ਬੋਲਦਾ ਹੋ ਜਾਂਦਾ, ਪਰਮੇਸ਼ਰ ਜੋ ਬੋਲਦਾ ਉਹ ਹੋ ਜਾਂਦਾ ਹੈ। ਜਦ ਉਹ ਬੋਲਦਾ ਸੱਚ ਹੈ ਤਾਂ ਸੱਤ ਹੋ ਰਿਹਾ, ਉਹਦਾ ਝੂਠ ਕਿਵੇਂ ਪੈਦਾ ਹੋ ਜੀ? ਕੀ ਆ ਸਭ ਸੱਤ ਦਾ ਮਤਲਬ ਇਹ ਹੈ ਜੋ ਰਚਨਾ ਇਹਦਾ ਵਿਚਾਰ ਹੈ। ਹਾਂ, ਅਸੀਂ ਜਿਹੜਾ ਸੁਪਨਾ ਕਹਿੰਦੇ ਹੋਰ ਹਿਸਾਬ ਨਾਲ ਕਹਿੰਦੇ ਹਾਂ। ਇਹੋ ਜਿਹਾ ਸੁਪਨਾ ਨਹੀਂ ਜਿਹੋ ਜਿਹਾ ਰਾਤ ਦਾ ਸੁਪਨਾ ਹੁੰਦਾ। ਰਾਤ ਦਾ ਸੁਪਨਾ ਆਦਮੀ ਦੀ ਕਲਪਨਾ, ਘੱਟ ਬੁੱਧੀ ਵਾਲੇ ਦੀ ਕਲਪਨਾ ਹੈ। ਸੰਸਾਰ ਪੂਰੀ ਬੁੱਧੀ ਦੀ ਕਲਪਨਾ, ਬੁੱਧੀ ਦੀ ਜਿਹੜੀ ਕਲਪਨਾ ਹੈ ਉਹ ਪੂਰੀ ਹੁੰਦੀ ਹੈ। ਪੂਰੇ ਦਾ ਕੀਆ ਸਭ ਕੁਝ, ਪੂਰਾ ਪੂਰੀ ਬੁੱਧੀ ਵਾਲੇ ਦੀ ਗੱਲ ਪੂਰੀ ਹੁੰਦੀ ਹੈ, ਅਧੂਰੀ ਬੁੱਧੀ ਵਾਲੇ ਦੀ ਗੱਲ ਤਾਂ ਅਧੂਰੀ ਹੁੰਦੀ ਹੈ। ਉਹ ਤਾਂ ਸਾਡੀ ਹੀ ਸੋਚ ਹੁੰਦੀ ਹੈ ਆਦਮੀ ਦੀ। ਉਹਦੇ ਨਾਲ ਮਿਲਾਤਾ ਵੇਦਾਂਤੀਆਂ ਨੇ ਚੱਕ ਕੇ ਸੁਪਨੇ ਨੂੰ, ਇਹਦੇ ਨਾਲ ਮਿਲਾ ਦੇਣਗੇ। ਠੀਕ ਹੈ। ਉਹ ਜਿਹਨੇ ਸੁਪਨ ਮਾਨੁਨ ਕਿਹਾ, ਸਮਾਨੁਨ ਕਿਹਾ ਹੋਇਆ ਹੈ। ਆਹੋ ਹੈ ਜੀ, ਇਹ ਜਿਹਾ ਸਮਝ ਲਓ ਜਿਵੇਂ ਉਹ ਸੁਪਨਾ। ਠੀਕ ਹੈ ਜੀ। ਜਦ ਆਦਮੀ ਜਾਂਦਾ ਨਾ ਕਦੇ ਆ ਕੇ ਕੋਈ ਚੀਜ਼ ਭੁੱਲ ਜਾਂਦਾ ਹੈ, ਉਹਨੂੰ ਸੁੱਤਾ ਭੁੱਲ ਜਾਂਦਾ। ਠੀਕ ਹੈ। ਭੁੱਲ ਗਿਆ ਜਿਹੜਾ ਸੌ ਗਿਆ, ਬਸ ਸੌਣਾ ਔਰ ਭੁੱਲਣਾ ਇੱਕੋ ਗੱਲ ਹੈ, ਵਿਸਰਨਾ ਔਰ ਸੌਣਾ ਇੱਕ ਗੱਲ ਹੈ। ਸੌ ਕੇ ਅਸੀਂ ਵਿਸਰਦੇ ਹਾਂ ਸਭ ਕੁਝ। ਠੀਕ ਹੈ। ਮਰ ਕੇ ਵਿਸਰਦੇ ਹਾਂ ਅਸੀਂ, ਸੌਣਾ ਮਰਨਾ ਵਿਸਰਨਾ ਇੱਕੋ ਹੀ ਅਰਥ ਦਿੰਦੇ। ਠੀਕ ਹੈ। ਜਾਗਦਾ ਜੇ ਵਿਸਰ ਜਾਵੇ ਉਹ ਵੀ ਸੁੱਤਾ ਹੀ ਪਿਆ ਬੰਦੇ ਜਾਂਦਾ। ਕਹਿੰਦਾ ਨੇ ਅਸੀਂ ਤੂੰ ਸੁੱਤਾ ਪਿਆ, ਤੈਨੂੰ ਉੱਥੇ ਨੂੰ ਭੇਜਿਆ ਸੀ, ਇੱਥੇ ਆ ਕੇ ਦੇਖਾਂਗੇ ਤਮਾਸ਼ਾ। ਜਾਣਾ ਭੁੱਲ ਗਿਆ। ਠੀਕ ਹੈ। ਜਿੱਥੇ ਜਾਣਾ ਸੀ ਉਹ ਭੁੱਲ ਗਿਆ। ਹਾਂਜੀ। ਤੇ ਅਰਥ ਲਫ਼ਜ਼ਾਂ ਚੋਂ ਨਹੀਂ ਲੈਣੇ, ਭਾਵਨਾ ਲੈਣੀ। ਠੀਕ ਹੈ। ਭਾਵਨਾ ਹੋਰ ਗੱਲ ਹੈ। ਜਿਵੇਂ ਸੋਵਣ ਜਾਗਣ ਬਹੁਤ ਪ੍ਰਕਾਰਾਂ ਲਿਖਿਆ ਗੁਰਬਾਣੀ ਚ, ਕਿਉਂ ਲਿਖਿਆ? ਬਹੁਤ ਪ੍ਰਕਾਰ ਆ ਕੇ ਇੱਕੋ ਪ੍ਰਕਾਰ ਦਾ ਸੋਣ ਜਾਂ ਤੜਨਾ ਸਲਾਹ ਲੈਣ, ਪਰ ਵੇਦਾਂਤੀਆਂ ਨੇ ਇੱਕੋ ਪ੍ਰਕਾਰ ਦਾ ਲਾ ਲਿਆ ਅਰਥ। ਠੀਕ ਹੈ। ਹਰ ਜਗ੍ਹਾ ਸਾਨੂੰ ਕੋਈ
ਇੰਡੀਕੇਸ਼ਨ ਦਿੱਤੇ ਹੋਏ ਨੇ ਅਰਥ ਕਰਨ ਵੇਲੇ ਦੇ ਵਿਦਵਾਨਾਂ ਦਾ ਇਹਨਾਂ ਦਿਮਾਗ ਵਿਚਾਰਿਆਂ ਦਾ ਉਹਨਾਂ ਧਿਆਨ ਵੀ ਨਹੀਂ ਰੱਖਦੇ ਉਹਦਾ ਚਾਰ ਪੰਕਤੀਆਂ ਕੀ ਅਰਥ ਕਰਿਆ ਉਹ ਪਤਾ ਨਹੀਂ ਹੁੰਦਾ ਉਹਨਾਂ ਨੂੰ ਕੀ ਅਰਥ ਕਰਕੇ ਆਇਆ ਕੀ ਲਿਖਿਆ ਹੋਇਆ ਸੀ ਹਾਂਜੀ ਹਾਂਜੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਆਪ ਸਤ ਕੀਆ ਸਭ ਸਤ ਆਪ ਸਤ ਹੈ ਜੋ ਕੁਝ ਕੀਤਾ ਉਹ ਸਭ ਸਤ ਹੈ ਤਿਸ ਪ੍ਰਭ ਤੇ ਸਗਲੀ ਉਤਪਤ ਉਸ ਪ੍ਰਭ ਤੇ ਸਗਲੀ ਉਤਪਤੀ ਹੋਈ ਠੀਕ ਪਤੀ ਸਾਡੇ ਸਾਹਮਣੇ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਤਿਸ ਭਾਵੈ ਤਾਂ ਕਰੇ ਵਿਸਥਾਰ ਵਿਸਥਾਰ ਕਾ ਹੁੰਦਾ ਹੈ ਪ੍ਰਭ ਸੰਗਲੀ ਉਤਪਤ ਹੈ ਇਹ ਵੀ ਠੀਕ ਹੈ ਪ੍ਰਭ ਤੇ ਉਤਪਤ ਹੈ ਬਿਨਾਂ ਜੀਵ ਤੇ ਉਤਪਤੀ ਨਹੀਂ ਹੁੰਦੀ ਪ੍ਰਭੂ ਨੇ ਤਾਂ ਉਤਪਤੀ ਵਾਸਤੇ ਦੀ ਵਾਸਤੇ ਸਾਰਾ ਸਿਸਟਮ ਤਿਆਰ ਕੀਤਾ ਹੈ ਸਰੀਰ ਚਾਹੀਦਾ ਸਰੀਰ ਤੇ ਬਿਨਾਂ ਡਿਵੈਲਪਮੈਂਟ ਨਹੀਂ ਹੋ ਸਕਦੀ ਪਰ ਇੱਛਾ ਇਹਦੀ ਸੀ ਪਰਮ ਦੇ ਆਂਡੇ ਜੋ ਨਿਕਲ ਦਿੱਤੇ ਤੇ ਵਾਲੀ ਇੱਛਾ ਜੋ ਬਾਹਰ ਆਉਂਦੀ ਤੇ ਤਾਲੀ ਵਸਤਾ ਜੋ ਬਾਹਰ ਆਉਂਦੀ ਇੱਛਾ ਸੀ ਇਹਦੀ ਇਹ ਬਾਹਰ ਕੱਢੋ ਮੈਨੂੰ ਇਹ ਕੋਠੜੀ ਜਿਹੜੀ ਬੰਦ ਕਰਤਾ ਮੈਨੂੰ ਇਹ ਜੋ ਬਾਹਰ ਕੱਢੋ ਮੇਰੀ ਗਲਤੀ ਹੈ ਕੱਟੀ ਮੈਂ ਆਪਣੀ ਨਾਲ ਕੋਠੜੀ ਚ ਬੰਦ ਹੋਇਆ ਪਰਮ ਦੇ ਆਂਡੇ ਚ ਬੰਦ ਹੋਇਆ ਮੈਨੂੰ ਬਾਹਰ ਕੱਢੋ ਇੱਛਾ ਇਹਦੇ ਅੰਦਰ ਜਾਂਦੀ ਹੈ ਫੇਰ ਉਹ ਦੱਸਿਆ ਉਹਨਾਂ ਨੇ ਵੀ ਆਹ ਗੱਲ ਐ ਹੋਊਗਾ ਜੇ ਤੂੰ ਕਰਨਾ ਤਾਂ ਆਹ ਕੁਝ ਹੋਰ ਕਰਨਾ ਪਊ ਫਲਾਜ ਇਹਦਾ ਇਹ ਕਹਿੰਦਾ ਮੈਨੂੰ ਸਭ ਕੋ ਮਨਜ਼ੂਰ ਆ ਬਾਹਰ ਕੱਢ ਦੋ ਠੀਕ ਹੈ ਇਸ ਕਰਕੇ ਪ੍ਰਭ ਦੀ ਇੱਛਾ ਤੋਂ ਉਤਪਤੀ ਸ਼ੁਰੂ ਹੋਈ ਕੀਤੀ ਪਰਮੇਸ਼ਰ ਨੇ ਠੀਕ ਹੈ ਜੇ ਪ੍ਰਭ ਦੀ ਇੱਛਾ ਹੁੰਦੀ ਕੋੜੀ ਜੋ ਬਾਹਰ ਨਿਕਲਦੀ ਉਤਪਤੀ ਜਿੰਨਾ ਚਿਰ ਇੱਛਾ ਨਹੀਂ ਸੀ ਉਹਨਾਂ ਚਿਰ ਉਤਪਤੀ ਨਹੀਂ ਹੋਈ ਇਸ ਕਰਕੇ 33 ਦੀ ਉਮਰ ਵੀ ਲਿਖੀ ਹੋਈ ਹੈ ਵੇਦਾਂ 'ਚ ਠੀਕ ਹੈ ਹਾਂ ਕਿਤੇ ਕਦਮ ਨਹੀਂ ਰਚਣਾ ਸ਼ੁਰੂ ਹੋ ਗਈ 33 ਹੁੰਦੀ ਸਾਰੇ ਉੱਥੇ ਉਮਰ ਲਿਖੀ ਹੋਈ ਹੈ ਬਹੁਤ ਕੁਝ ਪਿੱਛੇ ਲਿਖਿਆ ਹੋਇਆ ਉਹ ਇੱਥੇ ਰਿਪੀਟ ਨਹੀਂ ਕੀਤਾ ਹੋਇਆ ਸਾਡੇ ਕੋਲ ਉੱਥੇ ਦੇਖ ਲਓ ਜੀ ਤੁਸੀਂ ਠੀਕ ਹੈ ਇਹਦੇ ਬਾਰੇ ਬੈਕਗ੍ਰਾਉਂਡ ਕੀ ਹੈ ਉਹ ਪਿੱਛੇ ਦੇਖੋ ਹੋਰ ਪਿੱਛੇ ਗ੍ਰੰਥ ਬਥੇਰੇ ਨੇ ਦੇਖਣ ਵਾਲੇ ਇਹ ਤਾਂ ਇੱਕ ਰਿਫਾਰਮੇਸ਼ਨ ਉਸ ਧਰਮ ਦੇ ਵਿੱਚ ਕੋਈ ਗੜਬੜ ਪੈਦਾ ਹੋ ਗਈ ਗੜਬੜ ਠੀਕ ਕੀਤੀ ਹੈ ਠੀਕ ਹੈ ਜੇ ਤੁਸੀਂ ਧਰਮ ਪੜ੍ਹ ਕੇ ਆਉਣਾ ਪਿੱਛੇ ਪੜ੍ਹ ਗਿਆ ਉਹ ਸਾਰਾ ABC ਤੋਂ ਠੀਕ ਹੈ ਇਹਦਾ ਵਿਚਾਲੇ ਗਲਤ ਰਸਤਾ ਜਾਂ ਅਖਤਿਆਰ ਕਰ ਲਿਆ ਉਹਨੂੰ ਮਿੰਡ ਕਰਕੇ ਠੀਕ ਕੀਤਾ ਹੋਇਆ ਸਿਰ ਰਿਫਾਰਮੇਸ਼ਨ ਹਾਂਜੀ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਇਹ ਪ੍ਰਭ ਦੇ ਬਾਰੇ ਕੀ ਹੈ ਜੀ ਪ੍ਰਭ ਦੇ ਬਾਰੇ ਹੀ ਹੈ ਵਿਸਥਾਰ ਤਾਂ ਆਪਣਾ ਬੁਤਾਂਡ ਕਰਦਾ ਠੀਕ ਹੈ ਜੀ ਤਿਸ ਜਦੇ ਹੈ ਇਸ ਇਸ ਹੁਣ ਮਨ ਤੇ ਆਊਗਾ ਤਿਸ ਭਾਵੇ ਤਾਂ ਏਕੰਕਾਰ ਤਿਸ ਨਹੀਂ ਹਾਂ ਪ੍ਰਭ ਤੇ ਭਾਵੇ ਅੱਛਾ ਜੀ ਪ੍ਰਭ ਮਨ ਤੇ ਆਵੇ ਬਰਾਬਰ ਮਨ ਦੋ ਨੇ ਮੈਂ ਮਾਇਆ ਨਾਲ ਜੁੜੂਗਾ ਮਨ ਕਰਕੇ ਮਾਇਆ ਨਾਲ ਜੁੜੂਗਾ ਇੱਧਰ ਮੈਂ ਆ ਵੀ ਕਰੂੰਗਾ ਆ ਵੀ ਕਰੂੰਗਾ ਠੀਕ ਹੈ ਸਰੀਰ ਸਾਹ ਵੀ ਲੈ ਰਿਹਾ ਉਹ ਠੀਕ ਹੈ ਬਾਹਰ ਵੀ ਚੱਕ ਰਿਹਾ ਕੋਈ ਡਰਾਈਵਰ ਹੈ ਗੱਡੀ ਚਲਾ ਰਿਹਾ ਪੈਰ ਬ੍ਰੇਕ ਤੇ ਆਪੇ ਜਾ ਰਿਹਾ ਆਪੇ ਐਕਸੀਲੇਟਰ ਦਬ ਰਿਹਾ ਆਪੇ ਸਟੀਅਰਿੰਗ ਵੀ ਕਰ ਰਿਹਾ ਬਾਹਰ ਵੀ ਚੱਕ ਰਿਹਾ ਉਰੇ ਵੀ ਦੇਖ ਰਿਹਾ ਕੋਈ ਆ ਰਿਹਾ ਗੱਲਬਾਤ ਵੀ ਕਰ ਰਿਹਾ ਠੀਕ ਹੈ ਜੀ ਅਜੀਬ ਗੱਲ ਇੱਥੇ ਹੈ ਕਾਇ ਕੰਮ ਕਰ ਸਕਦੇ ਆਪਾਂ ਠੀਕ ਹੈ ਜੀ ਕਰ ਸਕਦਾ ਆ ਵੀ ਲੈ ਰਿਹਾ ਠੀਕ ਹੈ ਹਾਂਜੀ ਆ ਬਾਹਰ ਰੱਖਾ ਦੇ ਪਰ ਦੋ ਕੰਮ ਐਟ ਅ ਟਾਈਮ ਨਹੀਂ ਕਰਦਾ ਕਰ ਸਕਦਾ ਇਹ ਸਮਝਣ ਸੋਚਣ ਦਾ ਕੰਮ ਇੱਕੋ ਹੋਵੇ ਤੇ ਠੀਕ ਸਮਝ ਲੂ ਉਸ ਕਿਆ ਸੋਚ ਲੂ ਉਸ ਏਕੰਕਾਰ ਤੋਂ ਕੀ ਭਾਵ ਬਣਦਾ ਜੀ ਤਿਸ ਭਾਵੇ ਤਾਂ ਏਕੰਕਾਰ ਜਦ ਇਹਨੂੰ ਜੰਨਾ ਲੱਗਦਾ ਏਕੰਕਾਰ ਬਣ ਜਾਂਦਾ ਭਈ ਚੇਤਨ ਮਨ ਅੱਡ ਅੱਡ ਕਰਦਾ ਆਪਣੀ ਇੱਛਾ ਨਾਲ ਇੱਕ ਬਣਦਾ ਆਪਣੀ ਇੱਛਾ ਨਾਲ ਠੀਕ ਹੈ ਜ਼ਬਰਦਸਤੀ ਨਾ ਇਹਨੂੰ ਕੋਈ ਨਾ ਕਿ ਜ਼ਬਰਦਸਤੀ ਇਹਨੂੰ ਪਰਬ ਦੇ ਆਂਡੇ ਚ ਪਾਇਆ ਬਣਨ ਵਾਸਤੇ ਕਿਹਾ ਨਾ ਕੋਈ ਜ਼ਬਰਦਸਤੀ ਇਹਨੂੰ ਮਾਇਆ ਚ ਰਚਣ ਨੂੰ ਕਹਿੰਦਾ ਨਾ ਕੋਈ ਜ਼ਬਰਦਸਤੀ ਇਹਨੂੰ ਮਾਇਆ ਤੋਂ ਬਾਹਰ ਆਉਣ ਨੂੰ ਕਹਿੰਦਾ ਠੀਕ ਹੈ ਜਿਹੜਾ ਜੋਤ ਹੈ ਕਿਸੇ ਦਾ ਕਿਸੇ ਤੇ ਕੋਈ ਸਭ ਇੰਡੀਪੈਂਡੈਂਟ ਨੇ ਕਿਉਂਕਿ ਸੱਚਖੰਡ ਸਾਰੇ ਬਰਾਬਰ ਨੇ ਕੋਈ ਕਿਸੇ ਦੇ ਦਿਮਾਗ ਚ ਨਹੀਂ
ਕਦੇ ਵੀ ਕੋਈ ਕਿਸੇ ਦੇ ਇੱਥੇ ਵੀ ਕੋਈ ਦਵਾਸ਼ ਨਹੀਂ ਕਿਸੇ ਆਇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਕਿਹਾ ਵਰਜਣਾ ਸਾਫ ਕਹਿੰਦੀ ਇਹ ਬਾਣੀ ਗੁਰਬਾਣੀ ਸਭ ਕੋ ਦੱਸ ਕੀ ਧਿਆਨ ਨਾਲ ਸੁਣਿਆ ਕਿਸੇ ਨੇ ਨਹੀਂ ਸੁਣ ਨਹੀਂ ਕਿਉਂਕਿ ਜੋ ਕੁਝ ਹੋਰ ਸੁਣਿਆ ਹੋਇਆ ਨਾ ਅਸੀਂ ਦੂਜੀਆਂ ਮੱਤਾਂ ਚੋਂ ਉਹ ਸਾਡੇ ਫੀਡ ਹੋਇਆ ਗੁਰਬਾਣੀ ਸੁਣਨਾ ਨਹੀਂ ਦਿੱਤੀ ਗੁਰਬਾਣੀ ਤਾਂ ਸੁਣ ਕੇ ਸਮਝਣ ਦਿੱਤੀ ਹੋਈ ਨਹੀਂ ਗੁਰਬਾਣੀ ਕੁਝ ਹੋਰ ਗੱਲ ਕਹਿੰਦੀ ਹੈ ਡਿਫਰੈਂਟ ਕਹਿੰਦੀ ਹੈ ਤਾਂ ਹੀ ਤਾਂ ਧਰਮ ਨਿਆਰਾ ਹੈ ਇਹਦਾ ਨਿਆਰਾ ਕੀ ਛੱਡਿਆ ਸੀ ਅਸੀਂ ਕੀ ਛੱਡਿਆ ਇਹਦਾ ਨਿਆਰਾ ਕਰਾ ਦਾ ਹੀ ਛੱਡਿਆ ਵੀ ਕੜਾ ਪ੍ਰਸ਼ਾਦ ਨਿਆਰਾ ਹੈ ਸਾਡਾ ਹਾਂ ਉਹ ਨਹੀਂ ਠੀਕ ਹੈ ਜੀ ਹਾਂ ਅਨੇਕ ਕਲਾ ਲਕੀ ਨਾ ਜਾਏ ਤਿਸ ਭਾਵੈ ਜਿਸ ਭਾਵੈ ਤਿਸ ਲੈ ਮਿਲਾਏ ਅਨੇਕ ਕਲਾ ਲਕੀ ਨਾ ਜਾਏ ਜਦੋਂ ਅਨੇਕ ਕਲਾ ਹੁੰਦੀ ਹੈ ਹਾਂਜੀ ਅਨੇਕ ਕਲਾ ਤਾਂ ਇਹਦੀ ਬੁੱਧੀ ਤੋਂ ਫਰੇਗੀ ਅਨੇਕ ਕਲਾ ਤਾਂ ਇਹਦੀ ਬੁੱਧੀ ਤੋਂ ਸਾਰੀਆਂ ਕਲਾ ਤਾਂ ਇਹਦੀ ਬੁੱਧੀ ਚ ਆਈ ਨਹੀਂ ਸਕਦੀ ਠੀਕ ਹੈ ਲਕੀ ਨਾ ਜਾਏ ਪਰ ਜਦ ਇਹ ਚਾਹੁੰਦਾ ਨਾ ਪਰ ਜਦ ਚਾਹੁੰਦਾ ਹੈ ਮਿਲ ਜਾਂਦਾ ਮਿਲ ਸਕਦਾ ਜਾਂ ਇਹ ਇੱਛਾ ਹੁੰਦੀ ਹੈ ਇਹਦੇ ਅੰਦਰ ਪੈਦਾ ਹੁੰਦੀ ਹੈ ਨਾ ਇੰਨੀ ਅਕਲ ਪੈਦਾ ਹੋ ਜਾਂਦੀ ਹੈ ਵੀ ਮੈਨੂੰ ਮਾਇਆ 'ਚ ਫਾਇਦਾ ਨਹੀਂ ਸਾਰੀਆਂ ਕਲਾਵਾਂ ਦੀ ਇਹਦੇ ਵਿੱਚ ਹੈ ਠੀਕ ਹੈ ਆਪਣਾ ਨਫਾ ਨੁਕਸਾਨ ਦਾ ਜਦ ਇਹਨੂੰ ਅਹਿਸਾਸ ਸਮਝ ਆ ਜਾਂਦੀ ਹੈ ਫਿਰ ਇਹਦੇ ਅੰਦਰ ਇੱਛਾ ਪੈਦਾ ਹੁੰਦੀ ਹੈ ਮਿਲ ਜਾਂਦੀ ਆਪਣੇ ਮੂਲ ਨਾਲ ਠੀਕ ਹੈ ਦੁੱਖਾਂ ਤੋਂ ਡਰਦੇ ਦੁੱਖ ਕੱਟਾ ਕਿਉਂਕਿ ਸੁੱਖ ਚਾਹੁੰਦਾ ਤਾਂ ਉਹ ਚਾਹੁੰਦਾ ਨਹੀਂ ਹੈ ਇਹਨੂੰ ਸਮਝਾਇਆ ਵੀ ਸੁੱਖ ਹੈ ਗੱਲ ਚਾਹੇ ਤੇ ਹੈ ਜੀ ਇਹ ਟੈਂਪਰੇਰੀ ਸੁੱਖ ਹੈ ਪਰਮਾਨੈਂਟ ਸੁੱਖ ਹੈ ਪਰਮਾਨੈਂਟ ਸੁੱਖ ਵੱਲ ਨੂੰ ਫਿਰ ਜਾਂਦੇ ਤੇ ਗੱਲ ਸਮਝ ਆ ਜਾਂਦੀ ਹੈ ਫਿਰ ਇਹ ਮਿਲ ਜਾਂਦਾ ਠੀਕ ਹੈ ਮਿਲ ਕਿਦਾਂ ਜਾਂਦਾ ਹੈ ਹੁਕਮ ਦੇ ਵਿੱਚ ਚੱਲਦਾ ਹੈ ਮਿਲਾਏਗਾ ਸਭ ਨਾਲ ਘੁਲ ਮਿਲ ਕੇ ਰਹਿਣ ਲੱਗਦਾ ਸਭ ਕੋ ਬੀਤਾਂ ਆਪਣ ਕੀਲੂ ਮਨ ਸਭ ਹੂ ਕੇ ਸਾਜਨ ਇਹ ਇਹ ਜੀ ਅਵਸਥਾ ਚ ਜਾਂਦਾ ਹੈ ਇਹਦੇ ਨਾਲ ਜਿਹੜਾ ਬੈਰ ਕਰਦਾ ਨਾ ਉਹਦੇ ਨਾਲ ਵੀ ਬੈਰ ਦੀ ਕਰਦਾ ਇਹ ਆਪ ਨਿਰਵੈਰ ਹੁੰਦਾ ਕੋਈ ਚਾਹੇ ਇਹਦੇ ਨਾਲ ਬੈਰ ਚਾਵੇ ਪਿਆਰ ਚਾਵੇ ਨਿਰਵੈਰ ਨਾਲ ਬੈਰ ਚਾਹੇ ਤੇ ਇਹ ਨਿਰਵੈਰ ਹੀ ਜਾਂਦਾ ਨੂੰ ਪਤਾ ਵੀ ਨਿਰਵੈਰ ਰਹਿਣ ਦੇ ਫਾਇਦਾ ਨਹੀਂ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਕਵਨ ਨਿਕਟ ਕਵਨ ਕਹੀਏ ਦੂਰ ਇਹਨੂੰ ਕਹੀਏ ਨੇੜੇ ਆ ਕੇ ਕਹੀਏ ਦੂਰ ਆ ਗਏ ਆਪਣੇ ਅੰਦਰ ਹੀ ਹੈ ਨਿਕਟ ਦੂਰ ਕੀ ਤੇ ਇਹ ਤਾਂ ਕੋਈ ਰੱਬ ਦੀ ਗੱਲ ਕਰਨੀ ਹੋਵੇ ਨਿਕਟ ਦੂਰ ਦੀ ਕੋਈ ਗੱਲ ਨਹੀਂ ਇਹਦੇ ਅੱਛਾ ਪੈਦਾ ਹੋਣਾ ਠੀਕ ਹੈ ਕਵਰ ਟਿਕੜ ਆਪੇ ਆਪ ਆਪ ਭਰਪੂਰ ਆਪਣੇ ਆਪ ਨੂੰ ਆਪੇ ਭਰ ਕੇ ਪੂਰਾ ਕਰਨਾ ਗਿਆਨ ਆਪੇ ਪੂਰਾ ਕਰਨਾ ਟਿਕੜ ਦੂਰ ਵਾਲੀ ਗੱਲ ਹੈ ਨੀ ਕੋਈ ਗਿਆਨ ਦੀ ਕਵੀ ਗਿਆਨ ਦੀ ਕਵੀ ਦੀ ਗੱਲ ਹੈ ਗਿਆਨ ਪੂਰਾ ਕਰਨ ਦੀ ਗੱਲ ਹੈ ਟਿਕੜ ਦੂਰ ਵਾਲੀ ਗੱਲ ਨੀ ਠੀਕ ਹੈ ਜੇ ਤਾਂ ਕਿਤੇ ਜਾਣਾ ਆਉਣਾ ਹੋਵੇ ਫਿਰ ਤਾਂ ਨਿਕਟ ਦੂਰ ਦੀ ਗੱਲ ਹੈ ਠੀਕ ਹੈ ਜਿੰਨਾ ਜਿਹੜਾ ਮਨ ਮੰਨਦਾ ਨਹੀਂ ਉਹਨਾਂ ਜਿਹੜਾ ਦੂਰ ਹੈ ਮਨ ਮੰਨ ਗਿਆ ਨੇੜੇ ਹੈ ਤਾਂ ਨੇੜੇ ਹੀ ਮਨ ਨਹੀਂ ਮੰਨਦਾ ਠੀਕ ਹੈ ਇੱਕ ਅਮੀਰੀ ਇੱਕ ਪਰਦਾ ਹੈਗਾ ਪਰਮ ਦਾ ਉਹ ਵੀ ਹੋਣਾ ਜਿੰਨਾ ਚਿਰ ਨੇੜੇ ਨੂੰ ਨਹੀਂ ਜਾਂਦਾ ਉਧਰ ਪਹਿਲੇ ਨਹੀਂ ਵੜਦਾ ਲੱਕ ਕੋ ਬਣਿਆ ਪਿਆ ਜੇ ਜਾਣਾ ਹੀ ਨਹੀਂ ਉਧਰ ਉੱਥੇ ਪਾਸੇ ਨੂੰ ਤਾਂ ਜਾਂਦਾ ਦੂਰ ਨੂੰ ਡੇੜੇ ਨੂੰ ਜਾਂਦਾ ਜੀ ਠੀਕ ਹੈ ਹਾਂਜੀ ਜੇ ਉਹਨਾਂ ਨਾਲ ਮੈਂ ਫਿਰ ਗੱਲ ਫਿਰ ਕਿੰਨਾ ਡੇੜੇ ਹੈ ਕਬੀਰ ਕਹਿੰਦਾ ਕਿੰਨਾ ਡੇੜੇ ਹੈ ਕਹ ਕਬੀਰ ਹੱਥ ਪੈ ਦੇ ਰੇ ਮੈਂ ਹੱਥ ਵੀ ਨਹੀਂ ਮੈਂ ਕਰ ਸਕਦਾ ਪਰ ਇਹ ਨੂੰ ਇੰਨਾ ਡੇੜੇ ਹੈ ਠੀਕ ਹੈ ਤਾਂ ਫਰਕ ਹੈ ਨਾ ਜਿੰਨਾ ਕਿ ਕਬੀਰੀ ਦਾ ਪੰਖ ਖੁਦ ਹੈ
ਤਿਤਲੀ ਦੇ ਪੰਖ ਜਨਾ ਦਾ ਵਿੱਚ ਫਰਕ ਹੈ, ਭਰਮ ਦੀ ਲਕੀਰ ਹੈ। ਠੀਕ ਹੈ ਜੀ। ਜਦ ਉਹਨੂੰ ਜਾਣਾ ਬਣਦਾ ਹੀ ਅਸਲ ਚ ਬਣਦਾ ਉਧਰ ਨੂੰ ਜਾਣਾ ਕੀ ਦੀ ਬੰਦਾ ਆਪਣੀ ਮਰਜ਼ੀ ਨਹੀਂ ਚੱਲਦੀ ਬੰਦਾ ਮਰਜ਼ੀ ਛੱਡਦੀ ਗੱਲ ਖਤਮ ਹੋ ਗਈ ਜੇ ਮਰਜ਼ੀ ਛੱਡਦੀ ਗੱਲ ਖਤਮ ਮਰਜ਼ੀ ਛੱਡਦੀ ਪਰਮ ਦੀ ਉਹ ਮਿਲਦੀ ਨੀ ਵਿੱਚ ਮਿਲਦੀ ਨੀ ਠੀਕ ਹੈ ਜੀ ਜਦ ਆਪਣੀ ਮਰਜ਼ੀ ਤਿਆਗਦੀ ਨਾਲ ਮਿਲਿਆ ਹੋਇਆ ਜਿਹੜੇ ਜਿਹੜੇ ਦੀ ਮਰਜ਼ੀ ਕਾਇਮ ਹੈ ਉਹਦੇ ਨਾਲ ਨੀ ਮਿਲਿਆ ਹੋਇਆ ਨਾ ਕੋਈ ਦੂਰ ਹੈ ਨਾ ਕੋਈ ਨੇੜੇ ਇਹ ਦੂਰ ਕੁਛ ਨਹੀਂ ਹੈ ਗੱਲ ਮਰਜ਼ੀ ਤੇ ਖੜੀ ਹੈ ਜਿੱਦਾਂ ਨੇ ਆਪਣੀ ਮਰਜ਼ੀ ਤਿਆਗ ਕੇ ਹੁਕਮ ਚ ਆ ਗਿਆ ਬਸ ਨਾਲ ਮਿਲ ਗਿਆ ਠੀਕ ਹੈ ਕਿੰਨਾ ਚਿਰ ਤਿਆਗਦਾ ਕੱਤ ਤਿਆਗਦਾ ਹੈ ਕੌਣ ਜਿੱਦਾਂ ਬਿਜੇ ਤਿਆਗਦੇ ਮੈਂ ਕੋਈ ਫਿਰ ਹਾਂਜੀ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਅੰਤਰਗਤ ਜਿਸ ਆਪ ਜਿਹੜਾ ਆਪਣੇ ਅੰਦਰ ਦੀ ਅਵਸਥਾ ਨੂੰ ਪ੍ਰਾਪਤ ਜਾਣਦੀ ਜਿਵੇਂ ਕਿਥੇ ਮੇਰਾ ਮਨ ਕਿਉਂ ਨਹੀਂ ਬੰਦਾ ਮੇਰਾ ਮਰਜ਼ੀ ਕਿਉਂ ਨਹੀਂ ਛੱਡਦਾ ਕਿੰਨੀ ਮੈਂ ਛੱਡਤੀ ਕਿੰਨੀ ਛੱਡਦੀ ਰਹਿੰਦੀ ਹੈ ਜਿਵੇਂ ਛੁੱਟੂਗੀ ਡਕਾ ਕੀ ਹੈ ਇਹ ਸਾਰੀ ਗੱਲ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਫਿਰ ਸਮਝ ਲਓ ਇਲਾਜ ਕਰ ਰਿਹਾ ਇਸਦਾ ਬਿਮਾਰੀ ਦਾ ਪਤਾ ਲੱਗ ਗਿਆ ਆਪਣੇ ਉੱਧਰ ਜੇ ਕੋਈ ਚਾਕੂ ਤਾਂ ਪਤਾ ਲੱਗੂ ਉਹਨੂੰ ਇਸੇ ਕਰਕੇ ਆਪਣੇ ਗੁਰਬਾਨ ਮੈਂ ਸਿੰਧੀ ਮਾ ਕਰ ਦੇਖ ਦੇਖਾ ਕਿੱਥੇ ਬੰਦਾ ਹੈ ਗੁਰਬਾਣੀ ਕੀ ਕਹਿੰਦੀ ਹੈ ਤੂੰ ਕੀ ਕਰਦਾ ਹੈ ਹਾਂ ਠੀਕ ਹੈ ਅੰਦਰ ਕਾ ਨਾਲ ਜਦ ਸੋਝੀ ਪਾਏ ਉਹਨੂੰ ਸਾਰੀ ਸੋਝੀ ਆ ਜਾਂਦੀ ਹੈ ਪਤਾ ਲੱਗ ਜਾਂਦਾ ਵੀ ਡਿੱਕਾ ਤਾਂ ਹੈ ਉਹ ਛੱਡ ਵੀ ਦਿੰਦਾ ਅੱਜ ਕਰ ਵੀ ਲੈਂਦਾ ਉਹਨਾਂ ਨੇ ਇਲਾਜ ਕੀਤਾ ਜਿਨ੍ਹਾਂ ਨੇ ਆਪਣੇ ਅੰਦਰ ਝਾਕਦੇ ਰਹੇ ਨੇ ਛੱਪੀਦੇ ਰਹੇ ਨੇ ਵੀ ਕਿੱਥੇ ਡਿੱਕਾ ਠੀਕ ਹੈ ਹਾਂ ਕੀ ਇਹ ਹੈ ਆਪਣੇ ਝਾਕਣਾ ਠੀਕ ਹੈ ਜੀ ਨਾਨਕ ਤਿਸ ਜਨ ਆਪ ਬੁਝਾਏ ਸਾਰੀ ਗੱਲ ਬੁੱਝ ਲੈਂਦਾ ਉਹ ਬੁਝਾਏ ਦੀ ਬੂਝ ਆਏ ਹੈ ਅੱਛਾ ਜੀ ਬੂਝ ਆਏ ਅੱਛਾ ਜੀ ਆਹੋ ਵਿਚਾਰ ਉਹਨੂੰ ਸਮਝ ਆ ਜਾਂਦੀ ਹੈ ਬੁੱਝ ਲੈਂਦਾ ਉਹ ਗੱਲ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣ ਹਾਰਾ ਸਰਬ ਭੂਤ ਆਪ ਵਰਤਾਰਾ ਆ ਜਿਹੜੀ ਸਾਰੀ ਬਾਹਰ ਹੈ ਨਾ ਮਾਇਆ ਬਭੂਤੀ ਇਹਦਾ ਆਪ ਵਰਤਾਰਾ ਉਹ ਜਿਹਨੂੰ ਮਰਜ਼ੀ ਜਿਹਦੀ ਦੇਵੇ ਸਰਬ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਸਾਰੇ ਖਜ਼ਾਨੇ ਉਹਦੇ ਹੱਥ ਦੀ ਥੇੜੀ ਤੇ ਨੇ ਖੋਲੋ ਜੀ ਤੇ ਖੋਲਦੇ ਨੇ ਜਬਰਦਸਤੀ ਲੈ ਲੂ ਚਤਰਾਈ ਨਾਲ ਲੈ ਲੂ ਅਕਲ ਨਾਲ ਲੈ ਲੂ ਇਹ ਭੂਤੀ ਦਾ ਵਰਤਾਰਾ ਉਹਦੇ ਆਪਣੇ ਕੰਟਰੋਲ ਚ ਹੈ ਉਹਦੀ ਮਰਜ਼ੀ ਤੇ ਵਰਤਾਰਾ ਹੈ ਆਪ ਵਰਤਾਰਾ ਸਰਬ ਨੈਣ ਆਪ ਵੇਖਣ ਹਾਰਾ ਸਾਰਿਆਂ ਦੇ ਅੰਦਰ ਜਿਹੜਾ ਚਿੱਤ ਹੈ ਨਾ ਉਹਦਾ ਉਹਦੀ ਅੱਖ ਹੈ ਉਹ ਜਿਆਰਾ ਨਾ ਹੋ ਉੱਥੇ ਜੁੜਿਆ ਹੋਇਆ ਪਿੱਛੇ ਇਹ ਕੁੱਦਾ ਲੱਗਿਆ ਹੋਇਆ ਸਾਡੇ ਉਹ ਸਾਰੀ ਆਵਾਜ਼ ਉੱਥੇ ਪਾਸ ਆਊਟ ਕਰੀ ਜਾਂਦਾ ਠੀਕ ਹੈ ਸਾਰਾ ਨਸ਼ਾ ਉੱਥੇ ਕੈਮਰਾ ਲੱਗਿਆ ਹੁੰਦਾ ਉਹਨੇ ਕੈਮਰਾ ਲਾਇਆ ਹੋਇਆ ਸਾਡੇ ਅੰਦਰ ਸਾਰ ਦੇਖੀ ਜਾਂਦਾ ਹੈ ਕੀ ਕਰਦਾ ਸੋਚਦਾ ਕੀ ਹੈ ਸਰਵ ਨੈਣ ਸਾਰੀ ਅੱਖਾਂ ਹੁੰਦੀਆਂ ਨੇ ਤੇ ਤੁਹਾਡੀ ਅੱਖ ਹੈ ਆਪ ਵੇਖਣ ਵਾਲਾ ਪਿੱਛੇ ਸੱਚਖੰਡ ਦੇਖ ਰਹੇ ਨੇ ਸਭ ਕੁਝ ਉਹਨਾਂ ਦੀ ਟੀਵੀ ਸਭ ਕੁਝ ਆ ਰਿਹਾ ਇੱਥੋਂ ਠੀਕ ਹੈ ਆਪ ਵੇਖਣ ਆ ਰਹਾ ਸਗਲ ਸਮਗਰੀ ਜਾ ਕਾ ਤਨਾ ਆਪ ਆਪਨ ਜਾਸ ਆਪ ਹੀ ਸੁਣਾ ਆਪਨ ਜਾਸ ਸਗਲ ਸਮਗਰੀ ਜਾ ਕਾ ਤਨਾ ਆਪਨ ਜਾਸ ਆਪ ਅਰੇ ਸਮਗਰੀ ਉਹਦਾ ਸਰੀਰ ਹੈ ਮਾਇਆ ਹੁਕਮ ਨਹੀਂ ਦੇ ਦੇਖੋ ਨਾ ਹੁਕਮ ਕੀ ਹੈ ਹੁਕਮ ਦੀ ਕ੍ਰੀਏਸ਼ਨ ਉਹ ਨਾਲ ਬਣਿਆ ਸਭ ਕੁਝ
ਹੁਕਮ ਦੇ ਰੂਪ ਹੈ ਵਿਸਲ ਸੰਸਾਰ ਜੇ ਤੂੰ ਦੇਖਦਾ ਹਰ ਕਾ ਰੂਪ ਹੈ ਉਹ ਨਹੀਂ ਹੈ ਉਹਦਾ ਰੂਪ ਹੈ ਉਹਦੀ ਘਾੜਤ ਹੈ ਉਹਦਾ ਹੀ ਤਣ ਉਸ ਗਿਆਨ ਦੀ ਘਾੜਤ ਹੈ ਵਿੱਚ ਕੋਈ ਤਾਰ ਪ੍ਰਭ ਬਸੇ ਜੀਓ ਸਗਲ ਸਮਗਰੀ ਜਾਤਾ ਤਨ ਆਪਰ ਜਸ ਆਪੇ ਸੁਣ ਆਪਣਾ ਜਸ ਵੀ ਆਪੇ ਸੁਣਦਾ ਰਹਿੰਦਾ ਆ ਜਿਹੜਾ ਜਸ ਹੈ ਗੁਰਬਾਣੀ ਦਾ ਸੁਣਦਾ ਵੀ ਆਪ ਹੈ ਉਹਦਾ ਆਪ ਹੈ ਅੰਦਰ ਚਿੱਤ ਹੈ ਉਹਦੇ ਦੀ ਸੁਣਦਾ ਵੀ ਹੈ ਦਿੱਤਾ ਵੀ ਹੈ ਸਭ ਕੁਝ ਹੁੰਦਾ ਸਰ ਵਿਆਪੀ ਹੈ ਸ਼ਬਦ ਆਓ ਹਾਂਜੀ ਆਵਣ ਜਾਂ ਕੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਆਵਣ ਜਾਂ ਬਣਦਾ ਹੈ ਉਹ ਨਹੀਂ ਆਵਣ ਜਾਂ ਬਣਦਾ ਇਹ ਜਾ ਗਿਆ ਇਹ ਛੱਡ ਗਿਆ ਇਹ ਜਾ ਗਿਆ ਸੀ ਛੱਡ ਗਿਆ ਇਹ ਆਵਣ ਜਾਂ ਦਾ ਖੇਲ ਹੈ ਠੀਕ ਹੈ ਜੀ ਅਸ ਆਗਿਆਕਾਰੀ ਕਿੰਨੀ ਮਾਇਆ ਖੇਲ ਦੇ ਵਿੱਚ ਜਿਹੜਾ ਸਰੀਰ ਹੈ ਮਾਇਆ ਹੈ ਇਹ ਜੀਵ ਦੇ ਆਗਿਆ ਉਹਦੇ ਤਾਂ ਸਾਰੀ ਆਗਿਆ ਹੈ ਉਹਨੇ ਦਾ ਸਾਰੇ ਚੰਦ ਕੀ ਜਾਂ ਸਾਰੇ ਆਗਿਆ ਚ ਪਰ ਇਹਨੂੰ ਆਗਿਆ ਸਰੀਰ ਦੀ ਦੇ ਦਿੰਦੇ ਕਿ ਸਰੀਰ ਤੇਰੀ ਆਗਿਆ ਚ ਰੂਪਾ ਇਹ ਨਹੀਂ ਕਮਾਇਆ ਤੇ ਆਪਣੀ ਆਗਿਆ ਚ ਆਪਣਾ ਸਰੀਰ ਹੀ ਇੰਨਾ ਕੇ ਹੈ ਉਹਦੇ ਆਗਿਆ ਸਭ ਕੁਝ ਹੈ ਹਾਂ ਠੀਕ ਹੈ ਆਗਿਆਕਾਰੀ ਕੀਤੀ ਮਾਇਆ ਸਭ ਆਗਿਆਕਾਰੀ ਹੈ ਠੀਕ ਹੈ ਜੀ ਸਭ ਕੈ ਮਦ ਅਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹ ਸਾਰਿਆਂ ਦੇ ਅੰਦਰ ਹੈ ਉਹ ਆਪ ਪਰ ਫਿਰ ਵੀ ਅਲਿਪਤ ਹੈ ਜਿੱਤ ਕਰਕੇ ਅਲਿਪਤ ਹੈ ਉਹਨਾਂ ਟੁਕੜਾ ਸੱਚਖੰਡ ਦੇ ਜਿੱਤ ਜਿਹੜਾ ਹੈ ਉਹ ਸੱਚਖੰਡ ਦਾ ਹੀ ਸਮਝੋ ਹਿੱਸਾ ਸਾਰਿਆਂ ਦੇ ਵਿੱਚ ਹੁੰਦਾ ਉਹ ਵੀ ਅਲਿਪਤ ਰਹਿੰਦਾ ਮਾਇਆ ਚ ਅਲਿਪਤ ਨਹੀਂ ਧਾਰੀ ਗੁਣ ਕਾਇਮ ਨੇ ਚਾਰੇ ਜੇ ਅਲਿਪਤ ਰਹਿੰਦਾ ਉਹਨੂੰ ਬਿਸੁਰ ਕਿਹਾ ਹੋਇਆ ਬਿਸੁਰ ਉਹਦੇ ਚਾਰ ਬਾਹਾਂ ਧਾਰੀ ਲਾਈਆਂ ਹੋਈਆਂ ਨੇ ਚਾਰ ਗੁਣ ਨੇ ਉਹ ਬਾਹਾਂ ਨਹੀਂ ਹਨ ਚਾਰ ਬਾਹਾਂ ਬੰਦੀਆਂ ਕਾਇਮ ਹੋ ਜਾਂਦੀਆਂ ਨੇ ਨਾ ਚਾਰੇ ਗੁਣ ਮੇਰੇ ਛੱਡੀ ਅੱਠ ਪਹੁੰਚਾਉਣ ਲਈ ਅੱਠ ਗੁਣ ਫਿਰ ਉਗਤੀ ਹੈ ਫਿਰ ਅੱਠ ਬਾਹਾਂ ਹੋ ਜਾਂਦੀਆਂ ਇਹਦੀਆਂ ਚਾਰ ਵਿਸ਼ਨ ਵਾਲੀਆਂ ਚਾਰ ਕ੍ਰਿਸ਼ਨ ਵਾਲੀਆਂ ਕ੍ਰਿਸ਼ਨ ਵਿਸ਼ਨ ਕਾਲੂ ਉਹਨਾਂ ਤੇ ਆਉਂ ਕ੍ਰਿਸ਼ਨ ਵਿਸ਼ਨ ਦੋਏ ਰਲ ਕੇ ਅੱਠ ਬਾਹਾਂ ਨੇ ਫਿਰ ਭਗਉਤੀ ਆਹੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਲ ਤੇ ਜੁਨੀ ਸਤਨਾਮ ਉਤੇ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਸ ਅਠੇ ਨੇ ਆਣੀ ਗੋਣੇ ਬਸ ਬਾਹਾਂ ਹੀ ਹੁੰਦੀਆਂ ਨੇ ਕੋਣ ਹੋਰ ਕੀ ਹੁੰਦਾ ਹੁਣ ਬਾਹਾਂ ਹੀ ਹੁੰਦੀਆਂ ਨੇ ਠੀਕ ਹੈ ਆਣੀ ਸਭ ਕੇ ਮਦ ਅਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੈ ਚਾਰ ਗੁਣ ਮੰਨਦੇ ਹੋ ਜਾਂਦੇ ਉਥੇ ਅਲਿਪਤ ਹੋ ਜਾਂਦਾ ਮਾਇਆ ਚ ਮਾਇਆ ਵਿੱਚ ਉਦਾਸੀ ਅੱਧਾ ਤਾਂ ਪਹਿਲਾਂ ਹੀ ਉਦਾਸੀ ਹੈ ਮਾਇਆ ਚਾਰ ਗੁਣਾ ਵਾਲਾ ਠੀਕ ਹੈ ਅੱਠੇ ਗੁਣ ਹੋ ਗਿਆ ਸਾਰਾ ਉਦਾਸੀ ਹੋ ਜਾਂਦਾ ਮਾਇਆ ਵਿੱਚ ਸਭ ਕੇ ਮੱਧ ਅਲਿਪਤ ਹੋ ਰਿਹਾ ਜੋ ਕੁਛ ਕਹਿਣਾ ਤੋ ਆਪੇ ਕਹ ਠੀਕ ਹੈ ਜੀ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਈ ਸਮਾਏ ਸਮਾਏ ਆਗਿਆ ਆਵੇ ਆਗਿਆ ਜਾਏ ਉਹ ਅੰਦਰ ਵਾਲਾ ਆਗਿਆ ਜਾਂਦਾ ਜਾਂਦਾ ਆਗਿਆ ਆ ਗਿਆ ਠੀਕ ਹੈ ਆਗਿਆ ਹੁਣ ਚਲਿਆ ਗਿਆ ਅਕੇਲਾ ਅਕੇਲਾ ਹੀ ਸੀਗਾ ਇਹ ਜੋਤ ਖਿੱਚ ਲੈਂਦਾ ਜੋ ਜਿਹੜੀ ਜੋਤ ਪਾਈ ਹੋਈ ਹੈ ਸਰੀਰ 'ਚ ਠੀਕ ਹੈ ਆਪਣੀ ਉਹ ਦੋ ਦੀਵੇ ਹੁੰਦੇ ਨੇ ਇੱਕ ਦੀਵਾ ਬੁਝਾ ਦਿੰਦਾ ਦੀਵੜੇ ਗਿਆ ਬੁਝਾਏ ਦੋਈ ਦੀਵੇ ਬਲਦੇ ਆ ਮਲਕ ਚ ਬੈਠਾ ਆਏ ਲਾਲੀ ਤਾਂ ਘਟ ਲੁੱਟਿਆ ਦੀਵੜੇ ਗਿਆ ਬੁਝਾਏ
ਉਹ ਦੋਵੇਂ ਦੀਵੇ ਜਲਦੇ ਨੇ, ਚਿੱਤ ਦਾ ਅੱਡ ਜਲਦਾ, ਮਨ ਦਾ ਅੱਡ ਜਲਦਾ। ਕਹਿੰਦਾ ਤੁਸੀਂ ਅਜੇ ਇੱਕ ਬੁਝਾਇਆ ਨੀ, ਇੱਕ ਨੀ ਕੀਤੀ ਜੋਤ। ਕਹਿੰਦਾ ਚੰਦਾ ਲੈ ਦੋਵਾਂ ਨੂੰ ਫੂਕ ਮਾਰ ਦਿੰਦਾ, ਕਰਾਂਗੇ ਗੱਲ ਦੇ ਜੰਤ ਦੀ ਗੱਲ। ਉਹ ਦੋਵੇਂ ਬੁਝਾ ਦਿੰਦਾ। ਆਹੋ ਇਹਨਾਂ ਨੇ ਪਤਾ ਨੀ ਕੀ ਅਰਥ ਕੀਤੇ ਹੋਣੇ ਨੇ ਉਹਦੇ। ਇਹਨਾਂ ਨੂੰ ਕਿਹੜਾ ਪਤਾ ਸੀ ਕੀ ਗੱਲ ਹੈ, ਦੀਵੇ ਕਿਹੜੇ ਨੇ। ਇਹਨਾਂ ਦੇ ਘਰ ਤਾਂ ਇੱਕੋ ਹੀ ਦੀਵਾ, ਦੋ ਤਾਂ ਹੈ ਹੀ ਨਹੀਂ। ਆ ਦੂਆ ਗੱਲ ਦੇਖਿਆ ਨੀ, ਇੱਕੇ ਨਾਲ ਦੇਖਿਆ, ਉੱਥੇ ਇੱਕੋ ਦੀਵਾ। ਠੀਕ ਹੈ। ਹਾਂਜੀ। ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਪਾਵੇ ਤਾਂ ਲਏ ਸਮਾਏ। ਚਾਲੇ ਪੂਰਾ ਠੀਕ ਹੈ ਜੀ। ਆਪਣ ਮੰਨਦਾ ਦੇ ਵਿੱਚ ਸਮਾ ਜਾਂਦਾ, ਆਪਣੇ ਮੂਲ ਚ ਇੱਕ ਦੀਵਾ ਬੁਝਾ ਕੇ ਦੂਏ ਇੱਕ ਜੋਤ ਹੋ ਜਾਂਦੀ ਹੈ। ਠੀਕ ਹੈ ਜੀ। ਇੱਕ ਦੀਵਾ ਮਨ ਆਪਣਾ ਵਾਲਾ ਦੀਵਾ ਬੁਝਾ ਦਿੰਦਾ, ਆਪਣੀ ਮਰਜ਼ੀ ਛੱਡ ਦਿੰਦਾ। ਉਹ ਆਪਣੀ ਮਰਜ਼ੀ ਦੂਈ ਸਹਿਮਤੀ ਉਹਦੇ ਨਾਲ ਕਰਕੇ ਜੋਤ ਉਧਰ ਚਲੀ ਗਈ। ਠੀਕ ਹੈ। ਤੇਲ ਵੀ ਉਹਦੇ ਮਾਤਾ ਬੱਤੀ ਵੀ ਉਹ ਚ ਰੱਖਤੀ ਆਪਣੇ ਵਾਲੀ। ਦੀਵਾ ਭਰੇ ਮਾਰੇ ਵਗਾ ਕੇ। ਇਸ ਤੇ ਹੋਏ ਸੋ ਨਾਹੀ ਬੁਰਾ, ਬੁਰਾ ਕਹੋ ਕਿਨੇ ਕਛ ਕਰਾ। ਇਸ ਤੇ ਹੋਏ ਨਾਹੀ ਕਛ ਬੁਰਾ। ਹਾਂਜੀ। ਇਹ ਤੇ ਬੁਰਾ ਨਹੀਂ ਕੁਝ ਵੀ ਹੋ ਸਕਦਾ, ਮਨ ਤੇ ਜੀਵ ਤੇ ਨਹੀਂ ਕੁਝ ਵੀ ਬੁਰਾ ਹੋ ਸਕਦਾ। ਅੱਛਾ ਜੀ। ਕਿਸੇ ਤੇ ਵੀ ਨਹੀਂ ਬੁਰਾ ਹੋ ਸਕਦਾ, ਪਰਮੇਸ਼ਰ ਤੇ ਵੀ ਨਹੀਂ ਬੁਰਾ ਹੋ ਸਕਦਾ। ਬੁਰਾ ਇਹ ਤੇ ਕੁਝ ਹੈ ਹੀ ਨਹੀਂ, ਭਲਾ ਹੀ ਹੈ ਸਭ। ਠੀਕ ਹੈ ਜੀ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਬੁਰਾ ਦਾ ਅਸੀਂ ਮੰਨਦੇ ਹਾਂ। ਠੀਕ ਹੈ ਜੀ। ਤੇ ਮਰਜ਼ੀ ਫਟਲੀ ਜਿਹੜੀ ਗੱਲ ਹੁੰਦੀ ਉਹ ਬੁਰੀ ਹੈ, ਬੁਰਾ ਕੁਝ ਵੀ ਨਹੀਂ ਹੈ। ਠੀਕ ਹੈ ਜੀ। ਪਰਮੇਸ਼ਰ ਨਾ ਬੁਰਾ ਕਰਦਾ, ਨਾ ਆਦਮੀ ਬੁਰਾ ਕਰ ਸਕਦਾ, ਦੋਹੇ ਨਹੀਂ ਕਰ ਸਕਦੇ ਬੁਰਾ। ਉਹਦੀ ਮਰਜ਼ੀ ਨਾਲ ਤਾਂ ਕੁਝ ਹੁੰਦਾ ਨਹੀਂ, ਇਹ ਆਪਣੀ ਮਰਜ਼ੀ ਨਾਲ ਕੁਝ ਕਰ ਨਹੀਂ ਸਕਦਾ। ਠੀਕ ਹੈ। ਤਸ ਬੁਰਾ ਕੌਣ ਕਰੂ, ਬੁਰਾ ਪੰਡਤ ਕਰ ਸਕਦਾ, ਪੰਡਤ ਬੁਰਾ ਕਰ ਸਕਦਾ, ਉਹ ਵੀ ਕੋਸ਼ਿਸ਼ ਕਰ ਸਕਦਾ, ਕਰਨ ਨਹੀਂ ਹੁੰਦਾ ਉਹਦੇ ਵੀ। ਉਹ ਕੋਸ਼ਿਸ਼ ਕਰਦਾ ਨਾ, ਮੈਂ ਸੱਚਖੰਡ ਦਾ ਰਾਹ ਰੋਕਦਾ, ਸ਼ਿਵ ਜੀ ਨੇ ਵੀ ਰੋਕਿਆ, ਕੰਗਾ ਕਹਿੰਦਾ ਜੱਟਾਂ ਚਲ ਜਾ ਲਈ। ਬੁਰਾ ਹੋਇਆ ਨੀ, ਸੱਚ ਫੇਰ ਪ੍ਰਗਟ ਹੋ ਜਾਂਦਾ ਜਾਂ ਮਰਜ਼ੀ ਹੁੰਦੀ ਹੈ, ਉਹ ਤਾਂ ਸੱਚ ਜਾਣ ਕੇ ਹੀ ਕਰਦਾ ਕੋਸ਼ਿਸ਼ ਰੱਬ। ਆ ਖਾਲੀ ਜਹਾਜ਼ ਥੋੜੀ ਲਈ ਫਰੀ ਜਾਣਾ ਸਮੁੰਦਰ ਚ। ਸਵਾਰੀਆਂ ਹੁੰਦੀਆਂ ਨੇ, ਜਦ ਚੜਾ ਲੈਂਦੇ ਨੇ ਚੱਲ ਪੈਂਦਾ, ਜਿੰਨਾ ਚਿਰ ਕੋਈ ਸਵਾਰੀ ਨਹੀਂ ਆਉਂਦੀ ਉਹਨਾਂ ਚਿਰ ਖੜਾ ਲੈਂਦਾ। ਠੀਕ ਹੈ ਜੀ। ਹਾਂਜੀ। ਇਸ ਤੇ ਹੋਏ ਸੋ ਨਾਹੀ ਬੁਰਾ, ਉਰੇ ਕਹੋ ਕਿਨੇ ਕੁਛ ਕਛ ਕਰਾ। ਹੋਰ ਦੱਸੋ ਕਿਨੇ ਕੁਛ ਕੀਤਾ, ਪਰਮੇਸ਼ਰ ਤੇ ਤਾਂ ਕੋਈ ਬੁਰਾ ਹੁੰਦਾ ਨਹੀਂ, ਹੋਰ ਕੋਈ ਬੁਰਾ ਕਰ ਸਕਦਾ। ਇਸ ਕਰਕੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਦਾ ਮਤਲਬ ਇਹੀ ਹੈ। ਅਸੀਂ ਚੰਗੇ ਨਹੀਂ ਹੈਗੇ, ਬੁਰਾ ਨਹੀਂ ਹੈ ਕੋਈ, ਬੁਰਾ ਤਾਂ ਤਾਂ ਹੋਏ ਬੁਰਾ ਕਰ ਸਕੇ। ਠੀਕ ਹੈ। ਔਰ ਇਹ ਕਹੋਗੇ ਨਾ ਚੰਗੇ ਨਹੀਂ ਅਸੀਂ ਹੈਗੇ, ਕਿਉਂ ਚੰਗੇ ਤਾਂ ਹੁੰਦੇ ਜੇ ਕਹਿਣੇ ਚੱਲਦੇ, ਚੰਗੇ ਤਾਂ ਉਹੀ ਨੇ ਜਿਹੜੇ ਆਪਣੇ ਪਿਓ ਦੇ ਕਹਿਣੇ ਚੱਲਣ, ਮਾਂ ਪਿਓ ਦੇ। ਠੀਕ ਹੈ। ਐਂ ਜੇ ਨਹੀਂ ਚੱਲਦੇ, ਘਰ ਕੁਛ ਨਹੀਂ ਸਕਦੇ, ਮਾੜਾ ਕੁਛ ਨਹੀਂ ਕਰ ਸਕਦੇ, ਪਰ ਕਹਿਣੇ ਚ ਵੀ ਨਹੀਂ ਚੱਲਦੇ, ਚਾਹੁਣੇ ਆ ਬੁਰਾ ਕਰਨਾ ਹੁੰਦਾ ਹੈ ਜੀ। ਚਾਹੁਣਾ ਜਿਹੜਾ ਹੈਗਾ ਚੰਗਾ ਨਹੀਂ, ਕਿਸੇ ਦਾ ਬੁਰਾ ਚਾਹੁਣਾ ਚੰਗਾ ਨਹੀਂ। ਕਿਸੇ ਦਾ ਬੁਰਾ ਚਾਹੁਣਾ ਚੰਗਾ ਨਹੀਂ ਹੈ, ਪਰ ਬੁਰੇ ਜਦੋਂ ਮਾਂਗੇ ਜਾਂ ਬੁਰਾ ਕਰਦਾ ਮੇਰੇ ਪ੍ਰੈਕਟੀਕਲੀ, ਪ੍ਰੈਕਟੀਕਲੀ ਕਰੇ ਤਾਂ ਬੁਰਾ ਹੈ, ਜੇ ਪ੍ਰੈਕਟੀਕਲ ਬੁਰਾ ਕਰ ਨਹੀਂ ਸਕੇ ਤਾਂ ਬੁਰੇ ਨਹੀਂ ਬਣ ਸਕੇ। ਠੀਕ ਹੈ ਜੀ। ਕਰਕੇ ਨਹੀਂ, ਸੋਚ ਚੰਗੀ ਨਹੀਂ ਹੈ ਸਾਡੀ। ਠੀਕ ਹੈ। ਸੋਚ ਕਰਕੇ ਚੰਗੇ, ਪ੍ਰੈਕਟੀਕਲ ਤੌਰ ਤੇ ਬੁਰਾ ਕਰਨ ਜੋਗੇ ਨਹੀਂ। ਠੀਕ ਹੈ ਜੀ। ਆਪ ਭਲਾ ਇਹ ਸਾਨੂੰ ਹੀ ਚੰਗੇ ਬੁਰਾ ਨਹੀਂ ਕੋਈ। ਠੀਕ ਹੈ ਜੀ। ਆਪ ਭਲਾ ਕਰਤੂਤ ਅਤ ਨੀਚੀ, ਆਪੇ ਜਾਣੇ ਆਪਣੇ ਜੀ। ਜਿਹੜਾ ਆਪ ਭਲਾ ਹੈ ਕਰਤੂਤ ਉਹਦੀ ਚੰਗੀ ਹੈ, ਅਤ ਨੀਚੀ ਅਤ ਦੀ ਚੰਗੀ ਕਰਤੂਤ ਹੈ, ਹੁਕਮ ਚੱਲਦਾ ਭਾਣੇ ਚੱਲਦਾ, ਉਹ ਆਪਣੇ ਜੀ ਦੀ ਗੱਲ ਆਪਣਾ, ਉਹ ਆਤਮਗਿਆਨੀ, ਉਹ ਤਾਂ ਆਪਣੀ ਗੱਲ ਜਾਣਦਾ ਸਾਰੀ, ਉਹ ਤਾਂ ਮਨ ਨੂੰ ਬੁਰਾ ਸੋਚਣ ਦਿੰਦਾ ਜੀ, ਉਹ ਤਾਂ ਮਨ ਤੇ ਰੱਖਦਾ ਕੰਟਰੋਲ। ਆਮ ਆਦਮੀ ਨੂੰ ਇਸ ਗੱਲ ਦਾ ਪਤਾ, ਆਮ ਆਦਮੀ ਦੀ ਨਾ ਕਰਤੂਤ ਚੰਗੀ ਹੈ ਨਾ ਆਪਲ ਹੈ।
ਪਰਾਲੀ ਤਾਂ ਕਿੰਨਾ ਨਹੀਂ ਹੈ ਜੇ ਪਰਾਲੀ ਹੈ ਉਸੇ ਨੂੰ ਗਿਆਨ ਨਹੀਂ ਦਿੰਦੇ ਠੀਕ ਹੈ ਜੀ ਆਪੇ ਜਾਣੇ ਆਪਣੇ ਜੀ ਆਪੇ ਆਪਣੇ ਜੀ ਦੀ ਆਪੇ ਜਾਣਦਾ ਉਹ ਹੀ ਦੂਆ ਨਹੀਂ ਆਂਦਾ ਫਿਰ ਵੀ ਉਹਦੇ ਜੀ ਦੀ ਗੱਲ ਠੀਕ ਹੈ ਹਾਂ ਆਪਣੇ ਜੀ ਦੀ ਹਰ ਕੋਈ ਆਪੇ ਜਾਣਦਾ ਹੈ ਜੇ ਮੈਂ ਕੀ ਚਾਹਦਾ ਕੀ ਨਹੀਂ ਚਾਹਦਾ ਠੀਕ ਹੈ ਜੀ ਆਪ ਸਾਥ ਮੇਰੇ ਜੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਜ ਆਪ ਸਾਚ ਧਾਰੀ ਸਭ ਸਾਚ ਜਿਹੜਾ ਆਪ ਸਤ ਸਰੂਪ ਹੈ ਉਹ ਬੁੱਧੀ ਮਤ ਵੀ ਜਿਹੜੀ ਧਾਰਨ ਕਰਦਾ ਉਹ ਵੀ ਸੱਚ ਕਰਦਾ ਸੱਚੀ ਮਤ ਦੇ ਧਾਰਨ ਕਰਦਾ ਸੱਚਾ ਆਦਮੀ ਸੱਚੀ ਮਤ ਲੈਂਦਾ ਜਿਹੜਾ ਕਪਟੀ ਆਦਮੀ ਸੱਚੀ ਮਤ ਲੈਂਦਾ ਹੀ ਨਹੀਂ ਪੂਰੀ ਕੀ ਕਰਾਂ ਬਈ ਜਿਹੜਾ ਆਦਮੀ ਲੋਭੀ ਹੈ ਕਪਟੀ ਹੈ ਵਕਾਰੀ ਹੈ ਉਹ ਨਹੀਂ ਸੱਚੀ ਮਤ ਲੈਂਦਾ ਜਿਹੜਾ ਆਪ ਸੱਚਾ ਸੱਚਾ ਉਹੀ ਸੱਚੀ ਮਤ ਲੈਂਦਾ ਗੁਰ ਮਤ ਉਹ ਲੈਂਦਾ ਜਿਹੜਾ ਸੱਚਾ ਸੱਚਾ ਹੈਗਾ ਸਾਰੀ ਸਭ ਸਾਚ ਬਹੁਤ ਬਹੁਤ ਆਪਨ ਸੰਗ ਰਾਜ ਉਹ ਅਸਲ ਆਪਣੇ ਆਪ ਚ ਲੀਰ ਹੁੰਦਾ ਹਰ ਵਕਤ ਰਿਹਾ ਹੋਇਆ ਬਾਹਰ ਵਾਸਤਾ ਰੱਖਦਾ ਹੀ ਨਹੀਂ ਉਹ ਕਿਸੇ ਨੂੰ ਬਾਹਰ ਵਾਸਤਾ ਹੀ ਕਿਸੇ ਨਾਲ ਇਸ ਕਰਕੇ ਬੁਰਾ ਸੋਚਦਾ ਹੀ ਨਹੀਂ ਕੋਈ ਬੁਰਾ ਸੋਚਦਾ ਪਿਆ ਸੋਚੀ ਜਾਵੇ ਉਹਦੇ ਨਾਲ ਵੀ ਵਾਸਤਾ ਰੱਖਦਾ ਜਿਹੜਾ ਕੋਈ ਚੰਗਾ ਸੋਚਦਾ ਉਹਦੇ ਨਾਲ ਵੀ ਵਾਸਤਾ ਨਹੀਂ ਰੱਖਦਾ ਬਸ ਉਹਦੇ ਨਾਲ ਵਾਸਤਾ ਰੱਖਦਾ ਜਿਹਦੇ ਬਾਣੀ ਦੀ ਗੱਲ ਪੁੱਛਣੀ ਹੋਵੇ ਚੱਲਣਾ ਹੋਵੇ ਰਾਹ ਤੇ ਠੀਕ ਉਹਦੇ ਨਾਲ ਵਾਸਤਾ ਠੀਕ ਉਹ ਵੀ ਦੱਸਣ ਤੱਕ ਹਾਂਜੀ ਤਾਂ ਕੀ ਗੱਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਾਂ ਕੀ ਗੱਤ ਮਿਤ ਕਹੀ ਨਾ ਜਾਏ ਉਹਦੀ ਗੱਤ ਮਿਤ ਕਹੀ ਨਹੀਂ ਜਾ ਸਕਦੀ ਉਸ ਬੰਦੇ ਦੀ ਗੱਤ ਮਿਤ ਨਹੀਂ ਕਹੀ ਜਾ ਸਕਦੀ ਠੀਕ ਜਿਹੜਾ ਆਪਣੇ ਆਪ ਚ ਰਚਿਆ ਰਹਿੰਦਾ ਆਪਣੇ ਆਪ ਨਾਲ ਜੁੜਿਆ ਰਹਿੰਦਾ ਆਪਣੇ ਮੂਲ ਨਾਲ ਜੁੜਿਆ ਰਹਿੰਦਾ ਉਹਦੀ ਗੱਤ ਮਿਤ ਕੀ ਕਹਿਣੀ ਉਹ ਬਜਾਇ ਜਾਂ ਪਰਮੇਸ਼ਰ ਹੋ ਜਾਓ ਇਹ ਦਾ ਆਖਰੀ ਅਵਸਥਾ ਫਿਰ ਠੀਕ ਹੈ ਦੂਸਰਾ ਹੋਏ ਤਾਂ ਕੀ ਪਾਏ ਉਹ ਚੱਕ ਮੈਂ ਤਾਂ ਕੋਈ ਦੂਸਰਾ ਦੱਸ ਠੀਕ ਹੈ ਉਹਦੀ ਸੋਝੀ ਜਿਵੇਂ ਆ ਗੁਰਬਾਣੀ ਦੀ ਸੋਝੀ ਸਾਨੂੰ ਕਰਾਈ ਹੈ ਥੋੜੀ ਬਹੁਤ ਇਸੇ ਦੂਸਰੇ ਨੇ ਕਰਾਈ ਹੈ ਠੀਕ ਹੈ ਉਹਦੇ ਖਾਤਰ ਕੋਈ ਸੋਝੀ ਕਰਾਉਣ ਵਾਲਾ ਬੰਦਾ ਚਾਹੀਦਾ ਆਦਮੀ ਨੂੰ ਉਹਦਾ ਪਤਾ ਲੱਗਦਾ ਹੈ ਆਦਮੀਆਂ ਨੇ ਤਾਂ ਆਮ ਆਦਮੀ ਨੇ ਤਾਂ ਉਹਨਾਂ ਨੂੰ ਕਰਾਈਆ ਕਿਹਾ ਭਗਤਾਂ ਨੂੰ ਆਦਮੀ ਉਲਟੇ ਆਦਮੀ ਲੱਗਦੇ ਨੇ ਠੀਕ ਹੈ ਹਾਂ ਕਿਉਂਕਿ ਉਹ ਭਗਤਾਂ ਸਾਰੀ ਆਦਮੀ ਨੂੰ ਤਾਂ ਉਹ ਉਲਟੇ ਲੱਗਦੇ ਨੇ ਫਿੱਟ ਨਹੀਂ ਹੋਰ ਕੋਈ ਦੱਸਦਾ ਵੀ ਇਹ ਭਾਈ ਇਹ ਠੀਕ ਹੈ ਤੁਸੀਂ ਗੱਲ ਠੀਕ ਹੈ ਜੀ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹ ਜਾਣ ਤਿਸ ਕਾ ਕੀਆ ਸਭ ਪਰਵਾਨ ਦਰਗਾਹ ਦੇ ਵਿੱਚ ਇਹਦਾ ਕੀਤਾ ਪ੍ਰਵਾਨ ਹੈ ਸਾਰਾ ਜੋ ਇਹਨੇ ਕੀਤਾ ਜ਼ਿੰਦਗੀ ਚ ਆਪਣੇ ਦਰਗਾਹ ਜੋ ਬੁੱਧੀ ਨੂੰ ਨਿਰਗਿਆ ਨਹੀਂ ਜਾਂਦਾ ਤਿਰਸਕਾਰ ਨਹੀਂ ਕੀਤਾ ਜਾਂਦਾ ਗੰਭੀਰ ਕਹਿੰਦਾ ਮੇਰੀ ਬੁੱਧ ਕੋ ਜਮ ਨਾ ਕਰੇ ਤਿਰਸਕਾਰ ਉਹਨੇ ਕੀਤਾ ਹੁਕਮ ਚ ਕੀਤਾ ਨਾ ਅਸਲ ਚ ਹੁਕਮ ਦੇ ਬਾਹਰ ਉਹਨੇ ਕੁਝ ਕੀਤਾ ਨਹੀਂ ਇਸ ਕਰਕੇ ਇਹਦਾ ਕੀਤਾ ਦਰਗਾਹ ਚ ਪ੍ਰਵਾਨ ਆਪੇ ਹੁੰਦਾ ਉਹਨਾਂ ਨੇ ਕਰਾਇਆ ਜੋ ਇਹਨੇ ਕੀਤਾ ਤੇ ਪ੍ਰਵਾਨ ਆਪੇ ਹੋਊਗਾ ਇਸ ਦਾ ਕੀ ਆ ਸਭ ਪ੍ਰਵਾਨ ਠੀਕ ਹੈ ਇਸ ਦਾ ਕੀ ਆ ਸਭ ਪ੍ਰਵਾਨ ਉਹ ਆਮ ਲੋਕ ਫਿਰ ਕਹਿੰਦੇ ਨੇ ਵੀ ਭਾਈ ਇਹਦਾ ਕੀਤਾ ਤੇ ਰਾਜ ਪ੍ਰਵਾਨ ਫਿਰ ਉਹ ਨਹੀਂ ਕਰਦੇ ਵੀ ਸਾਡੇ ਹਿਸਾਬ ਦੇ ਵਿੱਚ ਤਾਂ ਇਹ ਲੱਗਦਾ ਸੀ ਸਾਨੂੰ ਗੁਰਪ੍ਰਸਾਦ ਨਾਨਕ ਇਹ ਜਾਣ ਗੁਰਪ੍ਰਸਾਦ ਨਾਨਕ ਇਹ ਜਾਣ ਗਿਆਨ ਦੀ ਕਿਰਪਾ ਨਾਲ ਨਾਨਕ ਇਹ ਜਾਣੇ ਇਹ ਗਿਆਨ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ ਜਿਹਨੇ ਜਾਣਨਾ ਗਿਆਨ ਹਾਸਲ ਕਰ ਲੋ ਫਿਰ ਸਮਝ ਆਊਗੀ ਇਸ ਗੱਲ ਦੀ ਠੀਕ ਹੈ ਸਰਗਾ ਜਿਹਦਾ ਕੀਤਾ ਪ੍ਰਵਾਨ ਕਿਉਂ ਹੁੰਦਾ ਹੈ ਇਹ ਗੱਲ ਬੜੀ ਗੁੰਝਲਦਾਰ ਹੈ ਐ ਨਾ ਕਹਦੇ ਵੀ ਜੋ ਮਰਜ਼ੀ ਕਰੇ ਉਹ ਸਰਗਾ ਚ ਪ੍ਰਵਾਨ ਉਹਦੇ ਚੱਲਦਾ ਸਿੱਖਾ ਦਰਗਾਹ ਚ ਇਹ ਜੇ ਵੀ ਅਰਥ ਲਾ ਲੈਣਗੇ ਔਰ ਸਾਧ ਇਹ ਜੇ ਅਰਥ ਲਾਉਂਦੇ ਉਹਨਾਂ ਨੇ ਕਿਉਂਕਿ ਸਾਡਾ ਦਰਗਾਹ ਚ ਕੀਤਾ ਚੱਲਦਾ ਜਿਸ ਦਾ ਕੀਆ ਦਰਗਾਹ ਚੱਲਦਾ ਆਹੋ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
ਜਿਹੜਾ ਜਾਣ ਲਵੇ ਖੇਲ ਨੂੰ ਸਾਰੀ ਨੂੰ ਉਹਨੂੰ ਸਦਾ ਸੁੱਖ ਹੋ ਜਾਂਦਾ। ਠੀਕ ਹੈ। ਇਸ ਗੱਲ ਦਾ ਗਿਆਨ ਹੋ ਜਾਏ ਸਦਾ ਸੁੱਖ ਹੋ। ਆਪ ਮਿਲਾਏ ਲਏ ਪ੍ਰਭ ਸੋਈ। ਉਹਨੂੰ ਪ੍ਰਭ ਆਪ ਬੁਲਾ ਲੈਂਦਾ, ਉਹ ਤਾਂ ਮਿਲ ਜਾਂਦਾ। ਉਹਦਾ ਸੱਚਖੰਡ ਚ ਮਿਲ ਗਿਆ ਜਾ ਕੇ। ਠੀਕ ਹੈ। ਸੱਚਖੰਡ ਦਾ ਵਾਸੀ ਹੋ ਗਿਆ, ਸਦਾ ਸੁੱਖ ਹੋਇਆ। ਠੀਕ ਹੈ ਜੀ। ਉਹ ਤਨੁ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਜਿਹਦੇ ਹਿਰਦੇ ਚ ਭਗਵੰਤ ਹੈ ਉਹੀ ਪਤਵੰਤ ਹੈ, ਕੁਲਵੰਤ ਹੈ, ਧਨਵੰਤ ਹੈ, ਸਾਰੇ ਗੁਣ ਸਾਰੇ ਵਿਸ਼ੇਸ਼ਣ ਉਹਨੂੰ ਲਾਤੇ। ਠੀਕ ਹੈ। ਧਨਵੰਤ, ਕੁਲਵੰਤ, ਪਤਵੰਤ, ਧਨਵੰਤ, ਗਿਆਨਵਾਨ, ਉੱਚੀ ਕੁਲ ਵਾਲਾ ਨਿਰੰਕਾਰੀ ਕੁਲ ਹੈ, ਉਹਦੀ ਨਿਰੰਕਾਰੀ ਕੁਲ ਹੈ, ਇਹ ਤਾਂ ਉੱਚੀ ਕਿਹੜੀ ਕੁਲ ਹੈ। ਪਤਵੰਤ ਹੈ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵਾਨ। ਜੀਵਨ ਮੁਕਤ ਹੈ ਹਿਰਦੇ ਜੀ ਦੇ ਸ਼ਬਦ ਗੁਰੂ ਪ੍ਰਗਟ ਜੁਦਾ ਮੁਕਤ ਹੈ। ਠੀਕ ਹੈ। ਉਹ ਮਰਿਆ ਤੇ ਕਹਿੰਦੇ ਮੁਕਤੀ ਮਿਲਦੀ ਹੈ ਤੇ ਜਿਉਂਦਾ ਮੁਕਤ ਹੁੰਦਾ ਹੈ, ਮਰਿਆ ਕੋਈ ਨਹੀਂ ਮੁਕਤ ਹੋਇਆ ਕਦੇ। ਠੀਕ ਹੈ। ਲੋਕਾਂ ਨੂੰ ਮੁਕਤੀ ਮਿਲ ਗਈ। ਹਾਂਜੀ। ਧੰਨ 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 ਜਨ ਆਇਆ ਜੇ ਪ੍ਰਸਾਦ ਸਭ ਜਗਤ ਤਰਾਇਆ। ਧੰਨ 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 ਜਨ ਆਇਆ ਜੇ ਪ੍ਰਸਾਦ ਸਭ ਜਗਤ ਤਰਾਇਆ। ਉਹ ਧੰਨ ਧੰਨ ਜਨ ਆਇਆ ਜਿਹਨੇ ਉਪਦੇਸ਼ ਗੁਰਬਾਣੀ ਦਾ ਸੰਸਾਰ ਤਰ ਰਿਹਾ। ਪ੍ਰਸਾਦ ਦੇ ਗਿਆ, ਆਹੀ ਪ੍ਰਸਾਦ ਦੇ ਕੇ ਗਿਆ, ਇਹੀ ਪ੍ਰਸਾਦ ਹੈ। ਗੁਰ ਪ੍ਰਸਾਦ ਹੁੰਦਾ ਕੜਾ ਪ੍ਰਸਾਦ ਨਹੀਂ ਹੁੰਦਾ। ਗੁਰ ਪ੍ਰਸਾਦ ਦਾ ਕੜਾ ਪ੍ਰਸਾਦ ਬਣਾ ਲਿਆ। ਉਹ ਗੁਰ ਪ੍ਰਸਾਦ ਮਿਲਦਾ ਨਹੀਂ, ਗੁਰਦਾਰ ਤੋਂ ਕੜਾ ਪ੍ਰਸਾਦ ਮਿਲਦਾ। ਠੀਕ ਹੈ। ਕੋਈ ਉਹਦੇ ਦੂਏ ਨਾ ਉਹਦਾ ਕੀ ਹੈ। ਉਹ ਗੁਰ ਪ੍ਰਸਾਦ ਨਾਲ ਤਰਦਾ, ਕੜਾ ਪ੍ਰਸਾਦ ਨਾਲ ਨਹੀਂ ਤਰਦਾ। ਕੜਾ ਪ੍ਰਸਾਦ ਤਾਂ ਹੁਣ ਕਈ ਲੋਕਾਂ ਨੂੰ ਡਾਕਟਰ ਕਹਿੰਦੇ ਨੇ ਸਗੋਂ ਨੂੰ। ਠੀਕ ਹੈ। ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਘਿਓ ਹੈ, ਉਹ ਖਾ ਕੇ ਹੁਣ ਮਿਹਨਤ ਮਸ਼ਕਤ ਕਰਦੇ ਲੋਕ। ਠੀਕ ਹੈ ਜੀ। ਅੱਗੇ ਤਾਂ ਅੱਗੇ ਤਾਂ ਮਿਹਨਤ ਕਰਦੇ ਸੀ, ਸਰੀਰ ਕੰਮ ਕਰਦੇ, ਕੜਾ ਪ੍ਰਸ਼ਾਦ ਘਿਓ ਹਜਮ ਹੁੰਦਾ, ਘਿਓ ਨਹੀਂ ਹਜਮ ਹੁੰਦਾ ਲੋਕਾਂ। ਠੀਕ ਹੈ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗੀ ਚਿਤ ਆਵੇ ਨਾ। ਜਨ ਆਵਨ ਕਾ ਇਹ ਸੁਆਉ, ਜਨ ਆਵਨ ਦਾ ਇਹ ਜ਼ੋਰ ਸੁਣ ਪ੍ਰਯੋਜਨ ਹੁੰਦਾ। ਆਏ ਨੇ ਜੇ ਆਏ, ਕਿਸੇ ਆਏ ਨੇ, ਕਿਉਂ ਆਏ ਨੇ? ਜਨ ਕੇ ਸੰਗੀ ਚਿਤ ਆਵੇ ਨਾ। ਜੇ ਉਹਦਾ ਸੰਗਤ ਕੋਈ ਕਰਦਾ, ਉਹਦੇ ਵੀ ਅੰਦਰ ਨਾਮ ਪ੍ਰਗਟ ਹੋ ਜਾਂਦਾ। ਹੋਇਆ ਨਾ, ਪਹਿਲੇ ਨੇ ਕੀਤੀ ਸੰਗਤ ਨਾਮ ਪ੍ਰਗਟ ਹੋਇਆ, ਫਿਰ ਅਮਰਦਾਸ ਨੇ ਕੀਤੀ, ਇਹਨਾਂ ਨੇ ਆਪ ਕੀਤੀ। ਜਾਣ ਕੇ ਸੰਗਤ ਚ ਨਾਮ ਨਾਮ ਜਿਹੜਾ ਹੈ ਚਿੱਤ ਚ ਘਰ ਘਰ ਜਾਂਦਾ ਹੈ, ਗੁਰਬਾਣੀ ਨੂੰ ਵੀ ਬੰਦਣ ਲੱਗ ਜਾਂਦਾ। ਜੇ ਸੰਗਤ ਕਰ ਲਵੇ, ਕਰਦਾ ਹੀ ਉਹ ਹੈ ਜਿਹਨੂੰ ਫਟਾਵੇ, ਸੰਗਤ ਨਹੀਂ ਕਰਦੇ। ਘਰਦਿਆਂ ਨੇ ਕੀਤੀ, ਬੁੱਢਿਆਂ ਨੇ ਕੀਤੀ ਸੰਗਤ ਪੈਦਾ ਹੋ ਕੇ, ਉਹਦਾ ਜਿਹਨੂੰ ਚੰਗਾ ਪ੍ਰਸ ਉਹੀ ਕਰਦਾ। ਠੀਕ ਹੈ। ਹਾਂ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪ ਜਿਹੜਾ ਮੁਕਤ ਹੋਵੇ ਉਹ ਸੰਸਾਰ ਨੂੰ ਮੁਕਤ, ਜਿਹੜਾ ਆਪ ਨਹੀਂ ਮੁਕਤ ਹੋਇਆ ਮੁਕਤੀ ਦੀ ਗੱਲ ਜਾਣਦਾ ਕਿਵੇਂ? ਮੁਕਤੀ ਕਿਵੇਂ ਮਿਲੀ ਹੈ ਭਗਤਾਂ ਨੇ ਦੱਸਿਆ ਕਿ ਉਹਨਾਂ ਨੇ ਪ੍ਰਾਪਤ ਕੀਤੀ ਹੈ। ਠੀਕ ਹੈ। ਬਸ ਜਿਹੜਾ ਆਪ ਮੁਕਤ ਹੈ ਉਹੀ ਮੁਕਤੀ ਦੀ ਦੱਸ ਸਕਦਾ ਹੈ, ਮੁਕਤ ਕਰੇ ਸੰਸਾਰ। ਸੰਸਾਰ ਨੂੰ ਮੁਕਤੀ ਦਿਲਾ ਸਕਦਾ, ਸੰਸਾਰ ਨੂੰ ਮੁਕਤੀ ਤੱਕ ਦੀ ਗੱਲ ਦੱਸ ਸਕਦਾ, ਪੜ੍ਹਾਈ ਕਰਾ ਸਕਦਾ। ਕਰੇ ਸੰਸਾਰ। ਠੀਕ ਹੈ। ਨਮਸਕਾਰ। ਐਸੇ ਆਦਮੀ ਨੂੰ ਸਦਾ ਨਮਸਕਾਰ ਕਹਿੰਦੇ ਸਨ। ਦੱਸੋ ਇੱਕ ਸਿੱਖ ਨੂੰ ਵੀ ਨਮਸਕਾਰ ਕਰਦਾ ਗੁਰੂ, ਗੁਰੂ ਹੈ ਐਸੇ ਗੁਰੂ ਨੇ। ਤੂੰ ਤਾਂ ਕਹਾ ਹੀ ਨਹੀਂ ਹੋ, ਉਹ ਤਾਂ ਦਾਸ ਹੈ ਕਹਾ। ਇੱਕ ਸਿੱਖ ਨੂੰ ਆਪਣੇ ਨੂੰ ਜਿਹੜਾ ਐਸਾ ਉਪਦੇਸ਼ ਕਰੇ ਜਿਹੇ ਜਾਏ ਮੈਂ ਕਰਦਾ, ਉਹਨਾਂ ਦਾ ਮਤਲਬ ਹੈ ਜਿਹੜਾ ਉਪਦੇਸ਼ ਮੈਂ ਕਰਦਾ ਜੇ ਤੇਰੇ ਮਗਰੋਂ ਕੋਈ ਸਿੱਖ ਕਰੇ, ਮੈਂ ਉਹ ਸਿੱਖ ਨੂੰ ਨਮਸਕਾਰ ਕਰਦਾ। ਦੱਸੋ ਠੀਕ ਹੈ। ਇਸ ਰਾਹ ਕੋਈ ਚੱਲੇ, ਇੱਛਾ ਇਹ ਹੈ ਵੀ ਇਸ ਰਾਹ ਕੋਈ ਚੱਲੇ, ਮੇਰਾ ਕੀ ਜਾਂਦਾ ਨਮਸਕਾਰ ਕਰੇ ਤੇ। ਮੇਰਾ ਅੱਗੂ ਘੱਟ ਗਿਆ। ਠੀਕ ਹੈ। ਇੱਥੇ ਸਵਾਰਾ ਹੋਵੇ। ਠੀਕ ਹੈ।